ਹਾਂਜੀ, ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM, ਇਹਦੇ ਨਾਲ ਨਾਲ ਸਾਰੀ ਦੁਨੀਆਂ ਵਿਚ ਸੁਣ ਰਹੇ ਹੈਗੇ ਆ www.krfm.co.uk ਰਾਹੀਂ। ਮੇਰੇ ਤੋਂ ਪਹਿਲਾਂ ਭਾਜੀ ਸ਼ਿੰਗਾਰਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਕੇ ਗਏ ਹੈਗੇ, ਉਨ੍ਹਾਂ ਨੇ ਤੁਹਾਨੂੰ ਦੇਸ਼ ਵਿਦੇਸ਼ਾਂ ਦੀਆਂ ਖਬਰਾਂ ਸੁਣਾਈਆਂ, ਉਹਦੇ ਨਾਲ ਨਾਲ ਉਨ੍ਹਾਂ ਨੇ ਤੁਹਾਨੂੰ ਬਹੁਤ ਹੀ ਵਧੀਆ ਗੀਤ ਵੀ ਸੁਣਾਏ ਹੈਗੇ ਆ। ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਉਨ੍ਹਾਂ ਦਾ। ਤੇ ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਮੇਰਾ ਪਹਿਲਾਂ ਹੁੰਦਾ ਹੈਗਾ ਉਸੇ ਤਰ੍ਹਾਂ ਹੋਏਗਾ, ਇਹ ਫੋਨਿੰਗ ਸ਼ੋਅ ਹੁੰਦਾ ਹੈਗਾ, ਫੋਨ ਕਰਕੇ ਤੁਸੀਂ ਪ੍ਰੋਗਰਾਮ ਦੇ ਵਿਚ ਭਾਗ ਲੈਂਦੇ ਆ ਤੇ ਵਿਸ਼ੇ ਜਿਹੜੇ ਸਰਗਰਮਾ ਮੈਂ ਲੈ ਕੇ ਆਉਣਾ ਹੈਗਾ। ਸਭ ਤੋਂ ਪਹਿਲਾਂ ਸੀਤਲ ਸਿੰਘ ਗਿੱਲ ਵੱਲੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਸਾਥ ਸਤਿ ਸ੍ਰੀ ਅਕਾਲ ਕਬੂਲ ਕਰੋ। ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀਗਾ, ਅੱਜ ਅਸੀਂ ਜਲਿਆਂਵਾਲੇ ਬਾਗ ਤੇ ਜਿਹਦੀ 100 ਯੀਅਰ ਦੀ ਅਸੀਂ ਸੈਲੀਬ੍ਰੇਸ਼ਨ ਉਨ੍ਹਾਂ ਦੀ ਯਾਦ ਵਿਚ ਸ਼ਹੀਦਾਂ ਦੀ ਜਿਹੜੀ ਹੈਗੀ ਆ ਕਰ ਰਹੇ ਹੈਗੇ ਆ, ਜਿੱਥੇ ਸੰਸਾਰ ਦੇ ਕੋਨੇ ਕੋਨੇ ਵਿਚ ਜਿੱਥੇ ਵੀ ਭਾਰਤੀ ਲੋਕ ਬੈਠੇ ਆ ਜਾਂ ਇਨਸਾਫ਼ ਪਸੰਦ ਲੋਕ ਬੈਠੇ ਆ, ਉਹ ਜਲਿਆਂਵਾਲੇ ਬਾਗ ਨੂੰ ਜਿਹੜੇ ਨੇ ਹੱਥੇ ਲੋਕਾਂ ਤੇ ਬ੍ਰਿਟਿਸ਼ ਇੰਪੀਰੀਅਲਿਜ਼ਮ ਨੇ ਉਸ ਵੇਲੇ ਗੋਲੀ ਜਿਹੜੀ ਚਲਾਤੀ ਸੀਗੀ ਤੇ ਉਹਦੇ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਜਿਹੜੇ ਗੈਦਰਿੰਗ ਚ ਆਏ ਸੀ ਲੋਕ ਮਾਰੇ ਗਏ ਤੇ ਹਜ਼ਾਰਾਂ ਦੀ ਤਾਦਾਦ ਵਿਚ ਜ਼ਖਮੀ ਹੋਏ। ਆਪਾਂ ਉਹ ਸ਼ੁਰੂ ਛੇਤੀ ਹੀ ਉਹਦੇ ਵੱਲ ਜਾਵਾਂਗੇ। ਅਸੀਂ ਲੰਡਨ ਤੇ ਵਿਚ ਵੀ ਕੁਝ ਪ੍ਰੋਗਰਾਮ ਉਲੀਕੇ ਗਏ ਹੈਗੇ ਆ, ਹੋਰ ਵੀ ਵੱਖ ਵੱਖ ਵੇਰੀਅਸ ਪਲੇਸਿਸ ਤੇ ਇੰਗਲੈਂਡ ਦੇ ਵਿਚ ਪ੍ਰੋਗਰਾਮ ਹੋ ਰਿਹਾ ਹੈਗਾ। ਅੱਜ ਜਿਹੜੀ ਲੰਡਨ ਦੇ ਵਿਚ ਇਕ ਇੰਪੋਰਟੈਂਟ ਮੀਟਿੰਗ ਹੋ ਰਹੀ ਹੈ, ਉਨ੍ਹਾਂ ਨਾਲ ਵੀ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਇਹਦੇ ਵਿਚ ਕਿਸ ਤਰ੍ਹਾਂ ਸੋਚਦੇ ਆ। ਪ੍ਰੋਗਰਾਮ ਅਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ, ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਜਿਹੜਾ 13 ਅਪ੍ਰੈਲ 1919 ਨੂੰ ਇਕ ਖੂਨੀ ਸਾਕਾ ਹੋਇਆ ਜਿਹਦੇ ਵਿਚ ਸੈਂਕੜੇ ਲੋਕ ਜਿਹੜੇ ਆ ਸਟੇਟ ਬ੍ਰਿਟਿਸ਼ ਇੰਪੀਰੀਅਲਿਜ਼ਮ ਰਾਜ ਨੇ ਉਥੇ ਜਿਹੜੇ ਪੀਸਫੁਲ ਡੈਮੋਸਟ੍ਰੇਸ਼ਨ ਕਰਦੇ ਸੀਗੇ ਲੋਕ, ਆਜ਼ਾਦੀ ਦੀ ਲੜਾਈ ਲੜਦੇ ਸੀਗੇ ਲੋਕ, ਉਨ੍ਹਾਂ ਨੂੰ ਬਿਨਾਂ ਕਿਸੇ ਵਾਰਨਿੰਗ ਦੇਖ ਕੇ ਉਸ ਵੇਲੇ ਜਨਰਲ ਡਾਇਰ ਤੇ ਮਾਈਕਲ ਉਡਵਾਇਰ ਦੇ ਆਦੇਸ਼ਾਂ ਨਾਲ ਜਿਹੜਾ ਲੈਫਟੀਨੈਂਟ ਜਨਰਲ ਸੀਗਾ ਉਥੇ ਦਾ ਤੇ ਦੂਸਰਾ ਮਾਈਕਲ ਜਿਹੜਾ ਉਡਵਾਇਰ ਸੀਗਾ ਉਹ ਸੀਗਾ ਬ੍ਰਿਗੇਡੀਅਰ, ਇਨ੍ਹਾਂ ਦੋਨਾਂ ਦੇ ਉਨ੍ਹਾਂ ਉਹਨੇ ਆਦੇਸ਼ ਦਿੱਤੇ ਤਾਂ ਇਨ੍ਹਾਂ ਨੇ ਗੋਲੀਆਂ ਚਲਾ ਕੇ ਲੋਕਾਂ ਨੂੰ ਭੁੰਨ ਦਿੱਤਾ। ਸੈਂਕੜੇ ਲੋਕ ਜਿਹੜੇ ਆ ਉਸ ਬਿਨਾਂ ਕਿਸੇ ਵਾਰਨਿੰਗ ਤੋਂ ਦਿੱਤੇ ਜਿਹੜੀਆਂ ਗੋਲੀਆਂ ਚਲਾਈਆਂ ਉਹਦੇ ਵਿਚ ਸ਼ਹੀਦ ਹੋ ਗਏ, ਆਪਣੀ ਜਾਨ ਤੋਂ ਹੱਥ ਤੋਂ ਬੈਠੇ ਤੇ ਹਜ਼ਾਰਾਂ ਦੀ ਤਾਦਾਦ ਵਿਚ ਜ਼ਖਮੀ ਹੋਏ ਹੈਗੇ ਆ। ਉਸ ਗੱਲ ਲਈ ਜਿਹੜਾ ਹੈਗਾ ਹਰ ਸਮੇਂ ਇਹੋ ਆਵਾਜ਼ ਉੱਠਦੀ ਰਹੀ ਹੈਗੀ ਆ, ਬ੍ਰਿਟਿਸ਼ ਜਿਹੜਾ ਹੈਗੀ ਆ ਗੌਰਮੈਂਟ ਇਸ ਗੱਲ ਲਈ ਮਾਫ਼ੀ ਮੰਗੇ ਤੇ ਅਪੋਲੋਜੀ ਜਿਹੜੀ ਆ ਕਰੇ। ਵੈਸੇ ਇਹੋ ਜਦੋਂ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਸੀ 2013 ਵਿਚ ਉਹ ਅੰਮ੍ਰਿਤਸਰ ਗਏ, ਉਸ ਤੋਂ ਬਾਅਦ ਕੁਈਨ ਨੇ ਵੀ ਡੀਪੈਸਟ ਰਿਗਰੈਟ ਕੀਤਾ ਹੈਗਾ, ਪਰ ਫੁੱਲ ਅਪੋਲੋਜੀ ਜਿਹੜੀ ਹੈਗੀ ਆ ਉਹ ਬ੍ਰਿਟਿਸ਼ ਗੌਰਮੈਂਟ ਨੇ ਸੋ ਫਾਰ ਜਿਹੜੀ ਹੈਗੀ ਆ ਇਹੋ ਇਹਨੂੰ ਕਰਨ ਤੋਂ ਜਿਹੜੀ ਆ ਨਾ ਕਰ ਦਿੱਤੀ ਹੈਗੀ ਆ। ਉਹਦੇ ਤੋਂ ਬਾਅਦ ਕਿਉਂਕਿ ਇਹੋ ਇਸ ਟਿਊਜ਼ਡੇ ਨੂੰ ਮੰਗਲਵਾਰ ਵਾਲੇ ਦਿਨ ਹਾਊਸ ਆਫ ਕਾਮਨ ਵਿਚ ਡਿਬੇਟ ਵੀ ਹੋਇਆ ਹੈਗਾ, ਵੱਖ ਵੱਖ ਜਿਹੜੇ ਮੈਂਬਰ ਪਾਰਲੀਮੈਂਟ ਉਹਦੇ ਚ ਬੋਲੇ ਵੀ ਹੈਗੇ ਆ ਭਈ ਬ੍ਰਿਟਿਸ਼ ਗੌਰਮੈਂਟ ਨੂੰ ਅਪੋਲੋਜੀ ਕਰ ਲੈਣੀ ਚਾਹੀਦੀ ਹੈਗੀ ਆ, ਭਈ ਇੰਨਾ ਵੱਡਾ ਉਹਦੇ ਇਸ ਰਾਜ ਦੇ ਵਿਚ ਐਡਾ ਬੜਾ ਕਤਲੇਆਮ ਹੋਇਆ ਹੋਵੇ, ਇੰਨਾ ਵੱਡਾ ਜ਼ੁਲਮ ਹੋਇਆ ਹੋਵੇ ਜਿਹਦੇ ਵਿਚ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਬਰਿੰਦਰ ਜਿਹੜੇ ਹੈਗੇ ਆ ਉਨ੍ਹਾਂ ਨੇ ਵੀ ਜਿਹੜੇ ਹੈਗੇ ਆ ਇਹਦੇ ਵਿਚ ਬਰਿੰਦਰ ਸ਼ਰਮਾ ਜੀ ਉਨ੍ਹਾਂ ਨੇ ਵੀ ਇਹ ਗੱਲ ਬਹੁਤ ਸਟਰੋਂਗਲੀ ਪਲੀਡ ਕੀਤੀ ਹੈਗੀ ਆ। ਪਰ ਇਹੋ ਨਾਲ ਨਾਲ ਉਨ੍ਹਾਂ ਨੇ ਇਹੋ ਕਿਹਾ ਹੈਗਾ ਭੀ ਜਿਹੜਾ ਬ੍ਰਿਟਿਸ਼ ਰੂਲ ਦੇ ਅੰਦਰ ਐਡਾ ਵੱਡਾ ਕਤਲੇਆਮ ਹੋਇਆ ਸੀ ਉਹ ਇੱਥੇ ਸਾਡੀ ਬ੍ਰਿਟਿਸ਼ ਕਮਿਊਨਿਟੀ ਦੇ ਸਾਡੇ ਬੱਚਿਆਂ ਨੂੰ ਪੜਾਉਣਾ ਵੀ ਚਾਹੀਦਾ ਹੈਗਾ, ਸਕੂਲਾਂ ਦੇ ਕਰਿਕੁਲਮ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈਗਾ, ਤਾਂ ਕਿ ਸਾਡੀਆਂ ਜਨਰੇਸ਼ਨ ਜਿਹੜੀਆਂ ਇੱਥੇ ਦੀਆਂ ਉਹ ਇਹੋ ਸਾਰਾ ਕੁਝ ਸਾਡੇ ਰਾਜ ਵਿਚ ਉਥੇ ਬ੍ਰਿਟਿਸ਼ ਇੰਪੀਰੀਅਲਿਜ਼ਮ ਰਾਜ ਦੇ ਵਿਚ ਜੋ ਕੁਝ ਹੋਇਆ ਹੈਗਾ ਉਹਨੂੰ ਯਾਦ ਰੱਖਣ, ਉਹਦੇ ਤੋਂ ਕੁਝ ਸਬਕ ਸਿੱਖਣ ਤੇ
ਭੇਦ ਇਹੋ ਗੱਲ ਆ ਜਿਹੜੀ ਆ ਪ੍ਰੀਤੀ ਗਿੱਲ ਜਿਹੜੇ ਹੈ ਐਮ ਪੀ ਹੈਗੇ ਆ ਉਹਨਾਂ ਨੇ ਵੀ ਇਹੋ ਜਿਹੜੀਆਂ ਗੱਲਾਂ ਨੂੰ ਲੋਕ ਭੇਦ ਦੇ ਵਿਚ ਕਰਕਲਮ ਵਿਚ ਸ਼ਾਮਲ ਕਰਨਾ ਚਾਹੀਦਾ ਅਪੋਲੋਜੀ ਵਾਸਤੇ ਪਲੀਡ ਕੀਤਾ ਹੈਗਾ ਹੋਰ ਵੱਖ ਵੱਖ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਹਦੇ ਲਈ ਡਿਬੇਟ ਵਿਚ ਸ਼ਾਮਲ ਹੋਏ ਪਰ ਜਿਹੜੀ ਬ੍ਰਿਟਿਸ਼ ਗੌਰਮੈਂਟ ਦਾ ਜਿਹੜੇ ਉਨ੍ਹਾਂ ਦੇ ਫੋਰਨ ਮਿਨਿਸਟਰ ਹੈਗੇ ਆ ਉਨ੍ਹਾਂ ਦਾ ਇਕ ਇਸ ਗੱਲ ਤੇ ਅਪੋਲੋਜੀ ਕਰਨ ਤੋਂ ਇਹੋ ਟਾਲਣਾ ਸੀਗਾ ਭਈ ਹਾਂ ਜੇ ਅਸੀਂ ਕਰ ਲਈ ਇਹਦੀਆਂ ਫਾਈਨੈਂਸ਼ੀਅਲ ਇੰਪਲੀਮੈਂਟੇਸ਼ਨ ਆਉਣਗੀਆਂ ਕੁਛ ਕਾਫੀ ਜਿਹੜੇ ਪਰਿਵਾਰਾਂ ਨੂੰ ਵਿਜਾਨੇ ਦੇਣੇ ਪੈਣਗੇ ਪਰ ਜੇ ਇਹੋ ਕੈਨੇਡਾ ਦੀ ਗੌਰਮੈਂਟ ਕਾਮਾ ਗਾਟਾ ਮਾਰੂ ਤੇ ਜਿਹੜਾ ਉਸ ਵੇਲੇ ਸਮੁੰਦਰੀ ਜਹਾਜ਼ ਉੱਥੇ ਨਿਹੱਥੇ ਲੋਕ ਜਿਹੜੇ ਆ ਉੱਥੇ ਭੁੰਨ ਦਿੱਤੇ ਸੀਗੇ ਉਹਦੀ ਅੱਜ ਅਪੋਲੋਜੀ ਕਰਦੀ ਹੈਗੀ ਆ ਤਾਂ ਬ੍ਰਿਟਿਸ਼ ਗੌਰਮੈਂਟ ਨੂੰ ਇਹਦੇ ਵਿਚ ਕੀ ਹੈਡਿਕ ਹੈਗਾ ਕੀ ਸਰਦਰਦੀ ਆ ਕਿ ਗੌਰਮੈਂਟ ਨੂੰ ਅਪੋਲੋਜੀ ਕਰ ਲੈਣੀ ਚਾਹੀਦੀ ਆ ਜਾਂ ਤੁਹਾਡਾ ਕੋਈ ਵਿਚਾਰ ਹੋ ਸਕਦਾ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਤਾਂ ਬਾਕੀ ਉਹਨਾਂ ਸ਼ਹੀਦਾਂ ਨੂੰ ਤੁਸੀਂ ਕਿਸ ਤਰ੍ਹਾਂ ਯਾਦ ਕਰਦੇ ਹੈਗੇ ਆ ਤੇ ਉਹਦੇ ਤੋਂ ਕੀ ਲਰਨ ਕਰਦੇ ਹੈਗੇ ਆ ਉਹਦੇ ਉਹਨਾਂ ਉਸ ਖੂਨੀ ਸਾਕੇ ਨੇ ਇਕ ਆਜ਼ਾਦੀ ਲਹਿਰ ਨੂੰ ਇਕ ਨਵੀਂ ਜਿਹੜਾ ਆ ਤਰ੍ਹਾਂ ਦਾ ਜਿਹੜਾ ਹੈਗਾ ਆਜ਼ਾਦੀ ਜਿੱਥੇ ਵਿਚ ਜਿਹਦੇ ਵਿਚ ਸ਼ਹੀਦ ਭਗਤ ਸਿੰਘ ਹੋਏ ਹੈਗੇ ਆ ਸ਼ਹੀਦ ਊਧਮ ਸਿੰਘ ਹੈਗੇ ਆ ਜਿਨ੍ਹਾਂ ਨੇ ਇਸ ਉਸ ਗੱਲ ਦਾ ਰਵੰਜ ਲਿਆ ਤੇ ਇੱਥੇ ਆ ਕੇ ਮਾਈਕਲ ਓ ਉਡਵਾਇਰ ਨੂੰ ਭੁੰਨ ਦਿੱਤਾ ਗੋਲੀਆਂ ਨਾਲ ਜਿੱਦਾਂ ਉਹ ਜ਼ਾਲਮ ਨੇ ਕੀਤਾ ਸੀ ਜ਼ੁਲਮ ਉਸੇ ਤਰ੍ਹਾਂ ਜਿਹੜਾ ਊਧਮ ਸਿੰਘ ਨੇ ਭਾਰਤ ਦੀ ਉਸ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਆ ਲਾਜ ਰੱਖੀ ਤੇ ਉਹਦੇ ਲਈ ਇਹੋ ਜਿਹੜਾ ਹੈਗਾ ਬਦਲਾ ਲਿਆ ਉਹ ਤੋਂ ਬਾਅਦ ਜਿਹੜੇ ਸ਼ਹੀਦ ਭਗਤ ਸਿੰਘ ਦਾ ਵੀ ਉਹ ਰਾਜ ਜਿਹੜਾ ਜਿਹਦੇ ਵਿਚ ਉਹਨਾਂ ਨੇ ਕਿਹਾ ਸੀ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਲੁਟੇਰਾ ਚਾਹੇ ਦੇਸ਼ੀ ਹੋਵੇ ਜਾਂ ਵਿਦੇਸ਼ੀ ਹੋਵੇ ਸਾਡਾ ਸੰਘਰਸ਼ ਜਾਰੀ ਰਹੇਗਾ ਕਿ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਜਿਹੜੇ ਉਹਨਾਂ ਨੂੰ ਉਹਨਾਂ ਸ਼ਹੀਦਾਂ ਤੇ ਦੀ ਖੂਨੀ ਸਾਕਾ ਹੀ ਸ਼ਹੀਦ ਭਗਤ ਸਿੰਘ ਹੋਣੀ ਉਪਜ ਸੀਗੇ ਇਹੋ ਖੂਨੀ ਸਾਕਾ ਹੀ ਜਿਹੜਾ ਹੈਗਾ ਸ਼ਹੀਦ ਊਧਮ ਸਿੰਘ ਹੋਣੀ ਉਪਜ ਸੀਗੇ ਇਸ ਖੂਨੀ ਸਾਕੇ ਦਾ ਜਿਹੜਾ 13 ਅਪ੍ਰੈਲ 1919 ਨੂੰ ਵਾਪਰਿਆ ਸੀ ਤਾਂ ਇਹਦੇ ਨਾਲ ਹੀ ਜਿਹੜੀਆਂ ਪਹਿਲਾਂ ਤਾਂ ਗਾਂਧੀ ਹੋਣੀ ਡੋਮੀਨੀਅਨ ਰਾਜ ਮੰਗਦੇ ਸੀ ਮਹਾਤਮਾ ਗਾਂਧੀ ਤੇ ਬਾਅਦ ਵਿਚ ਲੋਕਾਂ ਦਾ ਐਡਾ ਵੱਡਾ ਪ੍ਰੈਸ਼ਰ ਪਿਆ ਕਾਂਗਰਸ ਨੂੰ ਵੀ ਉਹ ਤੋਂ ਬਾਅਦ ਜਿਹੜੀ ਹੈਗੀ ਆ ਮੁਕੰਮਲ ਆਜ਼ਾਦੀ ਦੀ ਜਿਹੜੀ ਆ ਲੜਾਈ ਦੀ ਇਹਦੀ ਘੋਸ਼ਣਾ ਕੀਤੀ ਕਰਨੀ ਪਈ ਸੀਗੀ ਤਾਂ ਪਰ ਤੁਸੀਂ ਅੱਜ ਦੇ ਇਸ ਪ੍ਰਸੰਗ ਵਿਚ ਕਿਸ ਤਰ੍ਹਾਂ ਸਮਝਦੇ ਹੈਗੇ ਆ ਵੀ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਕਿਸ ਤਰ੍ਹਾਂ ਯਾਦ ਕਰਾਂਗੇ 13 ਅਪ੍ਰੈਲ 1919 ਨੂੰ ਜਿਹੜੇ ਏਦਾਂ ਨਿਹੱਥੇ ਲੋਕ ਮਾਰੇ ਗਏ ਤੇ ਘਰ ਨਹੀਂ ਸੀ ਪਰਤੇ ਉਹ ਮਾਵਾਂ ਵੀ ਕੁਰਲਾਉਂਦੀਆਂ ਸੀਗੀਆਂ ਸਾਡੇ ਬੱਚੇ ਨਹੀਂ ਆਏ ਹੈਗੇ ਆ ਘਰ ਵਾਲੀਆਂ ਆਪਣੇ ਘਰ ਵਾਲਿਆਂ ਨੂੰ ਉਡੀਕਦੀਆਂ ਸੀਗੀਆਂ ਤੇ ਇੱਦਾਂ ਔਰਤਾਂ ਵੀ ਉੱਥੇ ਬਖਸ਼ੀਆਂ ਨਹੀਂ ਸੀ ਬੱਚੇ ਵੀ ਨਹੀਂ ਸੀ ਬਖਸ਼ੇ ਜਿਹੜੇ ਉਸ ਗਏ ਸੀਗੇ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇੱਦਾਂ ਇਹ ਭਾਣਾ ਵਾਪਰ ਜਾਣਾ ਹੈਗਾ 13 ਅਪ੍ਰੈਲ ਨੂੰ ਉੱਥੇ ਤੁਹਾਨੂੰ ਅੱਜ ਵੀ ਯਾਦ ਹੈਗਾ ਇੱਕ ਹਿਸਟੋਰੀਕਲ ਦਿਨ ਹੈਗਾ ਤੇ ਉਸ ਦਿਨ ਅੰਮ੍ਰਿਤਸਰ ਬਹੁਤ ਹੀ ਲੋਕ ਜਾਂਦੇ ਹੈਗੇ ਆ ਤਾਂ ਇਹੋ ਇੱਕ ਨੈਸ਼ਨਲ ਮੀਟਿੰਗ ਦਾ ਪ੍ਰਬੰਧ ਉਦੋਂ ਕੀਤਾ ਸੀ ਚਲੋ ਇਹੋ ਸਾਰਾ ਕੁਛ ਇਹੋ ਜਿੱਦਾਂ ਮੈਂ ਦੱਸਿਆ ਵੀ ਪਹਿਲਾਂ ਦੱਸਿਆ ਸੀਗਾ ਸ਼ਾਇਦ ਤੇ ਅਸੀਂ ਇਹੋ ਜਿਹੜੀਆਂ ਮੀਟਿੰਗਾਂ ਦਾ ਵੀ ਪ੍ਰਬੰਧ ਇੱਥੇ ਨੈਸ਼ਨਲ ਲੈਵਲ ਤੇ ਹੋਇਆ ਹੈਗਾ ਜਿਹਦੇ ਵਿਚ 13 ਅਪ੍ਰੈਲ ਨੂੰ ਸੈਟਰਡੇ ਨੂੰ ਸਾਊਥ ਹਾਲ ਮੀਟਿੰਗ ਹੈ ਉਹਦੇ ਤੋਂ ਬਾਅਦ ਈਸਟ ਲੰਡਨ ਮੀਟਿੰਗ ਹੈਗਾ ਤੇ ਉਹਦੇ ਵਿਚ ਉਹ ਤੋਂ ਬਾਅਦ ਇੰਡੀਅਨ ਵਰਕ ਐਸੋਸੀਏਸ਼ਨ ਲੈਸਰ ਸ਼ਾਇਰ ਵੱਲੋਂ ਜਿਹੜੀ ਹੈਗੀ ਆ ਮੀਟਿੰਗ ਇੱਥੇ ਵੀ ਅਰੇਂਜ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਇੱਕੋ ਦਿਨ ਸਾਰੇ ਬੰਦਿਆਂ ਨੇ ਮੀਟਿੰਗਾਂ ਕਰਨੀਆਂ ਨਾਲੋਂ ਅਸੀਂ ਕਿਹਾ ਇਹ ਸੋਚਿਆ ਹੈਗਾ ਵੱਖ ਵੱਖ ਟਾਈਮ ਤੇ ਅਸੀਂ ਮੀਟਿੰਗਾਂ ਕਰੀਏ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਇਹੋ ਜਿਹੜੀਆਂ ਇਹੋ ਮੀਟਿੰਗਾਂ ਦਾ ਉੱਥੇ ਪ੍ਰਬੰਧ ਹੋਇਆ ਹੈਗਾ ਇੰਡੀਅਨ ਵਰਕ ਐਸੋਸੀਏਸ਼ਨ ਵੱਲੋਂ ਹੋਇਆ ਹੈਗਾ ਇਸ ਤਰ੍ਹਾਂ ਸਾਡੀ ਜਾਣਕਾਰੀ ਆਈ ਆ ਬਰਮਿੰਗਮ ਵੀ ਲਿਸਟ ਇੰਡੀਅਨ ਵਰਕ ਐਸੋਸੀਏਸ਼ਨ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਹੋਰ ਪਲੇਸਿਸ ਤੇ ਵੀ ਮੀਟਿੰਗਾਂ ਹੋ ਰਹੀਆਂ ਹੈਗੀਆਂ ਤੇ ਆਪਾਂ ਨਾਲ ਇਸ ਵੇਲੇ ਜੁੜ ਚੁੱਕੇ ਹੈਗੇ ਆ
ਸਾਹਿਬ ਦਲਵਿੰਦਰ ਸਿੰਘ ਅਟਵਾਲ ਜੀ ਤੇ ਉਹਨਾਂ ਦਾ ਉਹਨਾਂ ਵੱਲ ਚੱਲਦੇ ਹੈਗੇ ਆ, ਉਹ ਸਾਡੇ ਨੈਸ਼ਨਲ ਆਗੂ ਹੈਗੇ ਆ ਇੰਡੀਅਨ ਬਾਈਕ ਐਸੋਸੀਏਸ਼ਨ ਦੇ, ਤੇ ਉਹਨਾਂ ਵੱਲ ਚੱਲਦੇ ਹੈਗੇ ਆ। ਉਹਨਾਂ ਕੋਲ ਇੱਕ ਤਾਂ ਮੀਟਿੰਗਾਂ ਦੀ ਬਾਰ ਜਾਣਕਾਰੀ ਵੀ ਲਵਾਂਗੇ ਤੇ ਉਹ ਤੋਂ ਬਾਅਦ ਨਾਲ ਨਾਲ ਅਸੀਂ ਉਹ ਕਿਸ ਤਰ੍ਹਾਂ ਸਮਝਦੇ ਹੈਗੇ ਆ ਵੀ ਗੌਰਮੈਂਟ ਨੂੰ ਇੱਥੇ ਦੀ ਬਰਤਾਨੀਆ ਦੀ ਨੂੰ ਐਪੋਲੋਜੀ ਕਰਨੀ ਚਾਹੀਦੀ ਸੀ ਕਿ ਨਹੀਂ ਚਾਹੀਦੀ ਹੈਗੀ ਆ, ਤੇ ਜਾਂ ਅੱਜ ਇਹਦੇ ਪ੍ਰਤੀ ਕੀ ਉਹਨਾਂ ਦੇ ਪ੍ਰਤੀਕਰਮ ਕੀ ਹੈਗਾ। ਚਲੋ ਚੱਲਦੇ ਹਾਂ। ਦਲਵਿੰਦਰ ਸਿੰਘ ਜੀ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ। ਤੁਸੀਂ ਕਾਫੀ ਦੂਰ ਬੈਠੇ ਆ, ਫਿਰ ਵੀ ਸਾਡੇ ਲੈਸਟਰ ਦੇ ਕੋਹੇ ਨੂਰ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ। ਅੱਜ ਦੇ ਵਿਸ਼ੇ ਬਾਰੇ ਤੁਸੀਂ ਕਿਸ ਤਰ੍ਹਾਂ ਸਮਝਦੇ ਹੈਗੇ ਆ, ਜਿਹੜਾ ਤੁਸੀਂ ਉਹਨਾਂ ਦੀ ਮੈਮਰੀ ਵਿਚ ਮੀਟਿੰਗਾਂ ਦਾ ਵੀ ਪ੍ਰਬੰਧ ਕੀਤਾ ਹੈਗਾ, ਇਸ ਜਿਹੜਾ ਖੂਨੀ ਸਾਕਾ ਵਾਪਰਿਆ ਸੀਗਾ 13 ਅਪ੍ਰੈਲ 1919 ਨੂੰ, ਇਹ 100ਵੀਂ ਬਰੇਗੰਢ ਹੈਗੀ ਆ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦਲਵਿੰਦਰ ਸਿੰਘ ਹੁਣੀ? ਹੈਲੋ ਸੀਤਲ ਸਿੰਘ ਜੀ, ਆਪਣੇ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਆਪਣੇ ਇਸ ਕਾਲ ਦੇ ਵਿਚ ਲੈਣ ਦਾ, ਇਸ ਪ੍ਰੋਗਰਾਮ ਦੇ ਵਿਚ। ਸਭ ਤੋਂ ਪਹਿਲਾਂ ਮੈਂ ਮਤਲਬ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਹਿਸਟੋਰੀਕਲ ਇਨਜਸਟਿਸਿਸ ਹੈਗੇ ਆ, ਹਾਂਜੀ, ਉਹਨਾਂ ਦੇ ਬਾਰੇ ਅੱਜ ਦੇ ਸਮੇਂ ਦੇ ਵਿਚ ਮਤਲਬ ਤੁਸੀਂ ਉਹ ਤੋਂ ਲੈਸਨ ਸਿੱਖ ਸਕਦੇ ਆ ਵੀ ਕਿਉਂ ਹੋਇਆ ਤੇ ਗਾਂ ਉਹਨੂੰ ਕਿੱਦਾਂ ਮਤਲਬ ਜਿਹੜਾ ਹੈਗਾ ਵਾਪਰਨ ਤੋਂ ਹਟਾਉਣਾ ਹੈਗਾ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਦੁਬਾਰਾ ਨਾ ਵਾਪਰਨ। ਜਿਹੜੀ ਗੱਲ ਅਪੋਲੋਜੀਜ਼ ਦੀ ਆ, ਇਹ ਮੇਰੇ ਖਿਆਲ ਦੇ ਵਿਚ ਇਹਦਾ ਕੋਈ ਮਾਇਨਾ ਨਹੀਂ। ਪਰ ਇੱਕ ਇਹ ਵੀ ਅੱਗੇ ਗੱਲ ਤੁਰਨ ਵਾਲੀ ਨੀ ਹੁੰਦੀ, ਜੇ ਅਪੋਲੋਜੀ ਕਰ ਲਓ ਤੇ ਉਹ ਵੀ ਆਪੇ ਅਸੀਂ ਗਾਹਾਂ ਤੋਂ ਇਹੋ ਜਿਹੇ ਜਿਹੜੀਆਂ ਗੱਲਾਂ ਵਾਪਰਨੀਆਂ ਹੈਗੀਆਂ ਜਾਂ ਵਾਪਰ ਸਕਦੀਆਂ ਹੈਗੀਆਂ ਕਦੀ ਵੀ, ਉਹਦੇ ਤੋਂ ਅਸੀਂ ਪਿਛਲੇ ਹਿਸਟਰੀ ਤੋਂ ਲਰਨ ਕਰ ਲਿਆ ਤੇ ਫਿਊਚਰ ਦੇ ਵਿਚ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਉਹ ਵੀ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਹੈਗਾ, ਤੇ ਦੂਸਰੇ ਨਾਲ ਕੰਟਰੀਆਂ ਦੇ ਰਿਲੇਸ਼ਨ ਵੀ ਜਿਹੜੀ ਹੈਗੀ ਆ, ਭਰਾਤਰੀ ਭਾਵ ਵੀ ਜਿਹੜਾ ਹੈਗਾ ਕੰਟਰੀਆਂ ਦੇ ਵਿਚ ਵੀ, ਆਮ ਕਮਿਊਨਿਟੀਆਂ ਦੇ ਵਿਚ ਵੀ ਚੰਗਾ ਉਤਪੰਨ ਹੁੰਦਾ ਹੈਗਾ ਜੇ ਤੁਸੀਂ ਏਦਾਂ ਦੀਆਂ ਗਲਤੀਆਂ ਮੰਨ ਕੇ ਤਾਂ ਗਾਹਾਂ ਵਧੀਆ ਜਿਹੜਾ ਸਮੁੱਚੀ ਮਨੁੱਖਤਾ ਦੀ ਕਦਰਾਂ ਕੀਮਤਾਂ ਦੀ ਕਦਰ ਕਰੋ। ਤੁਹਾਨੂੰ ਸੀਤਲ ਸਿੰਘ ਜੀ, ਤੁਸੀਂ ਆਪਣੇ ਵਿਚਾਰ ਫੇਰ ਮੇਰੇ ਵਿਚਾਰ ਸੁਣ ਲਓ, ਫੇਰ ਤੁਸੀਂ ਦੇਖ ਲਓ। ਨਹੀਂ ਪਰ ਮੈਂ ਤੁਹਾਨੂੰ ਕੁਐਸਚਨ ਕੀਤਾ ਹੈਗਾ, ਵਿਚਾਰ ਨੀ ਮੈਂ ਤੁਹਾਨੂੰ ਦੇ ਰਿਹਾ, ਤੁਹਾਨੂੰ ਮੈਂ ਕੁਐਸਚਨ ਕੀਤਾ ਹੈਗਾ ਵੀ ਤੁਸੀਂ ਇਹਦੇ ਬਾਰੇ ਕਿੱਦਾਂ ਸਮਝਦੇ ਆ। ਮੈਂ ਇਹਦੇ ਬਾਰੇ ਇਸ ਤਰ੍ਹਾਂ ਸੋਚਦਾ ਕਿ ਜਿਹੜੀ ਕੋਈ ਵੀ ਜੈਨੂਇਨ ਜਿਹੜੀ ਅਪੋਲੋਜੀ ਆ ਉਹ ਨਹੀਂ ਇਹਨਾਂ ਨੇ ਕਰਨੀ। ਮਿਸਾਲ ਦੇ ਤੌਰ ਦੇ ਉੱਤੇ ਚਰਚਲ ਨੇ ਉਸ ਵੇਲੇ ਇਹਨੂੰ ਕਿਹਾ ਕਿ ਇੱਕ ਇਹ ਸਲੋਟਰ ਸੀਗਾ ਵਾਰ ਆਪਣੇ 1920 ਦੇ ਵਿਚ ਚਰਚਲ ਨੇ ਉਹਨੂੰ ਤੁਸੀਂ ਕਹਿ ਸਕਦੇ ਹੋ ਅਪੋਲੋਜੀ ਸੀਗੀ ਜਾਂ ਇਹ ਰਿਗਰੈਟ ਸੀਗਾ ਜਾਂ ਵਾਟ ਐਵਰ, ਪਰ ਉਹੋ ਹੀ ਚਰਚਲ ਜਿਹਨੇ ਜੰਗ ਦੇ ਵਿਚ ਜਿਹੜੀ ਇਹ ਪਹਿਲੀ ਫਸਟ ਵਰਲਡ ਵਾਰ ਹੋਈ ਆ, ਆਸਟ੍ਰੇਲੀਆ ਤੋਂ ਕਣਕ ਹਿੰਦੁਸਤਾਨ ਜਿਹੜਾ ਬੰਗਾਲ ਦੇ ਵਿਚ ਫੈਮਨ ਸੀਗਾ ਉਹਨੂੰ ਰਿਲੀਫ ਕਰਨ ਲਈ ਆ ਰਹੀ ਸੀਗੀ, ਔਰ ਉਹ ਕਣਕ ਬਜਾਏ ਮਤਲਬ ਬੰਗਾਲ ਦੀਆਂ ਆਪਣੀਆਂ ਬੰਦਰਗਾਹਾਂ ਤੇ ਉਤਾਰਨ ਦੇ ਉਹਨੇ ਇਹੋ ਜਿਹੜਾ ਹੈਗਾ ਆ ਯੂਰਪ ਨੂੰ ਉਹ ਰੀਡਾਇਰੈਕਟ ਕਰਤੀ ਉਹ ਜਿਹੜੀ ਸਾਰੀ ਕਣਕ ਤੇ ਇੰਡੀਅਨਾਂ ਨੂੰ ਭੁੱਖੇ ਮਰ ਲੈਣ ਦਿਓ, ਔਰ ਉਹਦੇ ਵਿਚ ਮਿਲੀਅਨ ਲੋਕ ਜਿਹੜੇ ਉਹ ਮਰੇ ਹੈਗੇ ਆ, ਤੇ ਉਹੋ ਹੀ ਬੰਦਾ ਕਹਿ ਰਿਹਾ ਵੀ ਆਹ ਮਾੜੀ ਗੱਲ ਕੀਤੀ ਆ ਜਿਹੜੇ ਬੰਦੇ ਇਹਨਾਂ ਤੇ ਸ਼ੂਟਿੰਗ ਕੀਤੀ ਹੈਗੀ ਆ। ਸੋ ਇਹ ਬੰਦੇ ਇਹ ਜਿਹੜਾ ਸਰਮਾਏਦਾਰ ਆ ਸਿਸਟਮ ਆ ਇਹ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਅਪੋਲੋਜਾਈ ਮੰਗਦਾ ਹੈ, ਜੇ ਮੰਗੇ ਵੀ ਤਾਂ ਇਹਨਾਂ ਦੀ ਕੋਈ ਸਿੰਸੈਰਿਟੀ ਨਹੀਂ ਹੈਗੀ। ਅੱਜ ਜਿਹੜੇ ਆ ਲੋਕ ਕਹਿੰਦੇ ਆ ਵੀ ਲੈਸਨ ਜਿਹੜਾ ਉਹ ਸਿੱਖਿਆ ਜਾ ਸਕਦਾ, ਲੈਸਨ ਤਾਂ ਪਰ ਇਹੋ ਲੈਸਨ ਦੇਖੋ, ਅੱਜ ਇੱਕ ਡੈਮੋਕ੍ਰੇਸੀ ਹੈਗੀ ਆ ਜਿਹੜੀ ਹਾਊਸ ਆਫ ਕਾਮਨ ਦੇ ਵਿਚ ਵੀ ਇੱਕ ਸਪੈਸ਼ਲ ਡਿਬੇਟ ਹੋਇਆ ਹੈਗਾ ਟਿਊਡੇ ਨੂੰ ਲੋਕਾਂ ਪਹਿਲਾਂ ਉਹ ਤੋਂ ਪਿਛਲੇ ਬਰੇ ਸਪੈਸ਼ਲ ਜਿਹੜੀ ਆ ਇਹਦੇ ਤੇ ਪਟੀਸ਼ਨ ਲਾਂਚ ਕੀਤੀ ਗਈ ਜਿਹਦੇ ਵਿਚ ਥਾਊਜੈਂਟ ਲੋਕਾਂ ਨੇ ਸਿਗਨੇਚਰ ਕੀਤੇ। ਅੱਜ ਵੀ ਉਹਨਾਂ ਲੋਕਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈਗਾ ਵੀ ਹਾਂ ਅਸੀਂ ਸਾਡੀ ਦਿਲਾਂ ਵਿਚੋਂ ਜ਼ਖਮ
ਜ਼ਖਮ ਨਹੀਂ ਭੁੱਲੇ ਹੈਗੇ। ਇਹ ਹਮੇਸ਼ਾ ਮਨੁੱਖਾਂ ਦੇ ਜਿੰਨਾ ਚਿਕਰ ਇਹਦੀਆਂ ਅਪੋਲੋਜੀ ਨਹੀਂ ਤੁਸੀਂ ਕਰਦੇ, ਉਥੋਂ ਗਾਹਾਂ ਚੰਗੇ ਲੈਸਨ ਲਰਨ ਕਰਕੇ ਇਹੋ ਇੱਕ ਲੋਕਾਂ ਦੀ ਜਿਹੜੀ ਇੱਕ ਡਿਮਾਂਡ ਹੈਗੀ ਆ ਚੱਲੀ, ਹਜ਼ਾਰਾਂ ਲੋਕਾਂ ਦੇ ਇੱਥੇ ਸਾਈਨ ਕੀਤੇ ਆ, ਤੇ ਉਹਦੇ ਵਿੱਚ ਤੁਸੀਂ ਉਹ ਸਮਝਦੇ ਆ ਵੀ ਲੋਕ ਉਹ ਕਮਲੇ ਆ? ਲੋਕ ਬਿਲਕੁਲ ਕਮਲੇ ਨਹੀਂ ਹੈ, ਲੋਕਾਂ ਨੂੰ ਕਮਲੇ ਬਣਾਇਆ ਜਾਂਦਾ ਆ, ਉਹਨਾਂ ਨੂੰ ਵਰਗਲਾਇਆ ਜਾਂਦਾ ਆ, ਉਹਨਾਂ ਨੂੰ ਕਿਹਾ ਜਾਂਦਾ ਵੀ ਹਾਂ ਜੀ ਇਹ ਅਸੀਂ ਮਾਫ਼ੀ ਮੰਗਾਉਣੀ ਆ, ਇਹ ਬਹੁਤ ਵੱਡੀ ਗੱਲ ਹੋਊਗੀ। ਪਰ ਗੱਲ ਤਾਂ ਇਹ ਆ, ਹੁਣ ਜਿਹੜੇ ਅੱਜ ਦੇ ਕ੍ਰਿਮੀਨਲ ਆ ਬ੍ਰਿਟਿਸ਼ ਜਿਹੜੇ ਹੈਗੇ ਆ, ਜਿਨ੍ਹਾਂ ਨੇ ਅੱਜ ਵੀ ਕਤਲੇਆਮ ਕੀਤੇ ਹੈਗੇ ਆ, ਜਿਹੜੇ ਹਾਲੇ ਮਰੇ ਨਹੀਂ ਹੈਗੇ, ਉਹਨਾਂ ਬਾਰੇ ਕੀ ਆ? ਜਿੱਦਾਂ ਇਰਾਕ ਦੀ ਵਾਰ ਹੋਈ ਆ, ਉਹਦੇ ਬਾਰੇ ਚ ਇੱਕ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਇੱਥੇ ਦਿਆਂ ਨੇ ਡੈਮੋਨਸਟ੍ਰੇਸ਼ਨਾਂ ਕੀਤੀਆਂ ਕਿ ਇਹ ਹਮਲਾ ਨਹੀਂ ਹੋਣਾ ਚਾਹੀਦਾ ਵਾਰ ਦੇ ਅਗੇਂਸਟ, ਫਿਰ ਵੀ ਉਹ ਹਮਲਾ ਕੀਤਾ ਔਰ ਹਜ਼ਾਰਾਂ ਬੰਦੇ ਜਿਹੜੇ ਮਾਰੇ ਆ, ਔਰ ਉਹ ਸਾਰਾ ਝੂਠ ਬੋਲ ਕੇ ਕੀਤਾ ਕਿ ਹਾਂ ਸਦਾਮ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਆ। ਉਹ ਝੂਠ ਪ੍ਰੂਵ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਅਸੀਂ ਇਹ ਠੀਕ ਹੀ ਕੀਤਾ ਸੀਗਾ, ਸਦਾਮ ਬਹੁਤ ਮਾੜਾ ਬੰਦਾ ਸੀ, ਅਸੀਂ ਉਹਨੂੰ ਪਰ ਅਸੀਂ ਜਲਿਆਂ ਵਾਲੇ ਬਾਗ ਵੱਲ ਆਉਂਦੇ, ਉਹਦੇ ਤੋਂ ਕੀ ਤੁਸੀਂ ਲੈਸਨ ਜਨਰੇਟ ਕਰਦੇ ਆ ਕਿ ਜਿੰਨਾ ਚਿਰ ਮਤਲਬ ਉਹ ਸਿਸਟਮ ਜਾਰੀ ਆ, ਜਿਹੜੇ ਸਿਸਟਮ ਨੇ ਉਹ ਹਾਲਾਤ ਪੈਦਾ ਕੀਤੇ, ਜਿਹੜੇ ਸਿਸਟਮ ਨੇ ਉਹ ਜ਼ੁਲਮ ਕੀਤੇ ਹੈਗੇ ਆ, ਕੀ ਉਹ ਅੱਜ ਉਸੇ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ ਆਪਣੇ ਇੱਥੇ ਜਾਂ ਹਿੰਦੁਸਤਾਨ ਦੇ ਵਿੱਚ ਵੀ? ਹਿੰਦੁਸਤਾਨ ਚ ਦੇਖ ਲਓ, ਕਸ਼ਮੀਰ ਦੇ ਵਿੱਚ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਮਤਲਬ ਜਿਹੜੇ ਹੈਗੇ ਆ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਆਪਣੇ ਸੈਂਕੜੇ ਬੰਦੇ ਮਾਰੇ ਜਾਂਦੇ ਆ, ਪਿਛਲਿਆਂ 10 ਸਾਲਾਂ ਚ 60,000 ਤੋਂ ਜ਼ਿਆਦਾ ਜਿਹੜੇ ਇਨੋਸੈਂਟ ਕਸ਼ਮੀਰੀ ਆ ਇਹਨਾਂ ਨੂੰ ਹਿੰਦੁਸਤਾਨ ਦੀ ਗੌਰਮੈਂਟ ਨੇ ਮਾਰਿਆ। ਹਿੰਦੁਸਤਾਨ ਦੀ ਗੌਰਮੈਂਟ ਨੇ ਜਲਿਆਂ ਵਾਲੇ ਬਾਗ ਤੋਂ, ਪਰ ਤੁਸੀਂ ਜਲਿਆਂ ਵਾਲੇ ਬਾਗ ਨੂੰ ਇੱਕ ਜਿਹੜੀਆਂ ਮੀਟਿੰਗਾਂ ਦਾ ਰੱਖੀਆਂ ਹੈਗੀਆਂ ਲੰਡਨ ਦੇ ਵਿੱਚ, ਉਹਦੇ ਵਿੱਚ ਫਿਰ ਕੀ ਚੀਜ਼ਾਂ ਤੁਸੀਂ ਜਲਿਆਂ ਵਾਲੇ ਬਾਗ ਤੇ ਕੀ ਡਿਸਕਸ਼ਨ ਕਰਨੀ ਹੈਗੀ ਆ? ਇਹੋ ਡਿਸਕਸ਼ਨ ਨਹੀਂ ਕਰਨੀ ਆ ਕਿ ਕੀ ਇਹ ਜਿਹੜਾ ਅੱਜ ਹਟ ਗਿਆ ਆ, ਜੇ ਨਹੀਂ ਹਟਿਆ ਤਾਂ ਉਹ ਕਿੱਦਾਂ ਹਟੂਗਾ, ਤੇ ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਆ ਜਿਹੜੀਆਂ ਹੈਗੀਆਂ। ਅਪੋਲੋਜਾਈਸ ਇਹਨਾਂ ਨੇ ਜਿਹੜਾ ਹੈਗਾ ਜਿਹੜਾ ਤੁਸੀਂ ਕਹਿੰਦੇ ਡਿਸਕਸ਼ਨ ਹੋਈ ਆ, ਉਹਦੇ ਵਿੱਚ ਵੀ ਰਿਗਰੈਟ ਹੀ ਕੀਤਾ, ਅਪੋਲੋਜਾਈਜ਼ ਵਗੈਰਾ ਕੁਛ ਨਹੀਂ ਕੀਤਾ, ਉਹ ਕੋਈ ਸੰਸੀਅਰ ਅਪੋਲੋਜਾਈਜ਼ ਅਪੋਲੋਜੀ ਨਹੀਂ ਹੋਊਗੀ, ਕਿਉਂਕਿ ਅੱਜ ਉਹੋ ਜਿਹੀਆਂ ਗੱਲਾਂ ਜਿਹੜੀਆਂ ਜਲਿਆਂ ਵਾਲੇ ਬਾਗ ਵਰਗੀਆਂ ਬ੍ਰਿਟਿਸ਼ ਜਿਹੜੇ ਹੈਗੇ ਆ ਸਾਮਰਾਜ, ਉਹ ਅੱਜ ਵੀ ਦੂਸਰਿਆਂ ਮੁਲਕਾਂ ਜਾ ਕੇ ਕਰਦਾ ਆ। ਜੇ ਹਿਸਟੋਰੀਕਲੀ ਦੇਖਿਆ ਜਾਵੇ, ਜਿਹੜੀ ਕਹਿੰਦੀ ਆ ਆਪਣੇ ਮੇ ਨੇ ਕਿਹਾ ਵੀ ਇੱਕ ਸਕਾਰ ਆ, ਹਿਸਟੋਰੀਕਲ ਸਕਾਰ ਆ ਬ੍ਰਿਟਿਸ਼ ਆਪਣੇ ਦੇ ਉੱਤੇ, ਤੇ ਉਹ ਜੇ ਆਪਾਂ ਦੇਖੀਏ ਵੀ ਇਹ ਜਿਹੜਾ ਸਕਾਰ ਆ, ਇਹ ਜਿਹੜਾ ਕਾਲਾ ਧੱਬਾ ਆ, ਫੇਰ ਤਾਂ ਪੂਰਾ ਜਿਹੜਾ ਇਹਨਾਂ ਦਾ ਮੂੰਹ ਹੀ ਕਾਲਾ ਆ ਬ੍ਰਿਟਿਸ਼ ਇੰਪੀਰੀਅਲਿਜ਼ਮ ਦਾ। ਇਹਨਾਂ ਨੇ ਹਿਸਟਰੀ ਦੇ ਵਿੱਚ ਮਿਲੀਅਨ ਜਿਹੜੇ ਹੈਗੇ ਆ, ਸਿਰਫ ਹਿੰਦੁਸਤਾਨ ਚ ਹੀ ਨਹੀਂ ਪੂਰੀ ਵਰਲਡ ਦੇ ਵਿੱਚ, ਅਮਰੀਕਾ ਦੇ ਵਿੱਚ ਇਹਨਾਂ ਨੇ 60 ਮਿਲੀਅਨ ਤੋਂ ਜ਼ਿਆਦਾ ਜਿਹੜੇ ਅਮਰੀਕਨ ਇੰਡੀਜੀਨਸ ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਮਾਰੀ ਆ। ਆਸਟ੍ਰੇਲੀਆ ਚ ਅਬਰਜੀਨੀ ਮਾਰੇ ਹੈਗੇ ਆ, ਸਾਊਥ ਅਫਰੀਕਾ ਚ ਮਾਰੇ ਹੈਗੇ ਆ, ਕਿੰਨੇ ਕੁ ਇਹਨਾਂ ਦੇ ਧੱਬੇ ਜਿਹੜੇ ਉਹ ਅਸੀਂ ਦੇਖੀਏ ਇਹਨਾਂ ਦੇ ਮੂੰਹ ਦੇ, ਤਾਂ ਇਹਨਾਂ ਮੂੰਹ ਪੂਰਾ ਕਾਲਾ ਆ, ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ। ਅੱਜ ਵੀ ਉਹੋ ਹੀ ਆਪਣੇ ਕੰਮ ਕਰ ਰਹੇ ਆ ਜੋ ਇਹਨਾਂ ਨੇ ਹਿਸਟੋਰੀਕਲੀ ਕੀਤੇ ਹੈਗੇ ਆ। ਇਸ ਕਰਕੇ ਇਹ ਜਿਹੜਾ ਇੰਪੀਰੀਅਲਿਸਟ ਸਿਸਟਮ ਆ, ਇਹਨੂੰ ਲੋਕਾਂ ਨੂੰ ਉੱਠ ਕੇ ਖਤਮ ਕਰਨ ਦੀ ਲੋੜ ਹੈਗੀ ਆ। ਜਿੰਨਾ ਚਿਰ ਇਹ ਸਰਮਾਏਦਾਰਾ ਸਿਸਟਮ ਜਾਂ ਇੰਪੀਰੀਅਲਿਸਟ ਸਿਸਟਮ ਜਿਹੜਾ ਹੈ ਉਹ ਜਾਰੀ ਆ, ਉਨਾ ਚਿਰ ਜਲਿਆਂ ਵਾਲਾ ਇੱਕ ਨਹੀਂ ਹਜ਼ਾਰਾਂ ਹੀ ਵਾਪਰਦੇ ਰਹਿਣਗੇ ਔਰ ਵਾਪਰ ਰਹੇ ਆ ਸਾਡੀਆਂ ਅੱਖਾਂ ਦੇ ਸਾਹਮਣੇ। ਉਹਨੂੰ ਬੰਦ ਕਰਨ ਲਈ ਲੋਕਾਂ ਨੂੰ ਉੱਠਣਾ ਪਊਗਾ ਔਰ ਇਹ ਜਿਹੜਾ ਨਿਜ਼ਾਮ ਆ ਉਹਦਾ ਤਖ਼ਤਾ ਉਲਟਾਉਣਾ ਪਊਗਾ। ਹੋਰ ਕੋਈ ਤਰੀਕਾ ਨਹੀਂ ਹੈਗਾ। ਅਪੋਲੋਜਾਈਆਂ ਦੇ ਨਾਲ ਜਿਹੜਾ ਹੈਗਾ ਆ ਉਹ ਜ਼ਖ਼ਮ ਨਹੀਂ ਭਰਦੇ। ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਆਪਣੇ ਕਤਲੇਆਮ ਹੋਇਆ 84 ਦੇ ਵਿੱਚ, ਉਹ ਹਾਲੇ ਬੰਦੇ ਜਿਉਂਦੇ ਆ, ਲੋਕਾਂ ਦੀ ਡਿਮਾਂਡ ਆ ਕਿ ਉਹ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ। ਕੋਈ ਸਜ਼ਾ ਦਿੱਤੀ ਆ ਅੱਜ ਤਾਈਂ? ਕੋਈ ਸਜ਼ਾ, ਕੋਈ ਮਤਲਬ ਜਿਹੜੇ ਵੱਡੇ ਜਿਹੜੇ ਉਹਨਾਂ ਦੇ
ਲੀਡਰ ਆ, ਕੋਈ ਉਹਨਾਂ ਨੂੰ ਸਜ਼ਾ ਨੀ ਦਿੱਤੀ। ਪਰ ਉਹ ਉਸ ਵੇਲੇ ਵੀ ਜਿਹੜੀ ਹੈਗੀ ਆ ਇਹ ਇੰਡੀਆ ਦੇ ਵਿੱਚ ਆਉਂਦਾ ਨਾ, ਅਸੀਂ ਅੱਜ ਇੱਥੇ ਦੇ ਬਾਰੇ ਗੱਲ ਕਰ ਰਹੇ ਹਾਂ। ਇਹਨਾਂ ਨੇ ਸਨਮਾਨਿਆ ਇਹਨਾਂ ਨੂੰ, ਉਹਦੇ ਲਈ 60,000 ਪੌਂਡ ਇੱਥੇ ਦੇ ਜਿਹੜੀ ਕਿ ਟੋਰੀ ਪਾਰਟੀ ਨੇ ਇਕੱਠਾ ਕਰਕੇ ਉਹਨੂੰ ਦਿੱਤਾ। ਤੇ ਇਹ ਬਹੁਤ ਵਧੀਆ ਕੀਤੀ ਇਹ ਇਹਨੇ ਗੱਲ। ਕਿਹੜੀ ਗੱਲ? ਉਹ ਇੱਕ ਸਜ਼ਾ ਦੇਣ ਦੀ ਗੱਲ। ਕਿਹੜੀ ਗੱਲ ਐਕਸਪਲੇਨ ਕਰੂੰਗੇ? 60,000 ਪੌਂਡ ਕਾਹਦੇ ਲਈ ਇਕੱਠਾ ਕਰਕੇ ਦਿੱਤਾ? ਜਦੋਂ ਉਹ ਵਾਪਸ ਆਇਆ ਉਹਨੂੰ ਪਹਿਲਾਂ ਤਾਂ ਮਤਲਬ ਜਿਹੜਾ ਹੈਗਾ ਆ ਥੋੜਾ ਬਹੁਤਾ ਕਹਿੰਦੇ ਜਿੱਦਾਂ ਕਹਿੰਦੇ ਹੁੰਦੇ ਆ ਟੈਪ ਆਨ ਦਾ ਰਿਸਟ, ਥੋੜਾ ਬਹੁਤਾ ਉਹਨੂੰ ਕਿਹਾ ਵੀ ਇਹ ਤੂੰ ਮਾਈਕਲ ਐਡਵਾਇਰ ਤਾਂ ਜਿਹੜੇ ਜਨਰਲ ਡਾਇਰ ਸੀ, ਮੈਂ ਕਰਦਾ ਡਾਇਰ ਦੀ ਗੱਲ। ਅੱਛਾ, ਡਾਇਰ ਦੀ। ਤੇ ਉਸ ਵੇਲੇ ਫੇਰ ਜਿਹੜੀ ਕਿ ਟੋਰੀ ਪਾਰਟੀ ਨੇ ਕਿਹਾ ਵੀ ਇਹ ਤੁਸੀਂ ਬਹੁਤ ਵਧੀਕੀ ਕਰ ਰਹੇ ਹਾਂ, ਇਹਨੂੰ ਕਹਿ ਰਹੇ ਹਾਂ ਵੀ ਇਹਨੇ ਗਲਤ ਕੀਤਾ ਆ। ਤੇ ਟੋਰੀ ਪਾਰਟੀ ਨੇ 60,000 ਪੌਂਡ ਇਕੱਠਾ ਕਰਕੇ ਉਹਨੂੰ ਦਿੱਤਾ ਸੀਗਾ ਉਸ ਵੇਲੇ। ਚਲੋ ਉਹ ਤਾਂ ਫਿਰ ਮਰ ਗਿਆ ਸੀਗਾ ਪਹਿਲਾਂ ਨੈਚੁਰਲ ਡੈਥ, ਪਰ ਜਿਹੜਾ ਹੈਗਾ ਉਹਦਾ ਪੰਜਾਬ ਦਾ ਉਸ ਵੇਲੇ ਗਵਰਨਰ ਜਨਰਲ ਸੀਗਾ ਉਹਨੂੰ ਫਿਰ ਊਧਮ ਸਿੰਘ ਨੇ ਮਾਰਿਆ ਆ ਕੇ ਇੱਥੇ ਸਰ ਮਾਈਕਲ ਐਡਵਾਇਰ। ਤੇ ਇਹ ਗੱਲ ਆ ਕਿ ਇਹਨਾਂ ਨੂੰ ਇਹਨਾਂ ਦੇ ਜਿਉਂਦੇ ਜੀ ਤਾਂ ਕੁਛ ਕਹਿੰਦੇ ਨਹੀਂ ਹੈ, ਔਰ ਬਾਅਦ ਦੇ ਵਿਚ ਅਪੋਲੋਜਾਈਆਂ ਜੇ ਕਰ ਲੈਣ ਜਾਂ ਨਾ ਕਰ ਲੈਣ ਉਹਦਾ ਕੋਈ ਫਰਕ ਨਹੀਂ ਪੈਣਾ, ਜੇ ਅੱਜ ਵੀ ਉਹ ਕੰਮ ਹੋਈ ਜਾਂਦੇ ਆ ਹਿੰਦੁਸਤਾਨ ਚ ਵੀ। ਚਲੋ ਤੁਹਾਡਾ ਉਸ ਲਹਿਰ ਨੇ ਜਿਹੜਾ ਉਹਦਾ ਸਬਕ ਆ ਉਹਨੂੰ ਸਬਕ ਕੀ ਆ, ਉਹ ਸਬਕ ਇਹ ਆ ਆਪਣੇ ਸੀਸ ਸਿੰਘ ਜੀ ਮੇਰੇ ਖਿਆਲ ਦੇ ਮੁਤਾਬਕ ਉਹ ਜਿਹੜਾ ਰੋਲਟ ਐਕਟ ਜਿਹੜਾ ਸੀਗਾ ਉਹਦੇ ਖਿਲਾਫ ਉਹ ਜਿਹੜੀ ਮੀਟਿੰਗ ਹੋ ਰਹੀ ਸੀ ਉਹ ਐਕਟ ਜਿਹੜਾ ਹੈਗਾ ਆ ਉਹ ਕੰਟੀਨਿਊਸ਼ਨ ਸੀ ਜਿਹੜੇ ਵਾਰ ਮੈਜਰ ਸੀਗੇ ਜਦੋਂ ਫਸਟ ਵਰਲਡ ਵਾਰ ਹੋ ਰਹੀ ਸੀ ਉਸ ਵੇਲੇ ਖਾਸ ਕਰਕੇ ਪੰਜਾਬ ਦੇ ਵਿਚ ਜਿਹੜੇ ਗਦਰ ਪਾਰਟੀ ਦੇ ਜਿਹੜੇ ਆਪਣੇ ਕਾਰਕੁਨ ਵਾਪਸ ਆ ਕੇ 8,000 ਤੋਂ ਜ਼ਿਆਦਾ ਉਹ ਬਗਾਵਤ ਜਿਹੜੀ ਆ ਉਹ ਕਰ ਰਹੇ ਸੀ ਆਰਗਨਾਈਜ਼ ਹਿੰਦੁਸਤਾਨ ਦੀਆਂ ਫੌਜਾਂ ਦੇ ਵਿਚ ਤੇ ਫੌਜੋ ਤੁਸੀਂ ਆਪਣੇ ਆਪਣੇ ਇੰਡੀਪੈਂਡੈਂਸ ਲਈ ਲੜੋ ਨਾ ਕਿ ਦੂਜਿਆਂ ਨੂੰ ਚੀਨ ਨੂੰ ਦਬਾਉਣ ਲਈ ਜਾਂ ਹੋਰਨਾਂ ਮੁਲਕਾਂ ਨੂੰ। ਉਹਨਾਂ ਦੇ ਖਿਲਾਫ ਉਹ ਜਿਹੜਾ ਕਾਨੂੰਨ ਐਮਰਜੈਂਸੀ ਕਾਨੂੰਨ ਬਣਾਏ ਗਏ ਸੀਗੇ ਤੇ ਉਹ ਮਤਲਬ ਕਾਨੂੰਨ ਵਾਰ ਖਤਮ ਹੋਣ ਤੋਂ ਬਾਅਦ 6 ਮਹੀਨੇ ਤੱਕ ਲਾਗੂ ਰਹਿ ਸਕਦੇ ਸੀਗੇ, ਉਦੋਂ ਬਾਅਦ ਉਹ ਵਾਰ ਉਹ ਜਿਹੜੇ ਕਾਨੂੰਨ ਆ ਬਿਲਕੁਲ ਜਿਹੜੇ ਹੈਗੇ ਆ ਉਹ ਖਤਮ ਹੋ ਜਾਣੇ ਸੀ। ਉਹਨਾਂ ਕਾਨੂੰਨਾਂ ਨੂੰ ਜਾਰੀ ਰੱਖਣ ਲਈ ਗਦਰ ਪਾਰਟੀ ਦੇ ਜਿਹੜੇ ਇਨਕਲਾਬ ਨੂੰ ਰੋਕਣ ਲਈ ਉਹਨਾਂ ਨੇ ਇਹ ਰੋਲਟ ਐਕਟ ਲਿਆਂਦਾ ਸੀਗਾ। ਸੋ ਉਹ ਤੋਂ ਲੈਸਨ ਸਿੱਖਿਆ ਹੈ ਊਧਮ ਸਿੰਘ ਹੋਣਾ ਨੇ, ਭਗਤ ਸਿੰਘ ਹੋਣਾ ਨੇ, ਉਹਨਾਂ ਨੇ ਜੋ ਗਦਰ ਪਾਰਟੀ ਦੀ ਲਾਈਨ ਸੀਗੀ ਕਿ ਉਹੋ ਜਿਹਾ ਰਾਜ ਲਿਆਉਣਾ ਚਾਹੀਦਾ ਜਿੱਥੇ ਮਤਲਬ ਆਮ ਲੋਕਾਂ ਦੀ ਜਿਹੜੀ ਆ ਸੇ ਹੋਵੇ। ਜਿੱਦਾਂ ਮੌਲਵੀ ਬਰਕਤ ਉੱਲਾ ਨੇ ਕਿਹਾ ਸੀਗਾ ਕਿ ਅੰਗਰੇਜ਼ਾਂ ਨੂੰ ਜਿਹੜਾ ਕੱਢਣਾ ਉਹ ਇੱਕ ਪਹਿਲੀ ਗੱਲ ਆ, ਉਦੋਂ ਬਾਅਦ ਬਹੁਤ ਪਰਤਾਂ ਹੈਗੀਆਂ ਗੁਲਾਮੀ ਦੀਆਂ ਸਾਡੇ ਦੇਸ਼ ਦੇ ਵਿਚ, ਜਿੱਦਾਂ ਜਾਤ ਪਾਤ ਦੀਆਂ, ਲੁੱਟ ਖਸੁੱਟ ਦੀਆਂ, ਸਰਮਾਇਤ, ਇਹ ਇਹਨਾਂ ਗੱਲਾਂ ਨੂੰ ਭਗਤ ਸਿੰਘ ਹੋਣੀ ਅੱਗੇ ਕਹਿ ਰਹੀ ਉਹਨੂੰ ਕੀਤਾ ਹੈਗਾ। ਮਤਲਬ ਤੁਹਾਡਾ ਕਹਿਣ ਦਾ ਭਾਵ ਆ ਜਿਹੜੀਆਂ ਹੈਗੀਆਂ ਅੱਜ ਵੀ ਉਹਨਾਂ ਦੇ ਜਿਹੜੇ ਲੋਕ ਉੱਥੇ ਸ਼ਹੀਦ ਹੋਏ ਆ, ਹਜ਼ਾਰਾਂ ਲੋਕਾਂ ਦਾ ਕਤਲੇਆਮ ਹੋਇਆ, ਉਹਨਾਂ ਦੇ ਸੁਪਨੇ ਅੱਜ ਵੀ ਹੱਲੇ ਅਧੂਰੇ ਪਏ ਹੈਗੇ ਆ। ਤੇ ਮੈਨੂੰ ਇੱਕ ਦੱਸੋ ਹੁਣ ਦਲਵਿੰਦਰ ਜੀ, ਜਿਹੜੀਆਂ ਤੁਸੀਂ ਮੀਟਿੰਗਾਂ ਰਹੀਆਂ ਉਹ ਕਿਹੜੇ ਟਾਈਮ ਤੇ ਕਿਹੜੇ ਦਿਨ ਕਿੱਥੇ ਹੋ ਰਹੀਆਂ, ਜੇ ਸਾਡੇ ਸੋਤਿਆਂ ਚੋਂ ਵੀ ਕੋਈ ਇੱਧਰ ਆਵੇ ਤਾਂ ਉਹ ਅਟੈਂਡ ਕਰ ਸਕੇ, ਉਹ ਮੀਟਿੰਗਾਂ ਬਾਰੇ ਦੱਸੋ ਜੀ ਥੋੜਾ ਜਿਹਾ। ਜੀ ਅਸੀਂ ਚਾਹਵਾਂਗੇ ਕਿ ਵੱਧ ਤੋਂ ਵੱਧ ਲੋਕ ਇਹਨਾਂ ਮੀਟਿੰਗਾਂ ਦੇ ਵਿਚ ਆਉਣ। ਹਾਂਜੀ, ਸੋ ਇਹੋ ਜਿਹੜੀ ਸਾਊਥ ਹਾਲ ਦੀ ਮੀਟਿੰਗ ਆ ਇਹੋ 4 ਵਜੇ ਇਸ ਸੈਟਰਡੇ ਨੂੰ 13 ਤਰੀਕ ਨੂੰ ਹੋ ਰਹੀ ਆ ਡੋਮੀਨੀਅਨ ਹਾਲ ਦੇ ਵਿਚ। ਹਾਂਜੀ, ਤੇ ਜਿਹੜੀ ਇਲਫੋਰਡ ਦੀ ਮੀਟਿੰਗ ਆ ਉਹ ਹੋ ਰਹੀ ਆ 3 ਵਜੇ ਸੰਡੇ ਨੂੰ ਪੰਜਾਬੀ ਸੈਂਟਰ ਦੇ ਵਿਚ ਲੇ ਸਟ੍ਰੀਟ ਦੇ ਵਿਚ। 3 ਵਜੇ ਹਾਂਜੀ, ਉਹ 3 ਵਜੇ ਹੈਗੀ ਆ, ਠੀਕ ਆ ਜੀ। ਸਾਊਥ ਹਾਲ ਵਾਲੀ ਹੈਗੀ ਆ ਉਹ 4 ਵਜੇ ਆ, ਉਹਦੇ ਵਿਚ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਦੀ ਨੁਮਾਇਸ਼ ਵੀ ਹੋਊਗੀ, ਹੋਰ ਵੀ ਜਿਹੜੇ ਆਪਣੇ ਕਤਲੇਆਮ ਹੋਇਆ, ਜੈਨੋਸਾਈਡ ਹੋਇਆ 84 ਦਾ ਕਸ਼ਮੀਰ ਦੇ ਵਿਚ ਹੋ ਰਿਹਾ ਹੋਇਆ, ਜਾਂ ਬਹੁਤ ਸਾਰੀਆਂ ਅਸੀਂ ਫੋਟੋ ਜਿਹੜੀਆਂ ਉਹਨਾਂ ਦੀ ਐਗਜੀਬਿਸ਼ਨ ਉੱਥੇ
ਲਾਵਾਂਗੇ ਜਿਸ ਤੋਂ ਮਤਲਬ ਦੇਖਿਆ ਜਾ ਸਕਦਾ ਅੱਜ ਕੀ ਹੋ ਰਿਹਾ ਤੇ ਗਾਹ ਕੀ ਕਰਨਾ ਚਾਹੀਦਾ ਉਹ ਤੇ ਡਿਸਕਸ਼ਨਾਂ ਹੋਣਗੀਆਂ ਕੋਈ ਵੀ ਕੁਐਸਚਨ ਜਿਹੜਾ ਹੈਗਾ ਆ ਇੱਥੇ ਬਾਰੇ ਜਾਂ ਮਤਲਬ ਹਿੰਦੁਸਤਾਨ ਬਾਰੇ ਜਿਹੜਾ ਹੈਗਾ ਉਹ ਪੁੱਛਿਆ ਜਾ ਸਕਦਾ ਉਹਨਾਂ ਦੇ ਉੱਤੇ ਆਪਣੇ ਚਰਚਾ ਜਿਹੜੀ ਆ ਹੋ ਸਕਦੀ ਆ ਹਰ ਇੱਕ ਨੂੰ ਮਤਲਬ ਅਸੀਂ ਮਤਲਬ ਕੁਐਸਚਨ ਪੁੱਛਣ ਦਾ ਹੱਕ ਦੇਵਾਂਗੇ ਔਰ ਇਹਦੀ ਇਸ ਮੀਟਿੰਗ ਦੇ ਵਾਸਤੇ ਕਿਸੇ ਨੇ ਵੀ ਸੋਲੀਡੈਰਿਟੀ ਮੈਸੇਜ ਦੇਣਾ ਹੋਵੇ ਉਹਦੀ ਵੀ ਪਰਮਿਸ਼ਨ ਹੋਊਗੀ ਬਹੁਤ ਬਹੁਤ ਧੰਨਵਾਦ ਦਲਵਿੰਦਰ ਜੀ ਅਪੋਲੋਜੀ ਨਾਲ ਕੋਈ ਫਰਕ ਨਹੀਂ ਪੈਣਾ ਜੇ ਸੰਸੀਅਰ ਅਪੋਲੋਜੀ ਹੋਵੇ ਤਾਂ ਹੀ ਗੱਲ ਬਣਦੀ ਹੈਗੀ ਆ ਚਲੋ ਆਪਾਂ ਉਹਨਾਂ ਦੇ ਹਰ ਇੱਕ ਦੇ ਵਿਅਕਤੀ ਦੇ ਆਪਣੇ ਵਿਚਾਰ ਉਹਨਾਂ ਦੇ ਆਪੋ ਆਪਣੇ ਹੈਗੇ ਆ ਤੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੈਗੇ ਆ ਤੇ ਸਾਡਾ ਕੋਈ ਨੂਰ ਦਾ ਉਹਦੇ ਨਾਲ ਸਹਿਮਤ ਹੋਣਾ ਜਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਉਹਦੇ ਨਾਲ ਅਸੀਂ ਅੱਜ ਮਸਲਾ ਡਿਸਕਸ ਕਰ ਰਹੇ ਹੈਗੇ ਆ ਕਿ ਗੌਰਮੈਂਟ ਨੂੰ ਇੱਥੇ ਦੀ ਬਰਤਾਨੀਆ ਦੀ ਸਰਕਾਰ ਨੂੰ ਇਹ ਅਪੋਲੋਜੀ ਕਰਨੀ ਚਾਹੀਦੀ ਸੀ ਕਿ ਨਹੀਂ ਜਿਹੜੇ ਜਲਿਆਂ ਵਾਲੇ ਬਾਗ ਵਿਚ ਜਿੱਥੇ ਸੈਂਕੜੇ ਲੋਕ ਉਸ ਦਿਨ ਅੱਜ ਤੋਂ 100 ਸਾਲ ਪਹਿਲਾਂ ਬਿਨਾਂ ਵਾਰਨਿੰਗ ਦਿੱਤੇ ਗੋਲੀਆਂ ਨਾਲ ਭੁੰਨ ਦਿੱਤੇ ਗਏ ਸੀਗੇ ਤੇ ਇਹਦੇ ਨਾਲ ਹਜ਼ਾਰਾਂ ਜ਼ਖਮੀ ਹੋਏ ਸੀ ਕਿ ਅੱਜ ਜਦਕਿ ਪ੍ਰਧਾਨ ਮੰਤਰੀ ਨੇ ਇੱਥੇ ਕਿਹਾ ਇਹ ਸਾਡੇ ਤੇ ਇੱਕ ਕਾਲਾ ਧੱਬਾ ਹੈਗਾ ਬਹੁਤ ਜਿਹੜਾ ਸਕਾਰ ਹੈਗਾ ਜਿਹੜਾ ਹਮੇਸ਼ਾ ਹੀ ਚੁੱਭਦਾ ਹੈਗਾ ਤੇ ਦੂਸਰੇ ਪਾਸੇ ਵੱਖ ਵੱਖ ਜਿਹੜੇ ਐਮ ਪੀਆਂ ਨੇ ਮੰਗ ਵੀ ਕੀਤੀ ਹੈਗੀ ਆ ਪਰ ਸੋ ਫਾਰ ਗੌਰਮੈਂਟ ਫੇਲ ਹੋਈ ਆ ਅਪੋਲੋਜੀ ਕਰਨ ਤੋਂ ਉਹਨਾਂ ਨੇ ਇਹਦੇ ਲਈ ਫੋਰਨ ਮਿਨਿਸਟਰ ਦਾ ਕਹਿਣਾ ਹੈਗਾ ਵੀ ਇਹਦੇ ਨਾਲ ਫਾਈਨੈਂਸ਼ੀਅਲ ਇੰਪਲੀਮੈਂਟੇਸ਼ਨਾਂ ਆਉਣੀਆਂ ਹੈਗੀਆਂ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੈਗੇ ਆ ਚਲੋ ਡਾਕਟਰ ਸਾਹਿਬ ਆ ਚੁੱਕੇ ਆ ਡਾਕਟਰ ਸ਼ੀਸ਼ ਮਲਹੋਤਰਾ ਉਹਨਾਂ ਵੱਲ ਚੱਲਦੇ ਹੈਗੇ ਆ ਉਹ ਅੱਜ ਦੇ ਵਿਸ਼ੇ ਬਾਰੇ ਦਾ ਉਹ ਕਿਸ ਤਰ੍ਹਾਂ ਸਮਝਦੇ ਹੈਗੇ ਆ ਕਿ ਅਪੋਲੋਜੀ ਕਰਨੀ ਚਾਹੀਦੀ ਆ ਜਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਕਿਸ ਤਰ੍ਹਾਂ ਹੈਗਾ ਡਾਕਟਰ ਹਰੀਸ਼ ਮਲਹੋਤਰਾ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਕਰਦੇ ਹੈਗੇ ਸਵਾਗਤ ਕਰਦੇ ਹਾਂਗਾ ਤੁਸੀਂ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਜਲ ਸਾਹਿਬ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਤੁਹਾਨੂੰ ਵੀ ਤੇ ਸੁਣਨ ਵੀ ਮੈਂ ਸਮਝਦਾ ਵੀ ਇਹ ਤੁਸੀਂ ਵਿਸ਼ਾ ਜਿਹੜਾ ਲੈ ਕੇ ਆਉਂਦਾ ਬਹੁਤ ਹੀ ਇੰਪੋਰਟੈਂਟ ਹੈਗਾ ਤੇ ਖਾਸ ਕਰਕੇ ਆਪਣੇ ਪੰਜਾਬੀਆਂ ਦੇ ਇੰਡੀਅਨ ਲਈ ਇਹ ਬਹੁਤ ਹੀ ਮਹੱਤਵਪੂਰਨ ਹੈਗਾ ਜਿੱਥੋਂ ਤੱਕ ਅਪੋਲੋਜੀ ਦੀ ਗੱਲ ਹੈਗੀ ਆ ਬਹੁਤ ਜਿਹੜੇ ਸਾਇੰਸ ਜਾਣ ਕੇ ਇੱਥੋਂ ਬਹੁਤ ਸਾਇੰਸ ਜਾਣ ਕਰਾਏ ਹੈਗੇ ਬਰਤਾਨੀਆ ਦੇ ਵਿੱਚ ਜਿਹਦੇ ਵਿੱਚ ਕਿ ਮੈਂ ਵੀ ਸ਼ਾਮਲ ਸੀਗਾ ਵੀ ਤਾਂ ਕਿ ਗੌਰਮੈਂਟ ਨੂੰ ਇਹ ਕਿਹਾ ਜਾਵੇ ਲੈ ਵੀ ਸਾਨੂੰ ਉਹ ਅਪੋਲੋਜੀ ਕਰੇ ਜਾਣ ਕਿ ਜਿਹੜੇ ਨੱਥੇ ਲੋਕ 100 ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ ਨੂੰ ਜਾਣ ਕਿ 1919 ਜਾਣ ਕੇ ਮਾਰੇ ਸੀਗੇ ਮੈਂ ਸਮਝਦਾ ਵੀ ਇਹ ਅਪੋਲੋਜੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਰੀਜ਼ਨ ਜਾਣੀ ਕਿ ਇਹ ਹੈ ਵੀ ਇਹਨਾਂ ਨੇ ਜੇ ਆਪਾਂ ਚਾਰਲਸ ਡਾਰਵਿਨ ਦੀ ਵੀ ਲਈ ਇਹਨਾਂ ਨੇ ਚਾਰਲਸ ਡਾਰਵਿਨ ਤੋਂ ਵੀ ਅਪੋਲੋਜੀ ਜਾਣ ਕੇ ਮੰਗ ਲਈ ਸੀਗੀ ਯਾਨੀ ਟੋਨੀ ਬਲੇਅਰ ਨੇ ਫਿਰ ਇਹਨਾਂ ਨੇ ਜਿਹੜੀ ਅਪੋਲੋਜੀ ਹੈਗੀ ਆ ਸਲੇਵਰੀ ਬਾਰੇ ਵੀ ਇਹਨਾਂ ਨੇ ਅਪੋਲੋਜੀ ਜਾਣ ਕੇ ਮੰਗੀ ਹੈ ਮੈਂ ਸਮਝਦਾ ਲਿਆ ਵੀ ਇਹ ਉਹਦੇ ਨਾਲ ਜਿਹੜਾ ਇੱਕ ਕਿਸਮ ਦੀ ਐਕਨੋਲਜਮੈਂਟ ਹੈ ਲੈ ਵੀ ਸਾਡੇ ਤੋਂ ਬਹੁਤ ਵੱਡੀ ਉਹ ਗਲਤੀ ਹੋਈ ਹੈ ਤੇ ਉੱਥੇ ਯਾਨੀ ਕਿ ਲੈਸਨ ਲਰਨ ਕਰਨ ਦੀ ਜ਼ਰੂਰਤ ਹੈ ਚਾਹੇ ਲੈਸਨ ਲਰਨ ਕਰਦੇ ਜਾਂ ਨਹੀਂ ਕਰਦੇ ਹੈਗੇ ਪਰ ਇਹਦੇ ਨਾਲ ਥੋੜੀ ਬਹੁਤ ਯਾਨੀ ਕਿ ਲੋਕਾਂ ਨੂੰ ਜਿਹੜੀ ਕੰਸੋਲੇਸ਼ਨ ਜਿਹੜੀ ਹੈਗੀ ਆ ਉਹ ਮਿਲਦੀ ਹੈਗੀ ਇਸ ਕਰਕੇ ਮੈਂ ਸਮਝਦਾ ਵੀ ਇਹਨਾਂ ਨੂੰ ਅਪੋਲੋਜੀ ਇਹ ਕਰਨੀ ਚਾਹੀਦੀ ਸੀਗੀ ਪਰ ਇਹ ਜੋ ਕੁਛ ਇਹਨਾਂ ਨੇ ਡਿਸਕਸ਼ਨ ਯਾਨੀ ਕਿ ਹੁਣ ਕੀਤੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਨੇ ਯਾਨੀ ਕਿ ਇਹਨੂੰ ਐਵੇਂ ਜਿੱਦਾਂ ਹਨਾ ਗੱਲ ਨੂੰ ਅੱਗੇ ਜਿਹੜਾ ਇੱਕ ਪਾਸੇ ਲਾਤਾ ਹੈਗਾ ਵੀ ਅਪੋਲੋਜੀ ਇਹਨਾਂ ਨੇ ਸੰਸੀਅਰਲੀ ਅਪੋਲੋਜੀ ਮੰਗੀ ਨਹੀਂ ਹੈ ਮੈਨੂੰ ਇਸ ਚੀਜ਼ ਦਾ ਯਾਨੀ ਕਿ ਦੁੱਖ ਹੈ ਪਰਸਨਲੀ ਕਿਉਂਕਿ ਬਹੁਤ ਸਾਰੇ ਸਾਇੰਸ ਲੋਕਾਂ ਦੇ ਮੈਂ ਵੀ ਸਿੱਖ ਰਹੇ ਤੇ ਅਸੀਂ ਬਹੁਤ ਸਾਰੇ ਯਾਨੀ ਕਿ ਇੱਥੇ ਰੇਡੀਓ ਤੇ ਵੀ ਟੈਲੀਵਿਜ਼ਨ ਤੇ ਵੀ ਯਾਨੀ ਕਿ ਬਹੁਤ ਸਾਰੇ ਪ੍ਰੋਗਰਾਮ ਯਾਨੀ ਕੀਤੇ ਸੀ ਤਾਂ ਕਿ ਲੋਕ ਇਹਦੇ ਬਾਰੇ ਡਿਮਾਂਡ ਕਰ ਸਕਣ ਦੂਸਰੀ ਯਾਨੀ ਕਿ ਪਰ ਅਪੋਲੋਜੀ ਨੂੰ ਕਿੱਦਾਂ ਤੁਸੀਂ ਲੈਂਦੇ ਆ ਜਦਕਿ ਉਹ ਇਹਨਾਂ ਦੀਆਂ ਜਿੰਨਾ ਚਿਕਰ ਆਪਣੀਆਂ ਫੋਰਨ ਪਾਲਿਸੀਆਂ ਨਹੀਂ ਬਦਲਦੇ ਹੋਰ ਸਾਰਾ ਕੁਛ ਆ ਦੇਖੋ ਇਰਾਕ ਦੇ ਵਿੱਚ ਕਿੰਨੇ ਲੋਕਾਂ ਹਜ਼ਾਰਾਂ ਲੋਕਾਂ ਦਾ ਕਾਂਡਕਾਰ ਹੋ ਗਿਆ ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਪ੍ਰਧਾਨ ਮੰਤਰੀ ਉਸ ਵੇਲੇ ਨੇ ਬ੍ਰਿਟਿਸ਼ ਪਾਰਲੀਮੈਂਟ ਨੂੰ ਮਿਸਲੈਡ ਕੀਤਾ ਹਜ਼ਾਰਾਂ ਲੋਕ ਇੱਥੇ ਘੁਰਲਾਉਂਦੇ ਰਹੇ ਲੜਾਈ ਨਾ ਲਾਓ ਨਾ ਨਾ ਲਾਓ ਕਿੱਥੇ ਕਿੱਥੇ ਅਪੋਲੋਜੀਆਂ ਇਹਨਾਂ ਦੀਆਂ ਆਉਣ ਵਾਲੇ ਸਮੇਂ ਚ ਸਾਹਮਣੇ ਆਉਣਗੀਆਂ ਦੇਖੋ ਗਿੱਲ ਸਾਹਿਬ ਯਾਨੀ ਕਿ ਉਸ ਟਾਈਮ ਤੇ ਵੀ ਇਰਾਕ ਦੇ ਟਾਈਮ ਦੇ ਵੀ ਜਿਹੜਾ ਸੀ ਟੋਨੀ ਬਲੇਅਰ ਨੇ ਝੂਠ ਬੋਲਿਆ ਇਹ ਬਿਲਕੁਲ ਤੁਹਾਡੀ ਗੱਲ ਸੱਚੀ ਹੈਗੀ ਆ ਪਾਰਲੀਮੈਂਟ ਨੂੰ ਝੂਠ ਬੋਲਿਆ ਸਾਰੀ ਦੁਨੀਆਂ ਨੂੰ ਝੂਠ ਬੋਲਿਆ ਤੇ ਬ੍ਰਿਟਿਸ਼ ਲੋਕਾਂ ਨੂੰ ਯਾਨੀ ਕਿ ਝੂਠ ਬੋਲਿਆ ਤੇ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੇ ਜਿਹੜਾ ਹੈਗਾ ਉਸ ਟਾਈਮ ਤੇ ਪ੍ਰੋਟੈਸਟ ਵੀ ਕੀਤਾ ਇਸ ਦੇ ਖਿਲਾਫ਼ ਤੇ ਬਹੁਤ ਸਾਰੇ ਮਿਨਿਸਟਰਸ ਨੇ ਜਿਹੜਾ ਹੈਗਾ ਉਦੋਂ ਰਿਜ਼ਾਈਨ ਵੀ ਯਾਨੀ ਕਿ ਕੀਤਾ ਸੀਗਾ ਮੈਂ ਤੁਹਾਡੀ ਗੱਲ ਮੰਨਦਾ ਹੈਗਾ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੈਗੀਆਂ ਸਾਮਰਾਜ ਯਾਨੀ ਕਿਹੜੇ ਕਰਦੇ ਹੈਗੇ ਆ
ਈਵਨ ਯਾਨੀ ਕਿ ਮੈਂ ਇਸ ਚੀਜ਼ ਤੇ ਵੀ ਹੈਰਾਨ ਹੈ ਲੈ ਵੀ ਇੰਡੀਆ ਗਵਰਨਮੈਂਟ ਨੇ ਇਹਨਾਂ ਤੇ ਕਿਉਂ ਨਹੀਂ ਪ੍ਰੈਸ਼ਰ ਪਾਇਆ ਲੈ ਵੀ ਉਹਨਾਂ ਨੂੰ 100 ਸਾਲ ਦੇ ਬਾਅਦ ਹੁਣ ਅਪੋਲੋਜੀ ਕਰਨੀ ਚਾਹੀਦੀ ਹੈ, ਆਈ ਐਮ ਵੈਰੀ ਸਰਪ੍ਰਾਈਜ਼ ਗਵਰਨਮੈਂਟ ਨੂੰ ਵੀ ਇਹਨਾਂ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਸੀਗਾ ਵੀ ਤੁਸੀਂ ਯਾਨੀ ਕਿ ਜੋ ਕੁਛ ਕੀਤਾ ਸੀਗਾ ਗਲਤ ਸੀਗਾ ਤੇ ਉਹਦੇ ਬਾਰੇ ਅਪੋਲੋਜੀ ਯਾਨੀ ਕਿ ਕਰਨੀ ਚਾਹੀਦੀ ਸੀਗੀ। ਇੱਥੇ ਕਿ ਹੋਰ ਇਹਦੇ ਨਾਲ ਯਾਨੀ ਕਿ ਜਿਹੜੀ ਮੈਂ ਗੱਲ ਇਹ ਵੀ ਕਰਨੀ ਚਾਹੁੰਦਾ ਲਿਆ ਵੀ ਉਸ ਟਾਈਮ ਤੇ ਵੀ ਜਿਹੜਾ ਐਡਵਾਇਸ ਸੀਗਾ ਉਹਨੇ ਜਿਹੜੀ ਆਰਮੀ ਵੀ ਉੱਥੇ ਲੈ ਕੇ ਗਿਆ ਉਹ ਗੋਰਖਾ ਸੀਗੇ ਯਾਨੀ ਕਿ ਜਾਂ ਬਲੋਚੀ ਸੀਗੇ, ਉਹਨਾਂ ਵਿੱਚੋਂ ਪੰਜਾਬੀ ਯਾਨੀ ਕਿ ਉਹਨੇ ਆਰਮੀ ਬਿਲਕੁਲ ਨਹੀਂ ਯੂਜ਼ ਕੀਤੀ, ਉਹਨੂੰ ਪਤਾ ਸੀ ਲੈ ਵੀ ਉਹ ਪੰਜਾਬੀ ਸ਼ਾਇਦ ਦਾ ਕਹਿਣਾ ਨਾ ਮੰਨਣ ਤੇ ਇਸ ਕਰਕੇ ਉਹਨੇ ਇਹ ਯਾਨੀ ਜਿਹੜਾ ਕੰਮ ਕੀਤਾ ਸੀ। ਅਨੀਤਾ ਆਨੰਦ ਨੇ ਯਾਨੀ ਕਿ ਕਿਤਾਬ ਜਿਹੜੀ ਹੈਗੀ ਆ ਹੁਣੇ ਰੀਸੈਂਟਲੀ ਉਹਨੇ ਲਿਖੀ ਹੈਗੀ ਪੇਸ਼ੈਂਟ ਅਸੈਸਨ ਜਿਹੜੀ ਕਿ ਸ਼ਹੀਦ ਊਧਮ ਸਿੰਘ ਬਾਰੇ ਯਾਨੀ ਕਿ ਕਿਤਾਬ ਹੈਗੀ ਆ, ਮੈਂ ਸਮਝ ਲਿਆ ਵੀ ਉਹ ਜਿਹੜੀ ਉਹਨੇ ਕਾਫੀ ਖੋਜ ਤੋਂ ਬਾਅਦ ਜਿਹੜੀ ਉਹ ਕਿਤਾਬ ਲਿਖੀ ਤੇ ਬਹੁਤ ਸਾਰੇ ਨਵੇਂ ਤੱਥ ਯਾਨੀ ਕਿ ਜਿਹੜੇ ਹੈਗੇ ਸਾਹਮਣੇ ਲੈ ਕੇ ਆਉਂਦੇ ਸਾਨੂੰ ਯਾਨੀ ਕਿ ਇਹ ਪਤਾ ਲੱਗਦਾ ਹੈਗਾ ਵੀ ਉਸ ਸਮੇਂ ਦੇ ਹਾਲਾਤ ਕੀ ਸੀਗੇ ਤੇ ਉਦੋਂ ਯਾਨੀ ਕਿ ਕਿੱਦਾਂ ਇਹ ਹੋਇਆ ਹੈਗਾ ਤੇ ਨਾਲ ਦੀ ਨਾਲ ਯਾਨੀ ਕਿ ਮੈਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਲੈ ਵੀ ਅਸੀਂ ਪੰਜਾਬੀ ਜਿਹੜੇ ਬਹੁਤ ਅਸੀਂ ਬਹੁਤ ਜਗ੍ਹਾ ਤੇ ਅਸੀਂ ਬਹੁਤ ਵੱਡੇ ਵੱਡੇ ਕੰਮ ਯਾਨੀ ਕਿ ਕਰਦੇ ਹੈਗੇ ਹਾਂ ਪਰ ਕਈ ਵਾਰੀ ਅਸੀਂ ਆਪਣੇ ਇਤਿਹਾਸ ਨੂੰ ਜਿਹੜਾ ਹੈਗਾ ਸਾਂਭ ਕੇ ਨਹੀਂ ਰੱਖਦੇ ਯਾਨੀ ਕਿ ਜਾਂ ਉਹਦੇ ਬਾਰੇ ਚੰਗੀ ਤਰ੍ਹਾਂ ਖੋਜ ਨਹੀਂ ਕਰਦੇ। ਜਿਹੜਾ ਕਿ ਹੁਣ ਜਲਿਆਂਵਾਲੇ ਬਾਗ ਦੀ ਵੀ ਗੱਲ ਹੈ ਜਿਹੜਾ ਉਸ ਟਾਈਮ ਦਾ ਜੋ ਦ੍ਰਿਸ਼ ਸੀਗਾ ਉਹਨੂੰ ਅਸੀਂ ਜਿਹੜਾ ਹੈਗਾ ਬਿਲਕੁਲ ਖਤਮ ਕਰਤਾ ਹੈਗਾ, ਉੱਥੇ ਫੁੱਲ ਬੂਟੇ ਕਹਿੰਦੇ ਲਾ ਤੇ ਗਏ, ਮੇਰੇ ਤੋਂ ਜਾ ਤਾਂ ਪਰ ਦਿਸ ਵੀ ਪਟਾ ਮੇਰੀ ਮੈਂ ਸਲਾਹ ਵੀ ਇਹ ਬਹੁਤ ਸਾਡੀਆਂ ਨਿਦਾਨੀਆਂ ਹੈਗੀਆਂ ਜਿਹੜੀਆਂ ਅਸੀਂ ਮੂਰਖਤਾਵਾਂ ਕਰਦੇ ਹੈਗੇ ਹਾਂ ਉਹ ਜਿਹੜੀਆਂ ਗੱਲਾਂ ਹੈਗੀਆਂ ਅਸੀਂ ਸਾਂਭ ਕੇ ਨਹੀਂ ਰੱਖਦੇ ਜਾਂ ਇੱਦਾਂ ਹੀ ਸਰਹੰਦ ਦੇ ਵਿੱਚ ਯਾਨੀ ਕਿ ਜਿਹੜੀਆਂ ਗੁਰੂ ਸਾਹਿਬ ਦੇ ਬੱਚਿਆਂ ਦੀ ਯਾਨੀ ਕਿ ਜਿਹੜੀਆਂ ਜਿਹਨਾਂ ਨਿਯਮਾਂ ਵਿੱਚ ਉਹਨਾਂ ਨੂੰ ਚੁਣਾਇਆ ਗਿਆ ਸੀ ਜਿਹਨਾਂ ਕੰਧਾਂ ਵਿੱਚ ਚੁਣਾਇਆ ਗਿਆ ਸੀ ਉਹਨਾਂ ਨੂੰ ਵੀ ਕਹਿੰਦੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਚੱਕਤਾ ਹੈਗਾ ਤੇ ਉੱਥੇ ਯਾਨੀ ਕਿ ਜਿਹੜਾ ਪੱਥਰ ਯਾਨੀ ਕਿ ਲਾਤਾ ਹੈਗਾ। ਮੈਂ ਸਲਾਹ ਵੀ ਇਹ ਗੱਲਾਂ ਯਾਨੀ ਕਿ ਜਿਹੜੀਆਂ ਹਿਸਟੋਰੀਕਲ ਹੈਗੀਆਂ ਸਾਨੂੰ ਅਜੇ ਤੱਕ ਇਹ ਅਕਲ ਨਹੀਂ ਆਈ ਪੰਜਾਬੀਆਂ ਨੂੰ ਜਾਂ ਖਾਸ ਕਰਕੇ ਇੰਡੀਅਨਸ ਨੂੰ ਵੀ ਜਿਹੜੀ ਸਾਡੀ ਹਿਸਟਰੀ ਹੈਗੀ ਹੈ ਇਟਸ ਵੈਰੀ ਵੈਰੀ ਇੰਪੋਰਟੈਂਟ, ਉਹਨੂੰ ਉਸੇ ਤਰ੍ਹਾਂ ਸਾਂਭ ਕੇ ਰੱਖਣਾ ਯਾਨੀ ਕਿ ਬਹੁਤ ਜ਼ਰੂਰੀ ਹੁੰਦਾ ਕਿ ਸਾਡੀ ਆਉਣ ਵਾਲੀ ਜੇ ਜਨਰੇਸ਼ਨ ਹੈਗੀ ਆ ਉਹਨੂੰ ਪਤਾ ਲੱਗ ਸਕੇ ਸਾਡੇ ਤੇ ਕੀ ਅਤਿਆਚਾਰ ਹੁੰਦੇ ਰਹੇ ਸਾਡੇ ਯਾਨੀ ਕਿ ਪੁਰਖਿਆਂ ਨੇ ਕੀ ਉਹਦੇ ਬਾਰੇ ਸਟਰਗਲ ਕੀਤੀ ਹੈਗੀ ਆ। ਪਰ ਡਾਕਟਰ ਸਾਹਿਬ ਮੈਂ ਇੱਕ ਤੁਹਾਡੇ ਵੱਲ ਧਿਆਨ ਜਿੱਥੋਂ ਆਉਣਾ ਹੈਗਾ ਵੀ ਦੇਖੋ ਇੱਕ ਪਾਸੇ ਤਾਂ ਬਰਤਾਨੀਆ ਦੇ ਵਿੱਚ ਇਹ ਲੋਕਾਂ ਵੱਲੋਂ ਆਵਾਜ਼ ਉੱਠ ਰਹੀ ਹੈਗੀ ਆ ਇਨਸਾਫ ਪਸੰਦ ਲੋਕਾਂ ਵੱਲੋਂ ਤੁਹਾਨੂੰ ਅਪੋਲੋਜੀ ਕਰੋ, ਦੂਸਰੇ ਪਾਸੇ ਸਾਡਾ ਆਪਣਾ ਸਿਸਟਮ ਹੈਗਾ ਤੇ ਜਿੱਥੇ ਇਹਨਾਂ ਇਹੋ ਡਾਇਰ ਨੇ ਜਨਰਲ ਜਿਹੜਾ ਬ੍ਰਿਗੇਡੀਅਰ ਸੀਗਾ ਉਸ ਵੇਲੇ ਉਹਨੇ ਗੋਲੀ ਚਲਾਈ ਉਹਨੂੰ ਹਰਿਮੰਦਰ ਸਾਹਿਬ ਦੇ ਵਿੱਚ ਸਰੋਪਾ ਦਿੱਤਾ ਤੇ ਅਸੀਂ ਉਹਨੂੰ ਕਿੱਦਾਂ ਲੈਂਦੇ ਹਾਂ, ਸਾਡੇ ਆਪਣੇ ਹੀ ਬੰਦੇ ਉਸ ਗੱਲ ਨੂੰ ਸਰੋਪਾ ਦਿੰਦੇ ਆ। ਅੱਜ ਤੱਕ ਅਸੀਂ ਉਹਨਾਂ ਬੰਦਿਆਂ ਨੂੰ ਕਿੰਨਾ ਕੁ ਐਕਸਪੋਜ਼ ਕਰ ਸਕੇ ਹਾਂ, ਕੌਣ ਸੀਗੇ ਬੰਦੇ, ਕੌਣ ਕਿਹਨਾਂ ਨੂੰ ਰਿਪੈਂਟ ਕਰਦੇ ਸੀਗੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਤੇ ਜਿੱਥੇ ਕੁਛ ਹੀ ਝਾੜ ਤੋਂ ਕੁਛ ਹੀ 100-150 ਝਾੜ ਤੇ ਇਹੋ ਜਲਿਆਂਵਾਲਾ ਬਾਗ ਆ ਐਡਾ ਵੱਡਾ ਜ਼ੁਲਮ ਹੋਇਆ ਹੋਵੇ। ਜਿਹੜੇ ਅੰਮ੍ਰਿਤਸਰ ਵਿਸਾਖੀ ਦੇਖਣ ਵੀ ਉਸ ਵੇਲੇ ਆਏ ਸੀ ਉਹ ਵੀ ਇਸ ਮੀਟਿੰਗ ਚ ਸ਼ਾਮਲ ਸੀਗੇ ਜਿਹੜੇ ਕਿ ਉਹਨਾਂ ਨੂੰ ਭੁੰਨ ਦਿੱਤਾ ਗਿਆ ਸੀਗਾ ਵੀ ਉਹਨਾਂ ਬੰਦਿਆਂ ਨੂੰ ਕਿ ਅੱਜ ਉੱਥੇ ਵੀ ਜਿਹੜੀ ਸਰਮੋਰ ਜਨਤਾ ਜਿਹੜੀ ਸੰਸਥਾ ਹੈਗੀ ਆ ਉਹਨੂੰ ਵੀ ਉਸ ਵੱਲ ਗੱਲ ਨੂੰ ਕੰਡੈਮ ਕਰਨਾ ਚਾਹੀਦਾ ਜਿਹੜੇ ਵੀ ਬੰਦਿਆਂ ਨੇ ਇਹ ਉਸ ਵੇਲੇ ਇੱਦਾਂ ਦਾ ਕਾਰਾ ਕੀਤਾ ਸੀਗਾ ਵੀ ਜਿੱਥੇ ਇੰਨੇ ਬੰਦੇ ਲੋਕ ਹੱਥੇ ਮਾਰੇ ਵਰਲਡ ਦੀ ਕਮਿਊਨਿਟੀ ਸਾਰੀ ਤਾਂ ਇਸ ਗੱਲ ਨੂੰ ਕੰਡੈਮ ਕਰਦੀ ਹੈਗੀ ਆ ਜਿੱਥੇ ਜਿਹੜਾ ਜਿਹੜਾ ਵੀ ਇਨਸਾਫ ਪਸੰਦ ਲੋਕ ਉੱਥੇ ਇੱਦਾਂ ਦੇ ਕਿੱਦਾਂ ਬੰਦਿਆਂ ਨੂੰ ਤੁਸੀਂ ਲਾਉਂਗੇ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੀਜਲ ਜੀ। ਸਿਮਰਜੀਤ ਸਿੰਘ ਮਾਨ ਦਾ ਉਹ ਨਾਨਾ ਸੀਗਾ ਰੂਪ ਸਿੰਘ ਜਿਹੜਾ ਕਿ ਉਦੋਂ ਉੱਥੇ ਕਰਤਾ ਧਰਤਾ ਸੀਗਾ ਹਰਿਮੰਦਰ ਸਾਹਿਬ ਵਿੱਚ ਤੇ ਉਹਨੇ ਅਡਵਾਇਰ ਨੂੰ ਯਾਨੀ ਕਿਹੜਾ ਹੈਗਾ ਸਰੋਪਾ ਦਿੱਤਾ ਤੇ ਉਹ ਜਦੋਂ ਕਿ ਅਡਵਾਇਰ ਯਾਨੀ ਕਿ ਚੇਨ ਸਮੋਕਰ ਸੀ ਉਹਦੀਆਂ ਸਿਗਰਟਾਂ ਜਿਹੜੀਆਂ ਹੈਗੀਆਂ ਈਵਨ ਕਹਿੰਦੇ ਉੱਥੇ ਸਿਗਰਟ ਵੀ ਯਾਨੀ ਕਿ ਉਹਨੂੰ ਆਫਰ ਕੀਤੀ ਹੈ ਉਹਦੀਆਂ ਦੋਨਾਂ ਜੇਬਾਂ ਯਾਨੀ ਕਿ ਸਿਗਰਟਾਂ। ਪਰ ਮੈਨੂੰ ਇਹੋ ਐਵੀਡੈਂਸ ਨਹੀਂ ਕੋਈ ਹੈਗੇ ਪਰ ਜੇ ਤਾਂ ਹੋਇਆ ਹੋਇਆ ਤਾਂ ਬਹੁਤ ਇਸ ਐਵੀਡੈਂਸ ਦੀ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਅਨੀਤਾ ਆਨੰਦ ਦੀ ਮੈਂ ਇੰਟਰਵਿਊ ਜਿਹੜੀ ਹੈਗੀ ਉਹ ਹੁਣੇ ਸੁਣੀ ਸੀ ਬੀਬੀਸੀ ਵਿੱਚ ਉਹਨੇ ਦੱਸਿਆ ਹੈਗਾ ਆਪਣੀ ਕਿਤਾਬ ਵਿੱਚ ਉਹਨੇ ਲਿਖਿਆ ਹੈਗਾ ਵੀ ਯਾਨੀ ਕਿ ਉਹ ਚੇਨ ਸਮੋਕਰ ਸੀਗਾ ਤੇ ਉਹਨੂੰ ਯਾਨੀ ਕਿ ਜਿਹੜਾ ਹੈਗਾ ਇਹਨਾਂ ਨੇ ਸਰੋਪਾ ਵੀ ਦਿੱਤਾ ਵੀ ਉਹਨੂੰ ਸਿੱਖ ਬਣਾਉਣ ਦੀ ਵੀ ਕੋਸ਼ਿਸ਼ ਯਾਨੀ ਕਿ ਤੂੰ ਯਾਨੀ ਕਿ ਅਸੀਂ ਆਨਰੇਰੀ ਸਿੱਖ ਤੈਨੂੰ ਕਹਿੰਦੇ ਹੈ ਤੇ ਇਹ ਸ਼ਰਮ ਵਾਲੀ ਗੱਲ ਹੈ ਲੈ ਸਾਡੇ ਕਿਸੇ ਤੱਬਾ ਹੈਗਾ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਇੰਡੀਅਨ ਗਵਰਨਮੈਂਟ ਨੂੰ ਤੇ ਖਾਸ ਕਰਕੇ ਪੰਜਾਬੀਆਂ ਨੂੰ ਸਾਨੂੰ ਯਾਨੀ ਕਿ ਸਿੱਖਾਂ ਨੂੰ ਯਾਨੀ ਕਿ ਉਸ ਜਿਹੜੇ ਅਦਾਰੇ ਦੇ ਏਡੇ ਵੱਡੇ ਦੇ ਮੋਹਰੀ ਹੈਗੇ ਆ ਉਹਨਾਂ ਨੂੰ ਯਾਨੀ ਕਿ ਇਸ ਸ਼ਰਮਨਾਕ ਯਾਨੀ ਕਿ ਗੱਲ ਦੀ ਜਿਹੜੀ ਹੈਗੀ ਆ ਉਹਦੇ ਬਾਰੇ ਯਾਨੀ ਕਿ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਵੀ ਇਹ ਏਦਾਂ ਦੀ ਸ਼ਰਮਨਾਕ ਯਾਨੀ ਕਿ ਗੱਲ ਸਾਡੇ ਉੱਥੇ ਉਸ ਟਾਈਮ ਤੇ ਯਾਨੀ ਕਿ ਹੋਈ ਹੈ। ਦੂਸਰੀ ਯਾਨੀ ਕਿ ਗੱਲ ਜਿਹੜੀ ਇਹ ਵੀ ਮੈਂ ਕਹਿਣੀ ਚਾਹੁੰਦਾ ਪਿੱਛੇ ਜਿਹਾ ਸਾਡੀ ਯਾਨੀ ਕਿ ਪੰਜਾਬ ਦੀ ਗਵਰਨਮੈਂਟ ਅਗੇਨ ਯਾਨੀ ਕਿ ਸ਼ਰਮਨਾਕ ਗੱਲ ਇਹ ਹੈਗੀ ਵੀ ਉਹ ਇੱਥੋਂ ਤੱਕ ਵੀ ਕਹਿੰਦੇ ਜਿੱਥੇ ਯਾਨੀ ਕਿ ਜਿਹੜੀਆਂ ਦੀਵਾਰਾਂ ਤੇ ਗੋਲੀਆਂ ਸੀਗੀਆਂ ਲੱਗੀਆਂ ਵੀ ਉਹਨੂੰ ਵੀ ਮਿਟਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉੱਥੇ ਦੇ ਜਿਹੜੇ ਇਨਸਾਫ ਪਸੰਦ ਲੋਕ ਹੈਗੇ ਉਹਨਾਂ ਦੇ ਉਹਨਾਂ ਨੇ ਇਸ ਗੱਲ ਦਾ ਬਹੁਤ ਵੱਡਾ ਪ੍ਰੋਟੈਸਟ ਕੀਤਾ ਤੇ ਇਹਨੂੰ ਯਾਨੀ ਕਿ ਸਾਂਭ ਕੇ ਰੱਖਣਾ ਚਾਹੀਦਾ ਲੈ ਤਾਂ ਕਿ ਆਉਂਦੀ ਜਨਰੇਸ਼ਨ ਨੂੰ ਇਹਦੇ ਬਾਰੇ ਯਾਨੀ ਕਿ ਪਤਾ ਲੱਗ ਸਕੇ ਸਾਡੇ ਇੱਥੇ ਕੀ ਕੁਛ ਹੁੰਦਾ ਰਿਹਾ। ਮੈਂ ਕਹਿੰਦਾ ਵੀ ਇਹ ਜਿਹੜੀ
ਸਾਨੂੰ ਵੀ ਪਤਾ ਲੱਗ ਜਾਣ ਕਿ ਲੋਕਾਂ ਨੇ ਪਤਾ ਲੱਗ ਸਕਿਆ ਸੀ ਕਿੰਨੇ ਵੱਡੇ ਮਹਾਂਮੂਰਖ ਹੈਗੇ ਆ, ਜਦੋਂ ਕਿ ਗੱਲ ਤੇ ਇਹ ਚਾਹੀਦੀ ਹੈ ਵੀ ਸਾਡੇ ਜਿਹੜਾ ਇੱਥੇ ਵੀ ਕਰਿਕੁਲਮ ਹੈਗਾ ਉਹਦੇ ਵਿੱਚ ਵੀ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਆ, ਜਿਹੜੀ ਇੰਡੀਆ ਵਿੱਚ ਸਾਡਾ ਕਰਿਕੁਲਮ ਹੈਗਾ ਉਹਦੇ ਵਿੱਚ ਵੀ ਗੱਲ ਹੋਣੀ ਚਾਹੀਦੀ ਆ। ਈਵਨ ਉਸ ਟਾਈਮ ਤੇ ਵੀ ਗਾਂਧੀ ਦੀ ਯਾਨੀ ਕਿ ਪਾਰਟੀ ਸੀਗੀ, ਕਾਂਗਰਸ ਪਾਰਟੀ ਸੀ, ਉਹਨਾਂ ਨੇ ਇਸ ਗੱਲ ਦਾ ਲਾਹਾ ਲੈ ਕੇ ਆਪਣੀ ਲੀਡਰੀ ਨੂੰ ਚਮਕਾਉਣ ਦੀ ਗੱਲ ਯਾਨੀ ਕੀਤੀ ਹੈਗੀ ਆ, ਤੇ ਇਸੇ ਕਰਕੇ ਉਸ ਤੋਂ ਬਾਅਦ ਯਾਨੀ ਜਿਹੜਾ ਗਾਂਧੀ ਹੈਗਾ ਚਮਕਿਆ, ਉਦੋਂ ਪਹਿਲਾਂ ਯਾਨੀ ਕਿ ਗਾਂਧੀ ਬਾਰੇ ਇੰਨਾ ਕੋਈ ਯਾਨੀ ਕਿ ਲੋਕਾਂ ਨੂੰ ਬਹੁਤ ਹੀ ਵੱਡੀ ਬੋਦਰੇਸ਼ਨ ਵੀ ਨਹੀਂ ਸੀ ਵੀ ਗਾਂਧੀ ਕੌਣ ਹੈਗਾ। ਸੋ ਮੈਂ ਸਲਾਹ ਵੀ ਇਹ ਜਿਹੜਾ ਜਾਤੀ ਮਫਾਦ ਤੇ ਯਾਨੀ ਕਿਹੜੇ ਪੱਠੇ ਯਾਨੀ ਕਿ ਲੋਕ ਪਾਉਣਾ ਚਾਹੁੰਦੇ ਆ, ਤੇ ਅੱਜ ਵੀ ਯਾਨੀ ਕਿ ਜਾਤੀ ਮਫਾਦ ਨੂੰ ਯਾਨੀ ਕਿਹੜਾ ਆਪਣਾ ਕਈ ਗੱਲਾਂ ਤੇ ਆਪਣਾ ਜਿਹੜਾ ਹੈਗਾ ਉਹ ਚਾਹੇ ਉਹ ਭਗਤ ਸਿੰਘ ਦੀ ਗੱਲ ਹੁੰਦੀ ਚਾਹੇ ਕਿਸੇ ਹੋਰ ਦੀ ਗੱਲ ਹੁੰਦੀ ਆ, ਉਹਨੂੰ ਸਾਨੂੰ ਜਿਹੜੇ ਅਸੀਂ ਲੋਕ ਪਸੰਦ ਲੋਕ ਹੈਗੇ ਆ, ਜਿਹੜੇ ਅਸੀਂ ਲੋਕਾਂ ਦੇ ਨਾਲ ਖੜੇ ਹੋਣ ਵਾਲੇ ਲੋਕ ਹੈ, ਸਾਨੂੰ ਉਹਦਾ ਵੱਧ ਤੋਂ ਵੱਧ ਕੰਡਮਨੇਸ਼ਨ ਕਰਨੀ ਚਾਹੀਦੀ ਆ, ਤੇ ਇੱਥੇ ਦੀ ਬ੍ਰਿਟਿਸ਼ ਗਵਰਨਮੈਂਟ ਨੂੰ ਮੈਂ ਸਮਝਦਾ ਵੀ ਇਹਦੇ ਬਾਰੇ ਜ਼ਰੂਰੀ ਅਪੋਲੋਜੀ ਕਰ। ਪਰ ਇੱਕ ਪਾਸੇ ਅਸੀਂ ਮਾਫੀਆਂ ਦੀ ਵੀ ਗੱਲ ਕਰ ਰਹੇ ਹਾਂ, ਮਾਫੀ ਮੰਗੇ, ਉਹ ਤੋਂ ਬਾਅਦ ਦੇਖੋ 84 ਦੇ ਵਿੱਚ ਐਡਾ ਬੜਾ ਜ਼ੁਲਮ ਹੋਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੇ ਉਹਦੇ ਵਿੱਚ ਕੁਛ ਤੱਥ ਪਿੱਛੇ ਸਾਹਮਣੇ ਆਇਆ ਗਿਆ, ਤੇ ਇੱਥੇ ਦੀ ਬ੍ਰਿਟਿਸ਼ ਗਵਰਨਮੈਂਟ ਦੀ ਵੀ ਉਹਦੇ ਚ ਇਨਵੋਲਵਮੈਂਟ ਸੀ ਕਿ ਅਸੀਂ ਇਸ ਗੱਲ ਤੇ ਵੀ ਉਹਦੀ ਪ੍ਰੋਪਰ ਅੱਜ ਵੀ ਇਨਕੁਆਇਰੀ ਨੀ ਬ੍ਰਿਟਿਸ਼ ਗਵਰਨਮੈਂਟ ਕਰਵਾ ਰਹੀ ਵੀ ਹਾਂ ਕਿੰਨੀ ਕੁ ਉਹਨਾਂ ਨਾਲ ਸੀਗੀ, ਤੇ ਜਿਹੜੇ ਕਿ ਅੱਜ ਬਹੁਤ ਸਟਰੋਂਗਲੀ। ਪਰ ਇੱਦਾਂ ਦੀਆਂ ਗੱਲਾਂ ਵੀ ਇਸ ਗੱਲ ਨਾਲ ਜੁੜੀਆਂ ਪਈਆਂ ਵੀ ਬ੍ਰਿਟਿਸ਼ ਗਵਰਨਮੈਂਟ ਇੱਥੇ ਦਾ ਜਿਹੜਾ ਸਿਸਟਮ ਆ ਇਸ ਗੱਲ ਤੋਂ ਲੜਨ ਕਰੇ ਵੀ ਲੋਕਾਂ ਦੇ ਜਿਹੜੇ ਆ ਇੱਦਾਂ ਦੇ ਮਸਲੇ ਹੈਗੇ ਆ, ਲੋਕਾਂ ਨੂੰ ਜੀਣ ਦੇ, ਆਪਣੇ ਕਿਸੇ ਵੀ ਧਰਮ ਨੂੰ ਮੰਨਣ ਦਾ, ਤੇ ਉਹ ਤੁਸੀਂ ਉੱਥੇ ਵੀ ਇੰਟਰਵੈਨ ਕਰਦੇ ਆ, ਇਹਦੇ ਚ ਵੀ ਲੜਨ ਕਰਨ ਦਾ ਦਿਨ ਨੀ ਇਹੋ ਹੈਗਾ ਵੀ ਅਸੀਂ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਹਾਡੇ ਨਾਲ ਸਹਿਮਤ ਆ, ਪਰ ਮੈਂ ਦੂਜੇ ਪਾਸੇ ਇਹ ਵੀ ਕਹਿਣ ਲਿਆ ਸਾਨੂੰ ਆਪਣੇ ਬੰਦੇ ਵੀ ਯਾਨੀ ਕਿਹੜੇ ਹੈਗੇ ਪੰਜਾਬੀ ਨੂੰ ਸਕੋਲਰਸ ਪੈਦਾ ਕਰਨੇ ਚਾਹੀਦੇ ਤਾਂ ਕਿ ਉਹ ਇਹਨਾਂ ਗੱਲਾਂ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਸਕਣ, ਚਾਹੇ ਯਾਨੀ ਕਿ ਕੋਈ ਵੀ ਯਾਨੀ ਜੋ ਵੀ ਸਾਡਾ ਜਾਤੀ ਹੁੰਦੀ ਰਹੀ ਤਾਂ ਕਿ ਯਾਨੀ ਕਿ ਨਿਰਪੱਖ ਜਿਹੜੀ ਗੱਲ ਹੈਗੀ ਸਾਹਮਣੇ ਲੋਕਾਂ ਦੇ ਆ ਸਕਣ, ਕਿਉਂਕਿ ਬਹੁਤ ਸਾਰੇ ਜਿਹੜੇ ਤੱਥ ਹੈਗੇ ਆ ਉਹਨਾਂ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰ ਦਿੰਦੇ ਆ। ਮੈਂ 10 ਵਜ ਗਿਆ ਹੈਗਾ, ਮੈਂ ਇੱਥੇ ਬੰਦ ਕਰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ, ਤੁਸੀਂ ਟਾਈਮ ਦਿੱਤਾ ਤੁਹਾਡਾ, ਬਹੁਤ ਧੰਨਵਾਦ ਜੀ। ਇਹ ਸੀਗੇ ਮੇਰੇ ਸਤਿਕਾਰਯੋਗ ਵੀ ਡਾਕਟਰ ਹਰੀਸ਼ ਮਲਹੋਤਰਾ ਜੀ, ਜਿਹੜੇ ਕਿ ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਹੈਗੇ ਆ, ਜਿਨ੍ਹਾਂ ਦਾ ਕਹਿਣਾ ਹੈਗਾ ਵੀ ਸਾਨੂੰ ਹੋਰ ਵੀ ਅੱਜ ਇਹ ਹੋ ਰਿਹਾ ਵੀ ਸਾਨੂੰ ਸਾਡੇ ਸਿੱਖ ਸਕਾਲਰ ਚਾਹੀਦਾ ਹੈਗੇ ਆ, ਜਿਹੜੇ ਹਿਸਟਰੀ ਨੂੰ ਚੰਗੀ ਤਰ੍ਹਾਂ ਲਿਆਉਣ ਇਹਦੇ ਵਿੱਚ, ਤੇ ਜਦ ਕਿ ਇੱਕ ਜਿਹੜੀ ਬੁੱਕ ਆਈ ਹੈਗੀ ਆ ਤੇ ਉਹਦੇ ਬਾਰੇ ਕਾਫੀ ਜਿਹੜੀਆਂ ਉਹਨਾਂ ਨੇ ਰਿਸਰਚ ਹੋਈ ਆ, ਸਾਡੇ ਦੂਸਰੇ ਲੋਕ ਤਾਂ ਜ਼ਰੂਰ ਸਾਡੇ ਬਾਰੇ ਰਿਸਰਚ ਕਰਦੇ ਆ, ਅਸੀਂ ਆਪਣੀ ਹਿਸਟਰੀ ਨੂੰ ਭੁੱਲੀ ਜਾ ਰਹੇ ਹੈਗੇ ਆ। ਅੱਜ ਜਿੱਥੇ ਇਹੋ ਵੀ ਉਹਨਾਂ ਨੇ ਗੱਲਾਂ ਬਾਤਾਂ ਰੱਖੀਆਂ ਹੈਗੀਆਂ। ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਫਿਰ ਤੁਹਾਡਾ ਸੀਤਲ ਸਿੰਘ ਗਿੱਲ ਨਿੱਘਾ ਸਵਾਗਤ ਕਰਦਾ ਹੈਗਾ। ਆਪਾਂ ਆਪਣੇ ਅਸਲੀ ਵਿਸ਼ੇ ਵੱਲ ਆਉਂਦੇ ਹੋਏ ਪ੍ਰੋਗਰਾਮ ਨੂੰ ਅਗਾਂਹ ਤੁਰਦੇ ਹੈਗੇ ਆ। ਸਾਡੇ ਨਾਲ ਹੁਣ ਲਾਈਨ ਤੇ ਆ ਚੁੱਕੇ ਆ ਮੇਰੇ ਸਤਿਕਾਰਯੋਗ ਵੀਰ ਸਾਧ ਸੁਖਦੇਵ ਸਿੰਘ ਬਾਂਸਲ, ਤੇ ਉਹਨਾਂ ਵੱਲ ਚੱਲਦੇ ਆ। ਸਾਧ ਸੁਖਦੇਵ ਸਿੰਘ ਬਾਂਸਲ ਕੀ ਕਹਿਣਾ ਚਾਹੁੰਦੇ ਹੈਗੇ ਆ? ਸਾਧ ਸੁਖਦੇਵ ਸਿੰਘ ਬਾਂਸਲ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ। ਤੁਸੀਂ ਅੱਜ ਫਿਰ ਇੱਕ ਇੰਪੋਰਟੈਂਟ ਵਿਸ਼ੇ ਤੇ ਸਾਡੇ ਜਿਹੜਾ ਇਸ ਵੇਲੇ ਬਹੁਤ ਕੰਸਰਨ ਆ, ਜਦੋਂ ਅਸੀਂ ਸੌਵੀਂ ਬਰੇ ਗੰਢ ਜਿਹੜੀ ਆ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹੈਗੇ ਆ, ਤਾਂ ਤੁਸੀਂ ਇਹਦੇ ਬਾਰੇ ਸੌਵੀਂ ਬਰੇ ਗੰਢ ਤੇ ਕੀ ਕਹਿਣਾ ਚਾਹੋਗੇ? ਭਈ ਬ੍ਰਿਟਿਸ਼ ਗਵਰਨਮੈਂਟ ਨੂੰ ਮਾਫੀ ਮੰਗਣੀ ਚਾਹੀਦੀ ਆ ਜਾਂ ਨਹੀਂ ਮੰਗਣੀ ਚਾਹੀਦੀ, ਜਾਂ ਕੋਈ ਫਰਕ ਨਹੀਂ ਪੈਂਦਾ, ਜਾਂ ਇਹਦੇ ਤੋਂ ਹੋਰ ਵੀ ਹਿਸਟਰੀ ਤੋਂ ਲੈਸਨ ਲਰਨ ਕਰਨ ਦੀ ਵੀ ਕੁਛ ਲੋੜ ਹੈਗੀ ਆ, ਤਾਂ ਕਿਹੜੀ ਲੋੜ ਹੈਗੀ ਆ? ਸਾਧ ਸੁਖਦੇਵ ਸਿੰਘ ਬਾਂਸਲ ਜੀ, ਸੀਤਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੀਤਲ ਸਾਹਿਬ, ਇਹ ਬੜਾ ਇੰਪੋਰਟੈਂਟ ਮੁੱਦਾ ਜੀ ਜਿਹੜਾ ਤੁਸੀਂ ਅੱਜ ਲੈ ਕੇ ਆਏ ਹੋ, ਹਾਂਜੀ, ਆਪ ਵਧਾਈ ਦੇ ਹੱਕਦਾਰ ਹੋ। ਤੇ ਦੂਸਰਾ ਜਿਹੜੀ ਗੱਲ ਹੈਗੀ ਆ ਕਿ ਬ੍ਰਿਟਿਸ਼ ਨੂੰ ਜਿਹੜਾ ਸਾਮਰਾਜ ਸੀ ਇਹਨੂੰ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ? ਜਿਹੜਾ ਸਾਮਰਾਜ ਇਹਨਾਂ ਨੇ ਖੜਾ ਕੀਤਾ ਸੀ ਉਹਦੇ ਤੇ ਸਿਰਫ ਜਲਿਆਂਵਾਲੇ ਬਾਗ ਦੀ ਗੁਸਤਾਖੀ ਨਹੀਂ, ਉੱਥੇ ਥਾਂ ਥਾਂ ਗੁਸਤਾਖੀਆਂ ਕੀਤੀਆਂ ਗਈਆਂ। ਜ਼ੁਲਮ ਤੇ ਸਿਤਮ ਦੀ ਜਿਹੜੀ ਹੈਗੀ ਆ ਉਹ ਕਹਾਣੀ ਨਾਲ ਹੀ ਸਾਮਰਾਜ ਖੜੇ ਹੁੰਦੇ ਨੇ। ਸਾਮਰਾਜ ਮਾਲਾ ਫੇਰਿਆਂ ਨਹੀਂ ਖੜੇ ਹੁੰਦੇ, ਜਾਂ ਨਾਮ ਜਪਣ ਨਾਲ ਸਰਬੱਤ ਦੇ ਭਲੇ ਕੀਤਿਆਂ ਸਾਮਰਾਜ ਖੜੇ ਨਹੀਂ ਹੁੰਦੇ। ਸਾਮਰਾਜ ਖੜੇ ਹੀ ਇਸੇ ਢੰਗ ਨਾਲ ਕੀਤੇ ਗਏ ਸੀ ਕਿ ਲੋਕਾਂ ਦੇ ਉੱਤੇ ਇਨ੍ਹਾਂ ਨੇ ਜ਼ੁਲਮ, ਆਪਣੀ ਜਿਹੜੀ ਹੋਮ ਹੈ ਸੀ ਉਹਨੂੰ ਥੋਪਿਆ, ਲੋਕਾਂ ਨੂੰ ਐਕਸਪਲੋਇਟ ਕੀਤਾ, ਲੋਕਾਂ ਦੀਆਂ ਲੋੜਾਂ ਥੋੜਾਂ ਨੂੰ ਆਪਣੇ ਅਧੀਨ ਕੀਤਾ। ਸੋ ਜੇਕਰ ਇਹ ਤੇ ਆਪਾਂ ਅਪੋਲੋਜੀ ਕਰਨੀ ਸ਼ੁਰੂ ਕਰ ਦਈਏ ਤਾਂ ਫਿਰ ਤਾਂ ਸਾਰੇ ਦੇ ਸਾਰੇ ਸਾਮਰਾਜ ਦੇ ਵਿੱਚ ਹਜ਼ਾਰਾਂ ਸਵਾਲ ਖੜੇ ਹੋ ਜਾਣਗੇ ਜੇ ਤੇ ਇਹਨਾਂ ਨੂੰ ਅਪੋਲੋਜੀ ਮੰਗਣੀ ਪਏਗੀ। ਇਸ ਕਰਕੇ ਅਪੋਲੋਜੀ ਦੀ ਸੰਭਾਵਨਾ ਸਾਨੂੰ ਨਹੀਂ ਰੱਖਣੀ ਚਾਹੀਦੀ, ਕਿਉਂਕਿ ਸਾਰੀ ਦੀ ਸਾਰੀ ਕਹਾਣੀ ਗਲਤ ਹੈ। ਸਾਰੀ ਦੀ ਸਾਰੀ ਕਹਾਣੀ ਜ਼ੁਲਮ ਥੱਲੇ ਆਉਂਦੀ ਜੇ।
ਪਰ ਇਸ ਚੀਜ਼ ਤੋਂ ਅਸੀਂ ਲੈਸਨ ਫਿਰ ਤਾਂ ਹੀ ਆ ਨਾ, ਫਿਰ ਜੇ ਅਸੀਂ ਪਿਛਲੀਆਂ ਗਲਤੀਆਂ ਮੰਨ ਲਈਏ ਤੇ ਗਾਂਹ ਤੋਂ ਗਲਤੀਆਂ ਕਰਨ ਤੋਂ ਵਰਜੀਏ ਤਾਂ ਝਿਜਕੀਏ ਥੋੜਾ ਜਿਹਾ, ਫਿਰ ਇੱਧਰ ਨੂੰ ਨਹੀਂ ਚੱਲਣਾ ਚਾਹੀਦਾ। ਬਿਲਕੁਲ, ਦੇਖੋ ਜਿਹੜੀਆਂ ਹੈਗੀਆਂ ਪਿਛਲੀਆਂ ਗਲਤੀਆਂ ਉਹ ਤਾਂ ਸਾਰੀਆਂ ਹੀ ਗਲਤੀਆਂ ਨੇ ਉਹਨਾਂ ਦੀ। ਦੇਖੋ ਇਹ ਸਾਨੂੰ ਹਿੰਦੁਸਤਾਨੀਆਂ ਨੂੰ ਕੁੱਤਿਆਂ ਬਰੋਬਰ ਕਹਿੰਦੇ ਰਹੇ, ਅੱਜ ਸਾਨੂੰ ਬਰੋਬਰ ਦੇ ਅਧਿਕਾਰ ਦਿੰਦੇ ਨੇ। ਜੇਕਰ ਇਹਨਾਂ ਦੇ ਦਿਮਾਗ ਵੀ ਕੰਮ ਕਰਦੇ ਹੁੰਦੇ ਤਾਂ ਅਸੀਂ ਇਹਨਾਂ ਨੂੰ ਹਿੰਦੁਸਤਾਨ ਚੋਂ ਕੱਢਦੇ ਨਾ, ਜੇਕਰ ਇਹ ਸਾਨੂੰ ਬਰੋਬਰ ਦੇ ਅਧਿਕਾਰ ਦਿੰਦੇ। ਗਲਤੀਆਂ ਦੇ ਢੇਰ ਲੱਗੇ ਪਏ ਨੇ, ਇਸ ਕਰਕੇ ਸਾਮਰਾਜ ਨੇ ਗਲਤੀ ਨਹੀਂ ਮੰਗਣੀ। ਔਰ ਇਹਦੀ ਤੁਲਨਾ ਕੈਨੇਡਾ ਨਾਲ ਕਰਨੀ ਵੀ ਜਾਇਜ਼ ਨਹੀਂ, ਕਿਉਂਕਿ ਕੈਨੇਡਾ ਦਾ ਕੋਈ ਸਾਮਰਾਜ ਨਹੀਂ ਸੀ। ਉਹਨਾਂ ਨੇ ਇੱਕ ਦਫਾ ਮਾਫ਼ੀ ਮੰਗ ਲਈ ਜਿਹੜੀ ਉਹਨਾਂ ਤੋਂ ਗਲਤੀ ਹੋਈ, ਕਿਉਂਕਿ ਲੜ ਉਹ ਵੀ ਸਾਮਰਾਜ ਦੇ ਖਿਲਾਫ਼ ਰਹੇ ਸੀ। ਉਹਨਾਂ ਨੇ ਉਸ ਨੂੰ ਗਲਤੀ ਨੂੰ ਤਕਸੀਮ ਕਰ ਲਿਆ ਪਾਰਲੀਮੈਂਟ ਨੇ ਸਭ ਨੇ, ਪਰ ਇਹ ਇੰਗਲੈਂਡ ਦੀ ਪਾਰਲੀਮੈਂਟ ਨਹੀਂ ਕਰ ਸਕਦੀ। ਅੱਛਾ, ਦੂਸਰੀ ਗੱਲ ਕਿ ਉਹ ਸਬਕ ਸਿੱਖ ਕੇ ਅਸੀਂ ਇਹਨਾਂ ਦੀ ਅੱਜ ਦਾ ਬਿਹੇਵੀਅਰ ਸੁਧਾਰ ਰਹੇ ਜੇ। ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਜੇ ਸਾਦਮ ਹੁਸੈਨ ਤੇ ਹਮਲਾ ਕਰਨ ਲਈ ਕਿਸ ਤਰ੍ਹਾਂ ਇਹ ਕੰਟਰੀ ਹੁੰਮ ਹਮ ਆ ਕੇ ਲੰਡਨ ਗਈ, ਪਰ ਫੇਰ ਵੀ ਇਹਨੀ ਚਲਾਕੀ ਖੇਡ ਲਈ ਕਿ ਇਹਦਾ ਜੀ ਮੈਸ ਡਿਸਟ੍ਰਕਸ਼ਨ ਆ, ਇਹ ਤਾਂ 45 ਮਿੰਟ ਵਿਚ ਆ ਤਿਆ, ਜਿਹੜਾ ਕਿ ਸਾਰਾ ਝੂਠ ਦਾ ਪਲੰਦਾ ਸਾਬਤ ਹੋਇਆ। ਸਾਨੂੰ ਲੋੜ ਜਿਹੜੀ ਹੈਗੀ ਆ ਉਹ ਇਸ ਗੱਲ ਤੇ ਇਕਾਗਰ ਹੋਣ ਦੀ ਨਹੀਂ ਕਿ ਪਿਛਲੀਆਂ ਗੱਲਾਂ ਦੀ ਮਾਫ਼ੀ ਮੰਗੇ, ਕਿਉਂਕਿ ਪਿੱਛੇ ਤਾਂ ਗਲਤੀਆਂ ਬਹੁਤ ਜ਼ਿਆਦਾ ਨੇ, ਅਸੀਂ ਤਾਂ ਮਾਫ਼ੀਆਂ ਮੰਗਾਉਂਦੇ ਥੱਕ ਜਾਂਗੇ। ਹੈਗਾ ਕਿ ਅੱਜ ਦੇ ਹਾਲਾਤ ਦੇ ਵਿਚ ਹਕੂਮਤ ਨੂੰ ਇਸ ਤਰ੍ਹਾਂ ਨੱਥੀ ਕੀਤਾ ਜਾਵੇ ਕਿ ਉਹ ਜਲਿਆਂਵਾਲੇ ਬਾਗ ਦੇ ਕਾਰਨਾਮੇ ਦੁਹਰਾ ਨਾ ਸਕੇ, ਪਰ ਅੱਜ ਵੀ ਦੁਹਰਾਏ ਜਾ ਰਹੇ ਨੇ। ਕਦੇ ਸੀਰੀਆ ਉਜਾੜ ਦਿੱਤਾ, ਕਦੇ ਲਿਬੀਆ ਉਜਾੜ ਦਿੱਤਾ, ਕਦੇ ਇਰਾਕ ਉਜਾੜ ਦਿੱਤਾ। ਇਹ ਕੀ ਹੋ ਰਿਹਾ ਜੀ? ਸਾਡੀਆਂ ਨਜ਼ਰਾਂ ਦੇ ਸਾਹਮਣੇ ਹੋ ਰਿਹਾ ਜੀ। ਔਰ ਸਾਨੂੰ ਜਿਹੜਾ ਹੈਗਾ ਗਵਰਨਮੈਂਟ ਦੇ ਵਿਚ ਪਾਰਟੀਸਪੇਟ ਕਰਕੇ ਉੱਥੇ ਬੰਦੇ ਭੇਜ ਕੇ ਇਹੋ ਜਿਹੀਆਂ ਜਿਹੜੀਆਂ ਪੁਰਾਣੀਆਂ ਨੀਤਾਂ ਨੇ, ਜਿਹੜੀ ਪੁਰਾਣੀ ਹੋਮ ਹੈ ਜੀ ਕਿ ਅਸੀਂ ਬੜੀ ਵੱਡੀ ਸੁਪਰ ਪਾਵਰ ਹੈ, ਅਸੀਂ ਬੜੇ ਇੰਟੈਲੀਜੈਂਟ ਲੋਕ ਹੈ, ਉਹਨਾਂ ਧਾਰਨਾਵਾਂ ਨੂੰ ਤੋੜਨ ਦੀ ਲੋੜ ਜੇ ਕਿ ਤੁਸੀਂ ਇਕੱਲੇ ਇੰਟੈਲੀਜੈਂਟ ਨਹੀਂ, ਇੰਟੈਲੀਜੈਂਟ ਤੁਹਾਡੇ ਪੇ ਬਾਪ ਦੀ ਨਹੀਂ। ਜਿਹੜੀਆਂ ਵੀ ਕੌਮਾਂ ਆਪਣੀ ਸਭਿਅਤਾ ਨੂੰ ਪੜ੍ਹਨ ਲਿਖਣ ਤੇ ਹੋਰ ਸਹੂਲਤਾਂ ਦੇ ਦਿੰਦੀਆਂ ਨੇ, ਜਪਾਨ ਇਹਨਾਂ ਨਾਲੋਂ ਕਈ ਖੇਤਰ ਚ ਅੱਗੇ ਨਿਕਲ ਗਿਆ ਜੇ, ਛੋਟੀ ਜਿਹੀ ਕੰਟਰੀ ਜੇ, ਹੋਰ ਬਹੁਤ ਸਾਰੇ ਮੁਲਕ ਇਹਨਾਂ ਤੋਂ ਅੱਗੇ ਨਿਕਲ ਗਏ ਨੇ। ਇਸ ਕਰਕੇ ਇੰਟੈਲੀਜੈਂਸੀ ਦਾ ਜਿਹੜਾ ਇਹਨਾਂ ਦਾ ਕਮਾਂਡ ਹੈ ਉਹ ਇਹਨਾਂ ਦੇ ਆਪਾਂ ਨੂੰ ਉਹਨੂੰ ਰੈਕਟੀਫਾਈ ਕਰਨ ਦੀ ਲੋੜ ਆ ਕਿ ਇਹਨੂੰ ਤੁਸੀਂ ਇਸ ਕਦਰ ਨਾ ਵਰਤੋ ਕਿ ਦੂਸਰਿਆਂ ਦਾ ਘਾਣ ਕਰੋ। ਲੋਕਾਂ ਦੇ ਦੂਸਰਿਆਂ ਨੂੰ ਵੀ ਇੱਥੇ ਜੀਣ ਦਾ ਓਨਾ ਹੀ ਹੱਕ ਹੈ ਜਿੰਨਾ ਸਾਨੂੰ। ਜੇ ਜ਼ਰੂਰੀ ਨਹੀਂ ਕਿ ਤੁਸੀਂ ਰੱਬ ਬਣ ਕੇ ਬੈਠ ਜਾਓ ਕਿ ਸਾਰਾ ਸੰਸਾਰ ਸਾਡੀ ਮਰਜ਼ੀ ਅਨੁਸਾਰ ਹੀ ਚੱਲਣਾ ਚਾਹੀਦਾ ਜੇ, ਤੁਸੀਂ ਰੱਬ ਨਹੀਂ। ਔਰ ਇਸ ਕੰਟਰੀ ਦੇ ਵਿਚ ਵੀ ਇਹ ਸੁਧਾਰ ਕਰਨ ਦੀ ਲੋੜ ਆ, ਨਾ ਕਿ ਇਹੀ ਮੰਗ ਅਸੀਂ ਰੁਟੀ ਵਾਰ ਵਾਰ ਕਰੀ ਜਾਈਏ ਜੀ ਜਲਿਆਂਵਾਲੇ ਦੀ ਮਾਫ਼ੀ ਮੰਗੋ। ਜਲਿਆਂਵਾਲਾ ਇੱਕ ਥੋੜੀ ਜਿਹੀ ਨਹੀਂ ਕੀਤਾ, ਪਰ ਤੁਹਾਡਾ ਹਿਸਾਬ ਨਾ ਭਾਈ ਉੱਥੋਂ ਜਿਹੜਾ ਲੈਸਨ ਲਰਨ ਕਰਨ ਦੀ ਲੋੜ ਹੈਗੀ ਆ, ਭਾਈ ਜਿਹਨਾਂ ਲੋਕਾਂ ਨੇ ਐਡਾ ਬੜੀਆਂ ਆਪਣਾ ਖੂਨ ਡੋਲਿਆ ਤੇ ਉਹਨਾਂ ਖੂਨ ਡੋਲੇ ਦਾ ਅੱਜ ਵੀ ਜਿਹੜਾ ਰਿਜ਼ਲਟ ਆ ਭਾਈ ਜੇ ਉਹ ਸਾਹਮਣੇ ਨਹੀਂ ਆ ਰਿਹਾ, ਅੱਜ ਹਿੰਦੁਸਤਾਨ ਚ ਵੀ ਉੱਥੇ ਦੀਆਂ ਹਕੂਮਤਾਂ ਵੀ ਉਹੋ ਹੀ ਉਸੇ ਰਸਤੇ ਕਈ ਜਲਿਆਂਵਾਲੇ ਬਾਗ ਉਹਨਾਂ ਨੇ ਵੀ ਰਚਾ ਦਿੱਤੇ ਹੈਗੇ ਆ, ਨਿਹੱਥੇ ਲੋਕਾਂ ਨੂੰ ਉਹਨਾਂ ਨੇ ਵੀ ਭੁੰਨ ਦਿੱਤਾ ਹੈਗਾ। ਉਧਰ ਵੱਲ ਵੀ ਧਿਆਨ ਦੇਣ ਦੀ ਲੋੜ ਆ ਭਾਈ, ਤੁਹਾਡੇ ਹਿਸਾਬ ਨਾਲ ਇਹ ਮਾਫ਼ੀਆਂ ਨਾਲੋਂ ਨਹੀਂ, ਸਾਰੇ ਸੰਸਾਰ ਨੂੰ ਇੱਦਾਂ ਦੇ ਜਿਹੜੇ ਆ ਹਕੂਮਤਾਂ ਆ ਉੱਥੋਂ ਲਰਨ ਕਰਨ ਦੀ ਲੋੜ ਆ, ਲਰਨ ਕਰਨ ਦੀ ਲੋੜ ਆ, ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਕਿ ਸਾਡੀਆਂ ਹਕੂਮਤਾਂ ਸਾਡੇ ਨਾਲ ਕੀ ਕਰ ਰਹੀਆਂ ਨੇ। ਦੂਸਰਾ ਤੁਸੀਂ ਇੱਕ ਮੁੱਦਾ ਚੱਕਿਆ, ਮੈਂ ਬਾਂਸਲ ਸਾਹਿਬ ਉਧਰ ਵੱਲ ਜਾਲਣ ਜਾਣ ਤੋਂ ਪਹਿਲਾਂ ਇੱਕ ਮੈਂ ਤੁਹਾਡੇ ਨਾਲ ਇਹ ਵੀ ਪੁੱਛਣਾ ਚਾਹਾਂਗਾ ਭਈ ਜਿਹੜਾ ਇੱਕ ਤਾਂ ਹੈਗਾ ਮਾਫ਼ੀ ਅਸੀਂ ਉਹਨਾਂ ਤੋਂ ਮੰਗਾਉਂਦੇ ਹਾਂ, ਇਹਨਾਂ ਨੂੰ ਕਹਿੰਦੇ ਹਾਂ ਭਈ ਮਾਫ਼ੀ ਤੁਸੀਂ ਇੱਥੇ ਤੋਂ ਲੜਨ ਕਰੋ ਤੇ ਇਹਦੇ ਤੇ ਪਛਤਾਤਾਪ ਕਰੋ, ਜਿਹੜਾ ਹੈਗਾ ਮਾਫ਼ੀ ਮੰਗ ਕੇ ਚੰਗੇ ਤੋਂ ਅਪਰਾਧ ਨਾ ਕਰੋ। ਇਹਦੇ ਤੇ ਹਜ਼ਾਰਾਂ ਲੋਕਾਂ ਨੇ ਪਟੀਸ਼ਨਾਂ ਕੀਤੀਆਂ। ਦੂਸਰੇ ਪਾਸੇ ਅਸੀਂ ਆਪਣਿਆਂ ਵਿੱਚ ਉਦੋਂ ਵੀ ਇਹੋ ਗੱਲ ਹੋਈ ਜਦੋਂ ਮਾਈਕਲ ਓਡਵਾਇਰ ਨੂੰ ਸਰੋਪਾ ਦਿੱਤਾ ਗਿਆ ਜਾਂ ਉਸ ਜਿਹਨਾਂ ਨੇ ਗੋਲੀ ਚਲਾਈ ਸੀਗੀ ਉੱਥੇ ਦੇ ਹਰਿਮੰਦਰ ਉੱਥੇ ਸਾਡੇ ਹਰਿਮੰਦਰ ਸਾਹਿਬ ਦੇ ਵਿੱਚ ਹੀ
ਇਹ ਸਾਰਾ ਕੁਛ ਤਾਂ ਮਲਹੋਤਰਾ ਸਾਹਿਬ ਤਾਂ ਹੋਰ ਵੀ ਅਨੀਤਾ ਦੀ ਜਿਹੜੀ ਇੱਕ ਰਿਸਰਚ ਕੀਤੀ ਹੈ ਕੁੜੀ ਨੇ ਤੇ ਉਹਦੇ ਤੋਂ ਹੋਰ ਵੀ ਦੱਸ ਕੇ ਗਏ ਆ ਵੀ ਉਹ ਚੇਨ ਸਮੋਕਰ ਸੀਗਾ ਹਰ ਵੇਲੇ ਉਹ ਮਤਲਬ ਇੰਨੀਆਂ ਸਿਗਰਟਾਂ ਪੀਂਦਾ ਸੀ ਵੀ ਉਹਨੂੰ ਹੋ ਸਕਦਾ ਆ ਕਿ ਮੈਨੂੰ ਮੈਂ ਹਲੇ ਪੜ੍ਹੀ ਨੀ ਬੁੱਕ ਵੀ ਉਹਨੂੰ ਲੱਗਦਾ ਹੈਗਾ ਕਹਿੰਦੇ ਵੀ ਉਹਨੂੰ ਸਮੋਕ ਵੀ ਕਰਨ ਲਈ ਪਰਮਿਸ਼ਨ ਦਿੱਤੀ ਗਈ ਉਹਨੂੰ ਕਿਹਾ ਗਿਆ ਵੀ ਤੂੰ ਸਾਡਾ ਸਿੱਖ ਹੈਗਾ ਓਨਰੀ ਫਲਾਨਾ ਆ ਇੱਦਾਂ ਦੀਆਂ ਜਿਹੜੀਆਂ ਪਰ ਉਹ ਜਿਹੜੀਆਂ ਗੱਲਾਂ ਉਸ ਵੇਲੇ ਨਹੀਂ ਵਾਪਰੀਆਂ ਅੱਜ ਵੀ ਅਕਾਲ ਤਖ਼ਤ ਦੇ ਜਥੇਦਾਰ ਉਹ ਜਿਹੜੀ ਸਾਡੀ ਸਿੱਖਾਂ ਦੀ ਸਾਰਿਆਂ ਨਾਲੋਂ ਉੱਤੇ ਸੰਸਥਾ ਹੈਗੀ ਸੁਪਰੀਮ ਸੰਸਥਾ ਹੈਗੀ ਆ ਉੱਥੇ ਦੇ ਕਦੇ ਜਥੇਦਾਰ ਉਹੋ ਹੀ ਖੂਨੀ ਸਾਕਿਆਂ ਵਾਲਿਆਂ ਨੂੰ ਕਦੀ ਸਾਧ ਨੂੰ ਮਾਫ਼ੀ ਦੇ ਦਿਓ ਕਦੀ ਕਦੀ ਉਹਦੀ ਮਾਫ਼ੀ ਵਾਪਸ ਲੈ ਲਓ ਕਦੀ ਉੱਥੇ ਇੱਥੇ ਬਰਗਾੜੀ ਦੇ ਵਿੱਚ ਕੀ ਵਾਪਰਿਆ ਹੋਰ ਸਾਰਾ ਕੁਛ ਉਸ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਆ ਇੰਨੀ ਬੇਅਦਬੀ ਕੀਤੀ ਗਈ ਤੇ ਇਹੋ ਸਾਰਾ ਕੁਛ ਅੱਜ ਵੀ ਉਹ ਕੁਛ ਸਾਰਾ ਕੁਛ ਸਾਨੂੰ ਆਪਣਾ ਵੀ ਸਾਨੂੰ ਇਹੋ ਇਹਨਾਂ ਕੋਲ ਤਾਂ ਜਿੱਥੇ ਮਾਫ਼ੀਆਂ ਮੰਗਣ ਆਉਣ ਦੀ ਗੱਲ ਕਰਦੇ ਆ ਸਾਨੂੰ ਆਪਣਾ ਵੀ ਫੁੱਲਣ ਦੀ ਲੋੜ ਹੈਗੀ ਆ ਅੱਜ ਉਹਨਾਂ ਸ਼ਹੀਦਾਂ ਨੂੰ ਜਦੋਂ ਯਾਦ ਕਰਦੇ ਆ ਤੁਹਾਨੂੰ ਕਿਸੇ ਇਹਨੂੰ ਕਿੱਦਾਂ ਲੈਣੇ ਆ ਸੀਤਾ ਸਾਹਿਬ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਬੜੀਆਂ ਵੈਲਿਡ ਨੇ ਹਾਂ ਔਰ ਇਹ ਮੁੱਦਾ ਵੀ ਬੜਾ ਜ਼ਰੂਰੀ ਜੇ ਤੇ ਇੱਕ ਖਾਸ ਗੱਲ ਸਮਝਣ ਵਾਲੀ ਜੇ ਉਹ ਜੇ ਕਿ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ ਜੇ ਸਾਮਰਾਜ ਚਲਾਉਣਾ ਕਿਵੇਂ ਜੇ ਇੱਕ ਤਾਂ ਹੁੰਦਾ ਜੇ ਗੌਰਮੈਂਟ ਦਾ ਕੰਟਰੋਲ ਕਾਨੂੰਨ ਦਾ ਕੰਟਰੋਲ ਦੂਸਰਾ ਲੋਕਾਂ ਦੇ ਜਜ਼ਬੇ ਜਜ਼ਬਾਤ ਜਿਹੜੇ ਆ ਉਹ ਧਾਰਮਿਕ ਖਿਆਲਾਂ ਨਾਲ ਜੁੜੇ ਹੁੰਦੇ ਨੇ ਤੇ ਉਹ ਧਾਰਮਿਕ ਜਿਹੜੇ ਅਦਾਰੇ ਨੇ ਉਹਨਾਂ ਨੂੰ ਆਪਣੇ ਅੰਡਰ ਕਰਨਾ ਜਿਹੜੇ ਅੱਜ ਵੀ ਅਸੀਂ ਸੰਤਾਪ ਭੋਗ ਰਹੇ ਹਾਂ ਤੇ ਜਿਹੜਾ ਪਿੱਛੇ ਵੀ ਭੋਗਿਆ ਉਹ ਬ੍ਰਿਟਿਸ਼ ਦੇ ਰਾਜ ਸਮੇਂ ਵੀ ਨਾਰਾਇਣ ਦਾਸ ਵਰਗੇ ਜਿਹੜੇ ਬੰਦੇ ਨਨਕਾਣਾ ਸਾਹਿਬ ਬਿਠਾਏ ਸੀ ਉਹ ਇਨ੍ਹਾਂ ਦੇ ਬੰਦੇ ਸੀ ਉਹ ਜਗੀਰਦਾਰ ਸੀ ਇਨ੍ਹਾਂ ਨੇ ਆਪਣੀ ਮਰਜ਼ੀ ਦੇ ਬੰਦੇ ਬਿਠਾਏ ਸੀ ਜਿਹੜੇ ਇਨ੍ਹਾਂ ਦੇ ਪਿੱਠੂ ਸੀ ਸੋ ਧਰਮ ਨਾਂ ਦੀ ਇਨ੍ਹਾਂ ਦੇ ਕੋਲ ਕੋਈ ਉਹਦੀ ਕਦਰ ਨਹੀਂ ਸੀ ਕੋਈ ਇਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਸਿਰਫ ਇੱਕੋ ਸੀ ਕਿ ਬੰਦੇ ਨੂੰ ਉਹ ਤੇ ਬਿਠਾਇਆ ਜਾਵੇ ਜਿਹੜਾ ਸਾਡੇ ਹਿੱਤਾਂ ਦੀ ਰਾਖੀ ਕਰੇ ਸਾਡੇ ਸਾਮਰਾਜ ਦੀ ਪ੍ਰਫੁੱਲਤਾ ਕਰੇ ਅੱਜ ਵੀ ਕੀ ਹੋ ਰਿਹਾ ਜੇ ਹਰਿਮੰਦਰ ਸਾਹਿਬ ਦੇ ਬਾਦਲ ਦੇ ਉਹੀ ਓ ਬੰਦੇ ਬਿਠਾਲੇ ਨੇ ਲਿਫਾਫੇ ਚੋਂ ਉਹੀ ਓ ਜਥੇਦਾਰ ਨਿਕਲਦੇ ਨੇ ਪ੍ਰਧਾਨ ਨਿਕਲਦੇ ਨੇ ਜਿਹੜੇ ਉਹਦੀ ਕੁਰਸੀ ਦੀ ਦੇਖਭਾਲ ਕਰਦੇ ਨੇ ਸਿਸਟਮ ਅੱਜ ਵੀ ਉਹੀ ਚੱਲ ਰਿਹਾ ਜੇ ਸਾਨੂੰ ਜਾਗਰਤ ਹੋਣ ਦੀ ਲੋੜ ਹੈਗੀ ਆ ਕਿ ਸਾਡੇ ਜਿਹੜੇ ਧਾਰਮਿਕ ਅਦਾਰੇ ਆ ਉਹ ਆਜ਼ਾਦ ਹੋਣੇ ਚਾਹੀਦੇ ਜੇ ਰਾਜਨੀਤੀ ਤੋਂ ਇਹ ਅੰਗਰੇਜ਼ਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਕਿ ਧਾਰਮਿਕ ਅਦਾਰਿਆਂ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਵੇ ਉਹ ਜਿਹੜਾ ਇਹ ਅਧੀਨ ਕਰਕੇ ਆਏ ਨੇ ਉਹ ਹਜੇ ਤੱਕ ਸਾਡੇ ਕੋਲੋਂ ਆਜ਼ਾਦ ਨਹੀਂ ਹੋ ਸਕੇ ਅੱਜ ਬਾਦਲ ਨੇ ਜੇਕਰ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਰਾਜ ਇੰਨਾ ਲੰਬਾ ਚਿਰ ਕੀਤਾ ਜੇ ਤਾਂ ਉਹਦੀ ਵੱਡੀ ਸੱਜੀ ਵਾਂ ਜਿਹੜੀ ਸੀ ਉਹ ਇਹੋ ਸੀ ਕਿ ਧਾਰਮਿਕ ਅਦਾਰੇ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਉਹਦੇ ਥੱਲੇ ਜੇ ਉਹਦੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਨੇ ਜੇਕਰ ਉਹ ਆਪਣੀ ਕੋਠੀ ਚੰਡੀਗੜ੍ਹ ਬਣਾਉਂਦਾ ਜੇ ਤਾਂ ਉੱਥੋਂ ਉਹ ਚੱਲ ਕੇ ਚੰਡੀਗੜ੍ਹ ਉਹਦੇ ਮੂਹਰੇ ਹਾਜ਼ਰ ਹੁੰਦੇ ਨੇ ਕਿ ਸਰਕਾਰ ਕੀ ਹੁਕਮ ਹੈ ਸਾਨੂੰ ਕਿ ਉਹਦੇ ਹੋਣਾ ਤਾਂ ਉਲਟ ਚਾਹੀਦਾ ਸੀ ਕਿ ਉਹ ਚੱਲ ਕੇ ਜਥੇਦਾਰਾਂ ਦੇ ਅਕਾਲ ਤਖ਼ਤ ਤੇ ਆਉਂਦਾ ਪਰ ਉਹਨੇ ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਸਾਰੇ ਸੀ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਹਦਾਇਤਾਂ ਕੀਤੀਆਂ ਕਿ ਇਹਨੂੰ ਸਾਧ ਨੂੰ ਮਾਫ਼ੀ ਦਿਓ ਉਹਨਾਂ ਨੇ ਦੇ ਦਿੱਤੀ ਪਰ ਕਈ ਸਾਡੇ ਪਰ ਅਸੀਂ ਸਾਰੇ ਤਾਂ ਕਹਿ ਨਹੀਂ ਸਕਦੇ ਇਹਨੂੰ ਕਹਿੰਦੇ ਜੇ ਕਿ ਧਰਮ ਰਾਜਨੀਤੀ ਦੇ ਥੱਲੇ ਲੱਗਿਆ ਔਰ ਇਹ ਸਭ ਤੋਂ ਪਹਿਲਾਂ ਕੰਮ ਅੰਗਰੇਜ਼ਾਂ ਨੇ ਕੀਤਾ ਸੀ ਕਿ ਅਦਾਰਿਆਂ ਦੇ ਉੱਤੇ ਸਿੱਖ ਬੜੇ ਜਿਹੜੀ ਖਾੜਕੂ ਕੌਮ ਹੈਗੀ ਆ ਇਹਨਾਂ ਦਾ ਜਜ਼ਬਾਤ ਇਹਨਾਂ ਦੀ ਜਿਹੜੀ ਸੋਚ ਹੈਗੀ ਆ ਜਿਹੜੀ ਇਹਨਾਂ ਦੀ ਪਕੜ ਹੈਗੀ ਆ ਉਹ ਬੜੀ ਅਕਾਲ ਤਖ਼ਤ ਨਾਲ ਜੁੜੀ ਹੋਈ ਏ ਔਰ ਅਕਾਲ ਤਖ਼ਤ ਨੂੰ ਕਾਬੂ ਕਰ ਲਓ ਤਾਂ ਸਿੰਘ ਕਾਬੂ ਹੋ ਗਿਆ ਪਰ ਇਹੋ ਤਾਂ ਸਾਰੇ ਤਾਂ ਬਾਂਸਲ ਸਾਹਿਬ ਪਰ ਸਾਰਾ ਥੋੜਾ ਸਿਸਟਮ ਇੱਦਾਂ ਰਿਹਾ ਹੈਗਾ ਅਕਾਲੀ ਫੂਲਾ ਸਿੰਘ ਵਰਗੇ ਹੋਏ ਆ ਜਥੇਦਾਰ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਉਹ ਤੋਂ ਬਾਅਦ 84 ਤੋਂ ਬਾਅਦ ਦੀ ਵੀ ਸੁਰਜੀਤ ਸਿੰਘ ਬਰਨਾਲੇ ਦੀ ਹਕੂਮਤ ਆਈ ਉੱਥੋਂ ਦੇ ਉਦੋਂ ਜਥੇਦਾਰ ਨੇ ਇਹੋ ਉਦੇਸ਼ ਦਿੱਤਾ ਜਦੋਂ ਉਹਨੇ ਵੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜੀ ਤਾਂ ਉਹਨੇ ਕਿਹਾ ਹੁਕਮ ਕੀਤਾ ਆ ਲਿਆ
ਸਾਖਤੀ ਇੰਨੇ ਦਿਨ ਲਟਕਾਈ ਫਿਰ ਪੇ ਮੈਂ ਪਾਪੀ ਤੂੰ ਬਖਸ਼ਣ ਹਾਰ ਪੇ ਮੈਂ ਪਾਪੀ ਆ ਮੇਰੇ ਕੋ ਪਾਪ ਹੋ ਗਿਆ ਇਹਨੂੰ ਹੁਣ ਤਖ਼ਤੀ ਤੈਨੂੰ ਇੰਨੇ ਦਿਨ ਰੱਖਣੀ ਪਊਗੀ ਤਾਂ ਕਿ ਲੋਕਾਂ ਨੂੰ ਪਤਾ ਹੋ ਗਿਆ ਤੂੰ ਵੱਡਾ ਗੁਨਾਹਕਾਰ ਕੀਤਾ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਹਕੂਮਤਾਂ ਦੀ ਕੋਈ ਪਰਵਾਹ ਨਹੀਂ ਕੀਤੀ ਇੰਡੀਪੈਂਡੈਂਟ ਫੈਸਲੇ ਵੀ ਦਿੱਤੇ ਹੈਗੇ ਆ ਤਾਂ ਪਰ ਇਹੋ ਕਿੱਦਾਂ ਜੇ ਇਹੋ ਇੱਦਾਂ ਦੇ ਸਾਡੇ ਇੰਡੀਪੈਂਡੈਂਟ ਦਾ ਉਹ ਲਿਆਉਣ ਦਾ ਸਿਸਟਮ ਚੇਂਜ ਹੋ ਜਾਵੇ ਅੱਜ ਉਹ ਲੋਕਾਂ ਨੂੰ ਸ਼ਹੀਦਾਂ ਨੂੰ ਜਿਹੜੇ ਆ ਉਹ ਸੱਚੀ ਸ਼ਰਧਾਂਜਲੀ ਨਹੀਂ ਭੇਟ ਹੋਏਗੀ ਵੀ ਇੱਦਾਂ ਦੇ ਹਕੂਮਤਾਂ ਜਿਹੜੀਆਂ ਹੈਗੀਆਂ ਉਹ ਜਿਹੜੇ ਸ਼ਹੀਦ ਜਿਹਦੇ ਕਾਸਤੇ ਇਹੋ ਸਮੁੱਚਾ ਮੁਕੰਮਲ ਆਜ਼ਾਦੀ ਚਾਹੁੰਦੀ ਸੀ ਉਹ ਆਜ਼ਾਦੀ ਆ ਜਾਵੇ ਇੱਦਾਂ ਦੇ ਕੋਈ ਉਹ ਧਾਰਮਿਕ ਅਦਾਰਿਆਂ ਵਿੱਚ ਦਖਲਦਾਜੀ ਨਾ ਕਰੇ ਆਪਣੇ ਧਾਰਮਿਕ ਅਦਾਰਿਆਂ ਨੇ ਆਪਣਾ ਕੰਮ ਕਰਨਾ ਆ ਉਹ ਤਾਂ ਹੀ ਇੰਡੀਪੈਂਡੈਂਟ ਉਹ ਆਪਣੇ ਆਪ ਬਣ ਜਾਣਗੇ ਪਰ ਇਹੋ ਜਿਹਾ ਸਿਸਟਮ ਹੀ ਉਸਰ ਜਾਵੇ ਤਾਂ ਤੁਹਾਨੂੰ ਇੱਦਾਂ ਨਹੀਂ ਲੱਗਦਾ ਜਲਿਆਂਵਾਲੇ ਬਾਗ ਦੇ ਹਜ਼ਾਰਾਂ ਜਿਹੜੇ ਆ ਉਹ ਜਿਹੜੇ ਲੋਕ ਸੈਂਕੜਿਆਂ ਦੀ ਤਾਦਾਦ ਵਿੱਚ ਮਾਰੇ ਗਏ ਹਜ਼ਾਰਾਂ ਜ਼ਖਮੀ ਅੱਜ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਇਹ ਵੀ ਹੋਏਗੀ ਬਿਲਕੁਲ ਅਸੀਂ ਤਾਂ ਸਾਹਿਬ ਤੁਸੀਂ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਤੁਸੀਂ ਕੀ ਗੱਲ ਕੀਤੀ ਜੇ ਕਿ ਫੂਲਾ ਸਿੰਘ ਵਰਗੇ ਵੀ ਹੋਏ ਨੇ ਜਿੱਥੇ ਗੁਲਾਮੀ ਹੋਵੇ ਉੱਥੇ ਆਜ਼ਾਦੀ ਦੀਆਂ ਲਹਿਰਾਂ ਜ਼ਰੂਰ ਚੱਲਦੀਆਂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਖਤਮ ਹੋਇਆ ਨਰਾਇਣ ਉੱਥੇ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ ਸਿੰਘਾਂ ਨੇ ਬਹੁਤ ਸਾਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਉਸ ਦਾ ਤਖ਼ਤਾ ਪਲਟ ਕੇ ਦਿੱਤਾ ਕਿਉਂਕਿ ਜਿਹੜੇ ਪਿੱਠੂ ਲੋਕ ਨੇ ਇਹ ਲੋਕਾਂ ਨੂੰ ਪਸੰਦ ਨਹੀਂ ਹੋਇਆ ਕਰਦੇ ਅੱਜ ਦੀ ਤਰੀਕ ਦੇ ਵਿੱਚ ਵੀ ਜੇਕਰ ਗੌਰ ਨਾਲ ਦੇਖੀਏ ਜੇਕਰ ਬਾਦਲਾਂ ਦਾ ਤਖ਼ਤਾ ਪਲਟਣ ਲਈ ਹਿੰਦੁਸਤਾਨ ਦੇ ਅੰਦਰ ਪੰਜਾਬ ਦੇ ਅੰਦਰ ਵੱਡੀ ਬਗਾਵਤ ਉੱਠ ਰਹੀ ਏ ਕਿ ਵੀ ਸਾਨੂੰ ਮਨਜ਼ੂਰ ਨਹੀਂ ਕਿ ਸਾਡੇ ਜਥੇਦਾਰ ਜਾਂ ਸਾਡੀਆਂ ਧਾਰਮਿਕ ਕਮੇਟੀਆਂ ਜਾਂ ਅਦਾਰੇ ਜਿਹੜੇ ਹੈਗੇ ਆ ਉਹ ਬਾਦਲ ਪਰਿਵਾਰ ਦੇ ਗੁਲਾਮ ਬਣ ਕੇ ਰਹਿ ਜਾਣ ਆਜ਼ਾਦੀ ਲਈ ਜੱਦੋਜਹਿਦ ਅੱਜ ਵੀ ਹੋ ਰਹੀ ਏ ਪਰ ਲੋਕਾਂ ਦੇ ਇਹ ਜਿਹੜੇ ਚੁਸਤ ਚਲਾਕ ਲੋਕ ਹੋਇਆ ਕਰਦੇ ਨੇ ਜਿਹੜੇ ਚਤਰ ਲੋਕ ਰਾਜਨੀਤਿਕ ਹੋਇਆ ਕਰਦੇ ਨੇ ਉਹ ਵੀ ਬੜੇ ਪਖੰਡ ਕਰਨਾ ਜਾਣਦੇ ਨੇ ਉਹ ਗਲ ਵਿਚ ਪੱਲਾ ਪਾ ਕੇ ਕਦੇ ਉੱਥੇ ਝਾੜੂ ਦਿਓ ਜੀ ਕਦੇ ਉੱਥੇ ਜੁੱਤੀਆਂ ਸਾਫ਼ ਕਰੋ ਜੀ ਇਹੋ ਜਿਹੇ ਪਖੰਡ ਆਪਣੇ ਆਪ ਨੂੰ ਆਪੇ ਸਜ਼ਾਵਾਂ ਦੇ ਕੇ ਅੰਦਰੋਂ ਉਹ ਸਜ਼ਾ ਨਹੀਂ ਅੰਦਰੋਂ ਉਹ ਸੁਲਦੇ ਨਹੀਂ ਕਿ ਅਸੀਂ ਇਹ ਅਕਾਲ ਤਖ਼ਤ ਆਜ਼ਾਦ ਕਰਨਾ ਜੇ ਪਰ ਬਾਹਰਲੇ ਡਰਾਮੇਬਾਜ਼ੀ ਕਰਨ ਦੇ ਵਿਚ ਜਿਹਦੇ ਵਿਚ ਸਾਡੇ ਲੋਕ ਤੇ ਜਿਹੜੀ ਇਹਦੇ ਵਿਚ ਜਨਤਾ ਦੀ ਜਿਹੜੀ ਸੋਚ ਆ ਉਹ ਉਲਝ ਜਾਂਦੀ ਜੇ ਕਿ ਜੀ ਹੁਣ ਤਾਂ ਮਾਫ਼ੀ ਮੰਗ ਲਈ ਉਹ ਤਾਂ ਜੁੱਤੀਆਂ ਸਾਫ਼ ਕਰਿਆ ਆ ਉਹ ਤਾਂ ਇਹ ਕਰਿਆ ਇਹ ਸਭ ਉਪਰੋਂ ਡਰਾਮੇ ਹੋਇਆ ਕਰਦੇ ਨੇ ਦਿਖਾਵੇ ਹੋਇਆ ਕਰਦੇ ਨੇ ਇਸ ਕਰਕੇ ਜਿਹੜੀ ਧਰਮ ਤੇ ਰਾਜਨੀਤੀ ਦੀ ਜਿਹੜੀ ਖੇਡ ਆ ਇਹ ਸਦੀਆਂ ਤੋਂ ਖੇਡੀ ਜਾ ਰਹੀ ਜੇ ਜਨਤਾ ਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ ਕਿ ਇਹ ਕਿਸ ਤਰ੍ਹਾਂ ਸਾਨੂੰ ਗੁਲਾਮ ਬਣਾਉਂਦੇ ਨੇ ਔਰ ਕਿਸ ਤਰ੍ਹਾਂ ਆਪਣੇ ਹਿੱਤ ਪੂਰਦੇ ਨੇ ਅਸਲੀ ਸ਼ਰਧਾਂਜਲੀ ਉਦੋਂ ਹੀ ਹੋਏਗੀ ਜੇਕਰ ਅੱਜ ਅਸੀਂ ਆਪਣਾ ਅਕਾਲ ਤਖ਼ਤ ਬਾਦਲਾਂ ਤੋਂ ਆਜ਼ਾਦ ਕਰਾ ਲਈਏ ਇੱਕ ਪਰਿਵਾਰ ਤੋਂ ਆਜ਼ਾਦ ਕਰਾ ਲਈਏ ਇੱਕ ਪਰਿਵਾਰ ਤੋਂ ਆਜ਼ਾਦ ਕਰਾ ਲਈਏ ਬਾਕੀ ਉਦਾਂ ਦਾ ਸਿਸਟਮ ਵੀ ਉਸਰ ਜਾਵੇ ਜਿਹੜਾ ਹਕੂਮਤਾਂ ਦਾ ਜਿੱਥੇ ਹਕੂਮਤਾਂ ਕੋਈ ਇੰਟਰਵੈਨ ਨਾ ਕਰ ਸਕਣ ਕਿਸੇ ਵੀ ਧਾਰਮਿਕ ਅਦਾਰਿਆਂ ਤੋਂ ਸਿਸਟਮ ਇਹੋ ਜਿਹਾ ਓਪਰੇਟ ਕੀਤਾ ਜਾਵੇ ਕਿ ਕੋਈ ਵੀ ਜਿਹੜਾ ਰਾਜਨੀਤੀ ਜਥੇਬੰਦੀ ਆ ਉਹ ਸਾਡੇ ਧਾਰਮਿਕ ਅਦਾਰਿਆਂ ਦੇ ਉੱਤੇ ਭਾਰੂ ਨਾ ਹੋਵੇ ਕਿ ਜਿਹੜੀ ਹੁਣ ਜਿਸ ਤਰ੍ਹਾਂ ਇਹਨਾਂ ਨੇ ਬਣਾਈ ਜੀ ਕਮੇਟੀ ਦਾ ਪ੍ਰਧਾਨ ਵੀ ਉਹੀ ਆ ਤੇ ਰਾਜਨੀਤੀ ਜਥੇਬੰਦੀ ਦਾ ਵੀ ਪ੍ਰਧਾਨ ਉਹੀ ਆ ਬਈ ਦੋਈ ਅਲੱਗ ਹੋਣੇ ਚਾਹੀਦੇ ਨੇ ਪਰ ਇੱਦਾਂ ਦਾ ਸਿਸਟਮ ਹੀ ਕਿਉਂ ਨਹੀਂ ਉਸਰ ਜਾਂਦਾ ਜਿੱਥੇ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਸਮੁੱਚੇ ਲੋਕਾਂ ਦੀ ਮੁਕੰਮਲ ਆਜ਼ਾਦੀ ਦੀ ਗੱਲ ਕੀਤੀ ਹੈਗੀ ਆ ਜਦੋਂ ਤੱਕ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਲੁਟੇਰਾ ਚਾਹੇ ਦੇਸ਼ੀ ਹੋਵੇ ਜਾਂ ਵਿਦੇਸ਼ੀ ਸਾਡਾ ਸੰਘਰਸ਼ ਜਾਰੀ ਰਹੇਗਾ ਪਰ ਜੇ ਉਹ ਮੁਕੰਮਲ ਆਜ਼ਾਦੀ ਆ ਜਾਂਦੀ ਆ ਕਿਸੇ ਨੇ ਉਹਦੇ ਧਾਰਮਿਕ ਸੰਸਥਾ ਵਿਚ ਇੰਟਰਵੈਨ ਕਰਨਾ ਹੀ ਨਹੀਂ ਕਿਸੇ ਚ ਇਹ ਧਾਰਮਿਕ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਵਿਅਕਤੀ ਦੀ ਆਪਣੀ ਜਿੰਮੇਵਾਰੀ ਹੋਏਗੀ ਆਪਣਾ ਜਿਹਨੂੰ ਵੀ ਬਿਲੀਫ ਹੋਏਗਾ ਉਹ ਮੰਨ ਸਕੇਗਾ ਬਾਕੀ ਸਟੇਟ ਆਪਣਾ ਚੰਗਾ ਪ੍ਰਬੰਧ ਕਰਦੀ ਰਹੇ ਲੋਕਾਂ ਇੱਦਾਂ ਦੀ ਸਟੇਟ ਹੋਵੇ ਜਿਹੜੇ ਲੋਕ ਉਹਨੂੰ ਆਪਣੇ ਅਨੁਸਾਰ ਜਿੱਦਾਂ ਦੀ ਚਾਹੁੰਦੇ ਆ ਉਹ ਚੁਣਨ ਤੇ ਉਹਦੇ ਦੇ ਅਨੁਸਾਰ ਇੱਦਾਂ ਦਾ ਹੈਗਾ ਵੀ ਕੋਈ ਅੱਜ ਤਾਂ ਜਿਹੜੇ ਰਾਜਨੀਤਿਕ ਲੋਕ ਵੀ ਵੱਡੇ ਜ਼ੁਲਮ ਕਰ ਜਾਂਦੇ ਏਡੇ ਏਡੇ ਬਿਲਕੁਲ ਸੀਤਾ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੜੀ ਆਦਰਸ਼ ਹੈਗੀ ਆ ਕਿ ਰਾਜਨੀਤਿਕ ਲੋਕਾਂ ਦੇ ਵਿੱਚ ਏਡਾ ਉੱਚਾ ਅਖਲਾਕ ਹੋਣਾ ਚਾਹੀਦਾ ਜੀ ਕਿ ਅਸੀਂ ਬਈ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਪਰ ਸਭ ਤੋਂ ਨੀਵੇਂ ਅਖਲਾਕ ਵਾਲੇ ਲੋਕ ਅੱਜ ਕੱਲ ਰਾਜਨੀਤੀ ਵਿੱਚ ਆ ਗਏ ਨੇ ਦੇਖੋ ਕਿੱਡੀ ਵੱਡੀ ਬੀਜੇਪੀ ਪਾਰਟੀ ਹੈਗੀ ਆ ਉਹ ਵੀ ਰਾਮ ਮੰਦਿਰ ਦੇ ਵਿੱਚ ਆਪਣੀ ਲੱਤ ਅੜਾ ਰਹੀ ਜੀ ਤੈਨੂੰ ਕੀ ਲੋੜ ਹੈ ਬਈ ਰਾਮ ਤਾਂ ਹਰ ਥਾਂ ਵੱਸਦਾ ਜੀ ਜੇਕਰ ਉਹੀ ਉਹ ਅੱਲਾ ਪਰਮਾਤਮਾ ਦਾ ਨਾਂ ਹੀ ਰਾਮ ਜੀ ਤਾਂ ਰਾਮ ਦੀ ਤਾਂ ਸਾਰਾ ਬ੍ਰਹਿਮੰਡ ਰਾਮ ਦਾ ਜੀ ਤੂੰ ਇੱਕ ਇੱਕ ਥਾਂ ਦੇ ਉੱਤੇ ਇੱਕ ਖਾਸ ਜਗ੍ਹਾ ਨੂੰ ਢਾਹ ਕੇ ਉੱਥੇ ਇੱਕ ਖਾਸ
ਲੋਕਾਂ ਦੇ ਜਜ਼ਬੇ ਦੇ ਦਵਾਰ ਖਰਾਬ ਕਰਕੇ ਇਹ ਹੋਮ ਹੈ ਜੀ ਔਰ ਇਹੀ ਓ ਫਾਰਮੂਲਾ ਜੇ ਜਿਹੜਾ ਇਹ ਵਰਤਦੇ ਨੇ ਲੋਕਾਂ ਨੂੰ ਐਕਸਪਲੋਇਟ ਕਰਨ ਦਾ ਓਹਦਾ ਸਾਰਾ ਫਾਰਮੂਲਾ ਰਾਮ ਮੰਦਿਰ ਦਾ ਇਹੀ ਜੇ ਕਿ ਵੋਟਾਂ ਲਈਆਂ ਜਾਣ ਔਰ ਅਸੀਂ ਲੋਕ ਐਕਸਪਲੋਇਟ ਹੋਣ ਲਈ ਤਿਆਰ ਆ ਧਾਰਮਿਕ ਜਜ਼ਬਿਆਂ ਦੇ ਉੱਤੇ ਸਾਡੀ ਸਭ ਤੋਂ ਵੱਡੀ ਸਮੱਸਿਆ ਜੀ ਪਰ ਤੁਹਾਡੇ ਹਿਸਾਬ ਨਾਲ ਜਦੋਂ ਤੱਕ ਇਹ ਸਿਸਟਮ ਸਾਰਾ ਚੰਗੀ ਤਰ੍ਹਾਂ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਪ੍ਰੋਗਰਾਮ ਲਿਆ ਕੇ ਜਨਤਾ ਨੂੰ ਅਵੇਅਰ ਨਹੀਂ ਕਰਦੇ ਕਿ ਤੁਹਾਡਾ ਸ਼ੋਸ਼ਣ ਹੋ ਰਿਹਾ ਜੇ ਇਹ ਕਦੇ ਵੀ ਤੁਹਾਡੇ ਧਰਮ ਦੀ ਤਰੱਕੀ ਨਹੀਂ ਕਰਦੇ ਚਾਰ ਇੱਟਾਂ ਲਾ ਲੈਣ ਦੇ ਨਾਲ ਕੋਈ ਰਾਮ ਦੀ ਮਹੱਤਤਾ ਜਾਂ ਪ੍ਰਭੂ ਪਰਮਾਤਮਾ ਦੀ ਮਹੱਤਤਾ ਵੱਧ ਨਹੀਂ ਜਾਣੀ ਇਹਨਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਜੇ ਸਗੋਂ ਜਿਹੜਾ ਅਸਲੀ ਪ੍ਰਭੂ ਪਰਮਾਤਮਾ ਜੇ ਇਹ ਸਾਰੀ ਕੈਨਾਤ ਉਹਦੀ ਜੇ ਤੇ ਅਸੀਂ ਉਹਦੇ ਉੱਤੇ ਖਾਮ ਖਾਈ ਆਪਣੀ ਸਿਆਸਤ ਖੇਡ ਕੇ ਲੋਕਾਂ ਨੂੰ ਵੰਡਦੇ ਫਿਰਦੇ ਜੀ ਇਹ ਗਲਤ ਫਾਰਮੂਲਾ ਜੀ ਬਹੁਤ ਬਹੁਤ ਧੰਨਵਾਦ ਬੰਸਲ ਸਾਹਿਬ ਥੈਂਕ ਯੂ ਵੈਰੀ ਮਚ ਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜਿਹੜਾ ਫੋਨ ਕਾਲ ਆਈ ਹੈਗੀ ਆ ਨਰਿੰਦਰ ਕੌਰ ਹੁਣਾਂ ਦੀ ਨਰਿੰਦਰ ਕੌਰ ਹੁਣੀ ਸਾਡੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਸੁਣਦੇ ਵੀ ਰਹਿੰਦੇ ਹੈਗੇ ਆ ਸਾਨੂੰ ਵਿਚਾਰ ਵੀ ਭੇਜਦੇ ਰਹਿੰਦੇ ਆ ਤੇ ਸਾਡੇ ਨਾਲ ਜਦੋਂ ਉਨ੍ਹਾਂ ਕੋਲ ਸਮਾਂ ਮਿਲਦਾ ਲਾਈਵ ਵੀ ਆ ਜਾਂਦੇ ਹੈਗੇ ਆ ਅੱਜ ਉਨ੍ਹਾਂ ਨੇ ਕਹਿੰਦੇ ਲਾਈਵ ਨਹੀਂ ਗੱਲ ਕਰਨੀ ਪਰ ਉਨ੍ਹਾਂ ਨੇ ਕਿਹਾ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਹੈਗਾ ਸਾਨੂੰ ਪ੍ਰੋਗਰਾਮ ਚ ਤੁਹਾਡੇ ਚੋ ਕਾਫੀ ਸੇਧ ਮਿਲ ਰਹੀ ਹੈਗੀ ਅੱਜ ਵੀ ਜਿੱਦਾਂ ਪਹਿਲਾਂ ਮਿਲਦੀ ਹੈਗੀ ਆ ਅੱਜ ਤਾਂ ਜਿਹੜਾ ਕਿ ਹੋਰ ਵੀ ਉਨ੍ਹਾਂ ਨੇ ਜ਼ਿਆਦਾ ਪ੍ਰਸੰਸਾ ਕੀਤੀ ਹੈਗੀ ਆ ਇਸ ਪ੍ਰੋਗਰਾਮ ਦੇ ਵਿਚ ਰਿਲੀਜੀਅਸ ਸੇਧ ਵੀ ਮਿਲ ਰਹੀ ਹੈਗੀ ਆ ਤੇ ਨਾਲ ਧਰਮ ਦੀ ਸੇਧ ਮਿਲ ਰਹੀ ਹੈਗੀ ਜਿਹੜੀ ਨਾਲ ਨਾਲ ਪੋਲੀਟੀਕਲ ਸੇਧ ਵੀ ਮਿਲ ਰਹੀ ਹੈਗੀ ਆ ਤੇ ਉਨ੍ਹਾਂ ਨੇ ਪ੍ਰਸੰਸਾ ਕੀਤੀ ਹੈਗਾ ਜਿਹੜੇ ਬੰਦੇ ਆ ਜਿਹੜੇ ਜਿੰਨੇ ਵੀ ਲਿਸਨਰ ਪਹਿਲਾਂ ਵੀ ਬੋਲ ਕੇ ਗਏ ਹੈਗੇ ਆ ਭੇ ਸਾਨੂੰ ਇਹੋ ਕਹਿੰਦੇ ਆ ਭੇ ਸਾਨੂੰ ਇਹਦੇ ਤੇ ਬਹੁਤਾ ਫਰਕ ਵੀ ਨਹੀਂ ਪੈਂਦਾ ਮਾਫ਼ੀ ਮੰਗਣ ਜਾਂ ਨਾ ਮੰਗਣ ਸਾਨੂੰ ਆਪਣੇ ਉਹ ਜਿਹੜਾ ਸ਼ਹੀਦਾਂ ਤੋਂ ਜਿਹਨਾਂ ਨੇ ਉਹਨਾਂ ਨੇ ਕਾਰਜ ਜੇ ਦੂਰੇ ਛੱਡ ਗਏ ਹੈਗੇ ਆ ਉਹ ਨੇਪਰੇ ਚੜਨ ਦੀ ਲੋੜ ਹੈਗੀ ਆ ਸਾਨੂੰ ਦ੍ਰਿੜ ਹੋ ਕੇ ਉਧਰ ਨੂੰ ਪੈਣਾ ਚਾਹੀਦਾ ਹੈਗਾ ਪਰ ਉਹਨਾਂ ਨੂੰ ਵਿਸ਼ਵਾਸ ਹੈ ਜੇ ਸੱਚੇ ਦਿਲੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਇਹਨਾਂ ਨੂੰ ਮਜਬੂਰ ਕਰ ਦੇਣਗੀਆਂ ਭਾਈ ਜੇ ਨਹੀਂ ਤਾਂ ਤੁਸੀਂ ਹਮੇਸ਼ਾ ਦੋਸ਼ੀਆਂ ਦੇ ਕਟਹਿਰੇ ਵਿਚ ਰਹੋਗੇ ਤੇ ਬੰਦੇ ਬਣ ਕੇ ਮਾਫ਼ੀ ਮੰਗੋ ਤੇ ਅੱਗੇ ਤੋਂ ਇੱਦਾਂ ਦੇ ਅਪਰਾਧ ਨਾ ਕਰੋ ਭਾਈ ਆਉਣ ਵਾਲੇ ਸਮੇਂ ਚ ਜ਼ਰੂਰ ਇਹ ਫਰਕ ਪਏਗਾ ਇਸ ਹਕੂਮਤ ਤੇ ਜ਼ਰੂਰ ਫਰਕ ਪਏਗਾ ਤੇ ਬਾਕੀ ਉਨ੍ਹਾਂ ਨੇ ਜਿਹੜਾ ਬਾਂਸਲ ਹੁਣਾਂ ਦੇ ਜਿਹੜੇ ਵਿਚਾਰ ਹੈਗੇ ਆ ਧਰਮ ਤੇ ਰਾਜਨੀਤੀ ਨੂੰ ਵੱਖੋ ਵੱਖਰੇ ਅਲੱਗ ਅਲੱਗ ਆਪਣੇ ਹੋਣਾ ਚਾਹੀਦਾ ਖੇਤਰਾਂ ਦੇ ਵਿਚ ਜਿਹੜਾ ਰਾਜਨੀਤੀ ਧਰਮ ਤੇ ਹਾਵੀ ਹੋ ਜਾਂਦੀ ਆ ਤਾਂ ਇੱਦਾਂ ਦੇ ਸਾਰਾ ਸਿਸਟਮ ਤੇ ਫਰਕ ਤਾਂ ਪੈਂਦਾ ਹੀ ਹੈਗਾ ਰਾਜਨੀਤਿਕ ਨੇ ਆਪਣੇ ਕਰਮ ਕਰਨੇ ਆ ਪਰ ਕਿ ਉਹ ਜਿਹੜੇ ਕਹਿੰਦੇ ਸ਼ਹੀਦਾਂ ਦੇ ਘਰ ਦੇ ਲਈ ਉਹ ਹਮੇਸ਼ਾ ਉਨ੍ਹਾਂ ਨਾਲ ਹੈਗੇ ਆ ਤੇ ਅਸੀਂ ਅੱਜ ਮਸਲਾ ਡਿਸਕਸ ਕਰ ਰਹੇ ਹੈਗੇ ਆ ਯੂਕੇ ਗੌਰਮੈਂਟ ਫੇਲ ਹੋਈ ਆ ਅਪੋਲੋਜੀ ਕਰਨ ਤੋਂ ਜਲਿਆਂ ਵਾਲੇ ਬਾਗ ਦੇ ਮਾਸੇਕਰ ਤੇ ਜਿੱਥੇ ਸੈਂਕੜੇ ਲੋਕ ਜਿਹੜੇ ਆ ਉਸ ਦਿਨ ਬ੍ਰਿਟਿਸ਼ ਇੰਪੀਰੀਅਲਿਜ਼ਮ ਨੇ ਜਿਹੜੀ ਹਕੂਮਤ ਸੀ ਜਿਹਨਾਂ ਦੁਨੀਆਂ ਰਾਜ ਸੀ ਭੁੰਨ ਦਿੱਤੇ ਸੀਗੇ ਤੇ ਉਹਦੇ ਤੇ ਹਜ਼ਾਰਾਂ ਲੋਕ ਜਿਹੜੇ ਆ ਜ਼ਖਮੀ ਹੋਏ ਸੀ ਉਹਦੇ ਤੇ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿਚ ਇੱਥੇ ਵਾਇਸ ਰੇਜ ਹੋਈ ਹੈਗੀ ਆ ਡਿਬੇਟ ਹੋਇਆ ਹੈਗਾ ਜਿੱਥੇ ਸਾਡੇ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਜਿਨ੍ਹਾਂ ਨੇ ਕਾਫ਼ੀ ਜਿਹੜਾ ਇਹਦੇ ਤੇ ਵਾਇਸ ਰੇਜ ਕੀਤੀ ਹੈਗੀ ਆ ਟਿਊਜ਼ਡੇ ਵਾਲੇ ਦਿਨ ਹਾਊਸ ਆਫ ਕਾਮਨ ਦੇ ਵਿਚ ਚਲੋ ਉਨ੍ਹਾਂ ਵੱਲ ਚੱਲਦੇ ਆ ਉਹ ਸਾਡੇ ਨਾਲ ਲਾਈਨ ਤੇ ਆ ਚੁੱਕੇ ਹੈਗੇ ਆ ਤੇ ਉਹ ਅੱਜ ਦੇ ਵਿਸ਼ੇ ਬਾਰੇ ਸਪੈਸ਼ਲੀ ਉਨ੍ਹਾਂ ਦੇ ਕੀ ਵਿਚਾਰ ਹੈਗੇ ਆ ਭੀ ਬਰਤਾਨੀਆ ਨੂੰ ਬ੍ਰਿਟਿਸ਼ ਨੂੰ ਯੂਕੇ ਦੀ ਗੌਰਮੈਂਟ ਨੂੰ ਮਾਫ਼ੀ ਮੰਗਣੀ ਚਾਹੀਦੀ ਆ ਕਿ ਨਹੀਂ ਮੰਗਣੀ ਚਾਹੀਦੀ ਇਹਦੇ ਤੇ ਆਪਾਂ ਪਹਿਲਾਂ ਤਾਂ ਇਹੋ ਜਾਣਾਂਗੇ ਫਿਰ ਉਨ੍ਹਾਂ ਨੇ ਜਿਹੜੀ ਉੱਥੇ ਗੱਲ ਕੀਤੀ ਹੈ ਜਿਹੜੀ ਮੈਂ ਪਹਿਲਾਂ ਵੀ ਦੱਸ ਚੁੱਕਾ ਹੈਗਾ ਭੀ ਬ੍ਰਿਟਿਸ਼ ਦੇ ਸਕੂਲਾਂ ਵਿਚ ਸਾਡੇ ਇੱਥੇ ਸਕੂਲਾਂ ਦੇ ਵਿਚ ਇੱਦਾਂ ਦੇ ਕਰਕੂਲਮ ਵਿਚ ਸ਼ਾਮਲ ਹੋਣਾ ਚਾਹੀਦਾ ਇਹੋ ਹਿਸਟਰੀ ਉਨ੍ਹਾਂ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੀ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਚਲੋ ਉਨ੍ਹਾਂ ਵੱਲ ਚੱਲਦੇ ਆ ਪ੍ਰੀਤ ਕੌਰ ਗਿੱਲ ਪਹਿਲਾਂ ਤਾਂ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਮੈਨੂੰ ਪਤਾ ਤੁਸੀਂ ਕਾਫ਼ੀ ਐਕਸਟ੍ਰੀਮਲੀ ਬਿਜ਼ੀ ਆ ਫਿਰ ਵੀ ਤੁਸੀਂ ਸਾਡੇ ਹਜ਼ਾਰਾਂ ਸਰੋਤਿਆਂ ਦਾ ਸਾਂਝ ਪਾਉਣ ਦੇ ਲਈ ਥੋੜਾ ਟਾਈਮ ਕੱਢਿਆ ਅੱਜ ਦੇ ਤੁਸੀਂ ਕੀ ਸਮਝਦੇ ਹੈਗੇ ਆ ਭੀ ਗੌਰਮੈਂਟ ਯੂਕੇ ਗੌਰਮੈਂਟ ਨੂੰ ਇਹਦੇ ਤੇ ਮਾਫ਼ੀ ਮੰਗਣੀ ਚਾਹੀਦੀ ਹੈ ਜਦੋਂ ਅਸੀਂ ਸੌਵੀਂ ਬਰੇ ਗੰਢ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਮਨਾ ਰਹੇ ਹੈਗੇ ਆ ਤੁਸੀਂ ਕੀ ਕਹਿਣਾ ਚਾਹੋਗੇ ਮੰਗਲਵਾਰ ਦਿਨ ਨੂੰ ਪਾਰਲੀਮੈਂਟ ਦੇ ਵਿਚ ਇਹ ਡਿਬੇਟ ਹੋਇਆ ਤੇ ਜਿਨ੍ਹਾਂ ਨੇ ਵੀ ਬੋਲਿਆ ਹਰ ਇਕ ਪਾਰਟੀ ਤੋਂ ਐਸ ਐਨ ਪੀ ਲੇਬਰ ਪਾਰਟੀ ਤੋਂ ਤੇ ਕੰਜ਼ਰਵੇਟਿਵ ਪਾਰਟੀ ਤੋਂ ਉਨ੍ਹਾਂ ਨੇ ਇਹ ਮੰਗ ਕੀਤੀ ਕਿ ਜਿਹੜੇ ਹੁਣ ਦੀ ਗਵਰਨਮੈਂਟ ਹੈਗੀ ਆ ਟਰੀਜ਼ਾ ਮੇ ਸਾਡੀ ਪ੍ਰਾਈਮ ਮਿਨਿਸਟਰ ਹੈਗੀ ਆ
ਤੇ ਯੂਕੇ ਗਵਰਨਮੈਂਟ ਨੂੰ ਹੁਣ 100 ਸਾਲ ਹੋ ਗਏ ਜਦੋਂ ਜਲਿਆਂਵਾਲਾ ਬਾਗ ਦਾ ਹਾਦਸਾ ਹੋਇਆ ਸੀਗਾ ਤੇ ਇਹਨਾਂ ਨੂੰ ਅਪੋਲੋਜਾਈਜ਼ ਜ਼ਰੂਰ ਕਰਨੀ ਚਾਹੀਦੀ ਆ ਤੇ ਮਿਨਿਸਟਰ ਨੇ ਉਸ ਵੇਲੇ ਜਵਾਬ ਇਹ ਦਿੱਤਾ ਸੀਗਾ ਕਿ ਅਸੀਂ ਮੰਨਦੇ ਹਾਂ ਕਿ ਬਹੁਤ ਵੱਡਾ ਹਾਦਸਾ ਹੋਇਆ ਤੇ ਇਹਦੇ ਵਿਚ ਜੇ ਅਸੀਂ ਮਾਫ਼ੀ ਵੀ ਮੰਗਦੇ ਹਾਂ ਤੇ ਸਾਨੂੰ ਇਹ ਸੋਚਣਾ ਪੈਣਾ ਤੇ ਸਾਨੂੰ ਕਿੰਨੇ ਪੈਸੇ ਦੇਣੇ ਪੈਣੇ ਆ ਉਹ ਲੋਕਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਦੇ ਵਿਚ ਇਹ ਹੋਇਆ ਸੀਗਾ ਤੇ ਇੰਡੀਆ ਨੂੰ ਤੇ ਉਨ੍ਹਾਂ ਨੇ ਹੋਰ ਕਈ ਚੀਜ਼ਾਂ ਕੀਤਾ ਸੀ ਤੁਹਾਨੂੰ ਪਤਾ ਕਿ ਬੁੱਧਵਾਰ ਦਿਨ ਪੀ ਐਮ ਕਿਊ ਸੀਗੇ ਤੇ ਹਰ ਇੱਕ ਨੂੰ ਉਮੀਦ ਸੀਗਾ ਕਿ ਹਾਂਜੀ ਕਿ ਪ੍ਰਾਈਮ ਮਿਨਿਸਟਰ ਜ਼ਰੂਰ ਆਣ ਕੇ ਇਹ ਅਪੋਲੋਜੀ ਦਊਗੀ ਸਿੱਖ ਕਮਿਊਨਿਟੀ ਨੂੰ ਪਰ ਉਸ ਹਿੰਦੂ ਤੇ ਮੁਸਲਮਾਨ ਭਾਈਚਾਰਾ ਜਿਹੜਾ ਉੱਥੇ ਵੀ ਸੀਗਾ ਤੇ ਉਨ੍ਹਾਂ ਦੇ ਨਾਲ ਵੀ ਇਹ ਹੋਇਆ ਪਰ ਉਹਨੇ ਨਹੀਂ ਕੀਤਾ ਹਨਾ ਉਹਨੇ ਇਹ ਕਿਹਾ ਕਿ ਅਸੀਂ ਹਮਦਰਦੀ ਹੈਗੀ ਆ ਇਹ ਕੌਮ ਦੇ ਨਾਲ ਕਿ ਇਹ ਹਾਦਸਾ ਹੋਇਆ ਸੀਗਾ ਤੇ ਤੁਸੀਂ ਪ੍ਰੀਤੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਤੁਸੀਂ ਕਿਸ ਤਰ੍ਹਾਂ ਸਮਝਦੇ ਆ ਭੀ ਸਟਰੋਂਗਲੀ ਇਹਦੇ ਲਈ ਫੀਲ ਕਰਦੇ ਆ ਬ੍ਰਿਟਿਸ਼ ਯੂਕੇ ਗਵਰਨਮੈਂਟ ਇਹਦੇ ਲਈ ਅਪੋਲੋਜੀ ਕਰੇ ਬਿਲਕੁਲ ਪਰ ਮੈਂ ਇਹ ਵੀ ਕਹਿੰਦੀ ਜਿੱਦਾਂ ਮੈਂ ਕਿਹਾ ਸੀ ਡਿਬੇਟ ਦੇ ਵਿਚ ਸਿਰਫ ਅਪੋਲੋਜੀ ਦੀ ਗੱਲ ਨੀ ਹੈਗੀ ਇਹ ਹੈਗੀ ਆ ਤੇ ਅਸੀਂ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਆਪਣੇ ਸਕੂਲਾਂ ਦੇ ਵਿਚ ਜੋ ਗੋਰਿਆਂ ਦਾ ਰਾਜ ਰਿਹਾ ਜਿੱਥੇ ਵੀ ਰਿਹਾ ਉਹ ਸਾਨੂੰ ਹਿਸਟਰੀ ਲੈਸਨ ਦੇ ਵਿਚ ਜ਼ਰੂਰ ਦੱਸਣੀ ਚਾਹੀਦੀ ਆ ਕਿਉਂਕਿ ਸਾਨੂੰ ਪਤਾ ਕਿ ਹੁਣ ਇਸ 2019 ਦੇ ਵਿਚ ਸਿਰਫ ਇੰਗਲੈਂਡ ਦੇ ਵਿਚ ਨੀ ਪੂਰੀ ਦੁਨੀਆਂ ਦੇ ਵਿਚ ਜਿਹੜੇ ਲੋਕੀ ਗੋਰੇ ਨਹੀਂ ਹੈਗੇ ਆ ਉਹਨਾਂ ਦੇ ਨਾਲ ਹੇਟ ਕ੍ਰਾਈਮਸ ਹੋ ਰਹੇ ਆ ਰੇਸਿਜ਼ਮ ਹੋ ਰਹੀ ਆ ਇਸ ਮੁਲਕ ਦੇ ਵਿਚ ਜਿੰਨੇ ਵੀ ਸਾਡੇ ਕੇਸਧਾਰੀ ਸਰਦਾਰ ਹੈਗੇ ਆ ਉਹਨਾਂ ਦੇ ਨਾਲ ਕਿੰਨੀਆਂ ਹੇਟ ਕ੍ਰਾਈਮਸ ਹੋਈਆਂ ਆ ਤੇ ਸਾਨੂੰ ਪਤਾ ਹੈ ਕਿ ਇਹ ਹੁੰਦੀਆਂ ਕਰਕੇ ਲੋਕਾਂ ਨੂੰ ਨਹੀਂ ਪਤਾ ਹਾਲੇ ਵੀ ਲੋਕ ਜਦੋਂ ਮੈਂ ਸੋਸ਼ਲ ਮੀਡੀਆ ਤੇ ਪਾਇਆ ਕਈ ਲੋਕਾਂ ਨੇ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਜਲਿਆਂਵਾਲਾ ਬਾਗ ਬਾਰੇ ਤੇ ਜੇ ਸੋਚਿਆ ਗਿਆ ਮੈਂ ਆਪਣੇ ਡਿਬੇਟ ਦੇ ਵਿਚ ਇਹ ਵੀ ਕਿਹਾ ਸੀਗਾ ਕਿ 2014 ਵਿਚ ਇੱਥੇ ਸਰਵੇ ਕੀਤੀ ਗਈ ਸੀਗੀ ਤੇ ਲੋਕੀ ਤਾਂ ਕਹਿ ਰਹੇ ਸੀਗੇ ਕਿ ਹਾਂ ਜੋ ਗੋਰਿਆਂ ਨੇ ਕੀਤਾ ਚੰਗਾ ਕੀਤਾ ਕਈ ਚੀਜ਼ਾਂ ਗੋਰਿਆਂ ਨੇ ਬਿਲਕੁਲ ਚੰਗਾ ਕੀਤਾ ਪਰ ਉਹਨਾਂ ਨੇ ਚੀਜ਼ਾਂ ਜਿਹੜਾ ਕਲੋਨੀਅਲਿਜ਼ਮ ਆ ਇੰਪੀਰੀਅਲਿਜ਼ਮ ਜਿਹੜਾ ਇਹਨਾਂ ਨੇ ਰਾਜ ਚਲਾਇਆ ਹੋਰਾਂ ਮੁਲਕਾਂ ਦੇ ਵਿਚ ਇਹ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤਾਂ ਹੀ ਤੇ ਉਹ ਕਹਿ ਸਕਦੇ ਕਿ ਹਾਂ ਸਾਡੀ ਇੱਕ ਹਿਸਟਰੀ ਜਿਹੜੀ ਹੈਗੀ ਆ ਉਹ ਇੱਕ ਹੈਗੀ ਆ ਹੁਣ ਜੇ ਸੋਚਿਆ ਜਾਇਆ ਸਿੱਖਾਂ ਦੇ ਰਾਜ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਸਾਡਾ ਕਿੰਨਾ ਤਾਲੁਕ ਹੈਗਾ ਆ ਗੋਰਿਆਂ ਦੇ ਨਾਲ ਹਨਾ ਇਹ ਅਸੀਂ ਜੇ ਨਹੀਂ ਸਿਰਫ ਆਪਣੇ ਬੱਚਿਆਂ ਨੂੰ ਨੀ ਹਰ ਇੱਕ ਨੂੰ ਜਿੱਥੇ ਇਸ ਮੁਲਕ ਤੇ ਰਹਿੰਦੇ ਆ ਇਹਨਾਂ ਨੂੰ ਸਾਡੀ ਹਿਸਟਰੀ ਜਿਹੜੀ ਹੈਗੀ ਆ ਇਹ ਜ਼ਰੂਰ ਸਿਖਾਉਣੀ ਚਾਹੀਦੀ ਆ ਮੈਨੂੰ ਇਹ ਇਹ ਉਮੀਦ ਆ ਕਿ ਸਾਨੂੰ ਇਸ ਗੱਲ ਦੇ ਵਿਚ ਸਾਨੂੰ ਜਿੱਥੇ ਵੀ ਸਾਡੇ ਸਿੱਖ ਸਕੂਲ ਹੈਗੇ ਆ ਜਿੱਥੇ ਵੀ ਸਾਡਾ ਸਿੱਖ ਕਮਿਊਨਿਟੀ ਰਹਿੰਦਾ ਉਹਨਾਂ ਨੂੰ ਇਹਦੇ ਉੱਤੇ ਚਿੱਠੀਆਂ ਲਿਖਣੀਆਂ ਚਾਹੀਦੀਆਂ ਆਪਣੇ ਐਮ ਪੀ ਨੂੰ ਵੀ ਹਾਂ ਸਾਡੀ ਐਜੂਕੇਸ਼ਨ ਸਿਸਟਮ ਨੂੰ ਬ੍ਰਿਟਿਸ਼ ਐਮਪਾਇਰ ਦੇ ਬਾਰੇ ਜ਼ਰੂਰ ਦੱਸਣਾ ਚਾਹੀਦਾ ਆ ਪ੍ਰੀਤੀ ਮੈਂ ਇੱਕ ਹੋਰ ਤੁਹਾਡੇ ਨਾਲ ਇਹ ਵੀ ਪੁੱਛਣਾ ਚਾਹਾਂਗਾ ਭਈ ਤੁਹਾਨੂੰ ਇੱਦਾਂ ਲੱਗਦਾ ਭਈ ਮਾਫ਼ੀ ਇਕੱਲੀ ਇਹ ਨਹੀਂ ਇਨਫ ਇਹਦੇ ਨਾਲੋਂ ਇਹ ਵੀ ਇੰਪੋਰਟੈਂਟ ਹੋ ਸਕਦਾ ਭਈ ਜਿਹੜੀ ਇੱਥੇ ਗੌਰਮੈਂਟ ਹੈਗੀ ਆਪਣੀ ਫੋਰਨ ਪਾਲਿਸੀ ਜੇ ਨਹੀਂ ਉਹਨੂੰ ਚੇਂਜ ਕਰਦੀ ਮੈਂ ਐਗਜ਼ਾਮਪਲ ਦਿੰਦਾ 1984 ਵਿਚ ਇਨ੍ਹਾਂ ਸਿੱਖਾਂ ਦੇ ਪਵਿੱਤਰ ਸਥਾਨ ਤੇ ਜਿਹੜਾ ਫੌਜ ਨੇ ਉੱਥੇ ਦੀ ਫੌਜ ਨੇ ਹਲਕਾ ਉਹਦੇ ਚ ਇਹ ਵੀ ਪਿਛਲੇ ਟਾਈਮ ਚ ਫੈਕਟ ਸਾਹਮਣੇ ਆਏ ਹੈਗੇ ਆ ਭਈ ਇੱਥੇ ਦੀ ਗੌਰਮੈਂਟ ਨੇ ਦੇ ਵਿਚ ਦੀ ਉਹਦੇ ਨਾਲ ਸਲਾਹ ਦੇਣ ਦੇ ਵਿਚ ਇਨਵੋਲਵਮੈਂਟ ਸੀਗੀ ਤੇ ਏਦਾਂ ਦੇ ਜੇ ਫੋਰਨ ਆਪਣੀਆਂ ਪਾਲਿਸੀਆਂ ਨਹੀਂ ਚੇਂਜ ਕਰਦੇ ਤਾਂ ਫਿਰ ਇਹ ਕੱਲੀਆਂ ਅਪੋਲੋਜੀਆਂ ਕਿੱਦਾਂ ਕਰਨਗੇ ਪ੍ਰੈਕਟਿਸ ਵਿਚ ਇਹ ਵੀ ਸਾਨੂੰ ਸੋਚਣਾ ਨਹੀਂ ਪਏਗਾ ਬਿਲਕੁਲ ਬਿਲਕੁਲ ਇਹ ਜਿਹੜੀ ਡਿਬੇਟ ਮੰਗਲਵਾਰ ਹੋਈ ਸੀਗੀ ਜਿਹੜਾ ਸਾਡਾ ਸ਼ੈਡੋ ਮਿਨਿਸਟਰ ਹੈਗਾ ਲੇਬਰ ਪਾਰਟੀ ਦਾ ਖਲੀਦ ਮਹਿਮੂਦ ਪੈਲਕਾ ਦਾ ਜਿਹੜਾ ਐਮ ਪੀ ਆ ਉਹਨੇ ਵੀ ਇਹ ਗੱਲ ਕੀਤੀ ਸੀ 84 ਦੇ ਬਾਰੇ ਤੇ ਜਿਹੜੀ ਇਸ ਗਵਰਨਮੈਂਟ ਦੇ ਵਿਚ ਉਸ ਟਾਈਮ ਦਾ ਹਿੱਸਾ ਸੀਗਾ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਲੇਬਰ ਪਾਰਟੀ ਨੇ ਆਪਣੇ ਮੈਨੀਫੈਸਟੋ ਵਿਚ 2017 ਵਿਚ ਇਹ ਲਿਖਿਆ ਸੀਗਾ ਕਿ ਜਦੋਂ ਇਹ ਆਓਗੇ ਪਾਵਰ ਦੇ ਵਿਚ ਇਹ ਜ਼ਰੂਰ ਇੰਡੀਪੈਂਡੈਂਟ ਇਨਕੁਆਇਰੀ ਜੋ 84 ਦੇ ਵਿਚ ਜੋ ਇਸ ਗਵਰਨਮੈਂਟ ਨੇ ਹਿੱਸਾ ਦਿੱਤਾ ਉਹ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਸਿੱਖਾਂ ਜਿਹੜੇ ਸਿੱਖ ਇਸ ਮੁਲਕ ਦੇ ਵਿਚ ਰਹਿੰਦੇ ਆ ਟੈਕਸ ਪੇ ਕਰਦੇ ਆ ਇੱਥੇ ਕੰਮ ਕਰਦੇ ਉਹਨਾਂ ਦਾ ਹੱਕ ਬਣਦਾ ਕਿ ਸੱਚਾਈ ਜ਼ਰੂਰ ਇਹਨਾਂ ਨੂੰ ਪਤਾ ਹੋਵੇ ਕਿ ਇਸ ਗਵਰਨਮੈਂਟ ਨੇ ਕੀ ਕੀਤਾ ਸੀਗਾ ਸਿੱਖਾਂ ਦੇ ਖਿਲਾਫ਼ ਹਨਾ ਤੇ ਸਾਨੂੰ ਚੰਗੀ ਤਰ੍ਹਾਂ ਇਨਕੁਆਇਰੀ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਹਮੇਸ਼ਾ ਪਿੱਛੇ ਰਹਿ ਕੇ ਅਸੀਂ ਅੱਗੇ ਨਹੀਂ ਆਉਂਦੇ ਤੇ ਹਾਂ ਜਿਹੜੀ ਸੱਚ ਆ ਜਿਹੜੀਆਂ ਚੀਜ਼ਾਂ ਹਿਊਮਨ ਰਾਈਟ ਬਾਰੇ ਜਸਟਿਸ ਬਾਰੇ ਅਸੀਂ ਅੱਗੇ ਨਹੀਂ ਆਉਂਦੇ ਮੇਰੀ ਇਹ ਖੁਆਇਸ਼ ਆ ਸਿੱਖ ਕੌਮ ਨੂੰ ਇਕਮੁੱਟ ਹੋ ਕੇ ਇੱਕ ਜੁੜ ਕੇ ਜਿਹੜੇ ਸਾਡੇ ਮਸਲੇ ਆ ਜ਼ਰੂਰ ਤੁਸੀਂ ਇਕੱਠੇ ਹੋ ਕੇ ਇਹ ਮਸਲਿਆਂ ਦੇ ਨਾਲ
ਸਾਡੇ ਨਾਲ ਤੁਹਾਡੇ ਐਮਪੀਆਂ ਦੇ ਨਾਲ, ਕਿਉਂਕਿ ਸਿਰਫ ਸਿੱਖ ਐਮਪੀ ਨਹੀਂ, ਜਿਹੜੇ ਤੁਹਾਡੇ ਐਮਪੀ ਹੈ ਉਹਨਾਂ ਨੂੰ ਵੀ ਦੱਸੋ, ਉਹਨਾਂ ਨੂੰ ਵੀ ਚਿੱਠੀਆਂ ਲਿਖੋ, ਉਹਨਾਂ ਨੂੰ ਜਾ ਕੇ ਮਿਲੋ, ਕਿਉਂਕਿ ਤਾਂ ਹੀ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਿੱਖਾਂ ਦੀਆਂ ਕੀ ਮਸਲਾ ਹੈਗੀਆਂ, ਨਹੀਂ ਤਾਂ ਸਾਰੇ ਸੋਚਦੇ ਆ ਵੀ ਸਿੱਖਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਮੁਲਕ ਦੇ ਵਿੱਚ। ਪ੍ਰੀਤੀ, ਤੁਸੀਂ ਸਾਡੇ ਜਿਹੜੇ ਆ ਬਰਤਾਨੀਆ ਦੇ ਫਸਟ ਸਿੱਖ ਵਿਮੈਨ ਐਮ ਪੀ ਹੈਗੇ ਆ, ਪਰ ਇਹਦੇ ਵਿੱਚ ਹੁਣ ਤੁਸੀਂ ਸਾਡੇ ਜਿਹੜੇ ਲਿਸਨਰ ਆ, ਕੱਲੇ ਸਿੱਖ ਹੀ ਨਹੀਂ ਸੁਣ ਰਹੇ, ਹਿੰਦੂ ਮੁਸਲਿਮ ਬਹੁਤ ਹਜ਼ਾਰਾਂ ਲਿਸਨਰ ਆ, ਤੁਸੀਂ ਅੰਤ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਵੀ ਅੱਜ ਦੇ ਇਸ ਜ਼ਿਲ੍ਹਿਆਂ ਵਾਲੇ ਬਾਗ ਦੀ, ਜਦੋਂ 100 ਜੀਅਰ ਅਸੀਂ ਤੇ ਉਹਨਾਂ ਦੀ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੰਤ ਵਿੱਚ? ਮੈਂ ਅੰਤ ਵਿੱਚ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਦੇਖੋ ਸਾਰਿਆਂ ਲਈ ਜਿਹੜੀ ਗਵਰਨਮੈਂਟ ਅਪੋਲੋਜੀ ਸਿਰਫ ਸਿੱਖਾਂ ਲਈ ਨਹੀਂ, ਹਿੰਦੂ ਮੁਸਲਮਾਨਾਂ ਲਈ, ਸਾਰਿਆਂ ਲਈ ਹੋਣੀ ਚਾਹੀਦੀ, ਕਿਉਂਕਿ ਉਸ ਵੇਲੇ ਇੰਡੀਆ ਇੱਕ ਸੀਗਾ, ਠੀਕ ਹੈ, ਤੇ ਅਸੀਂ ਸਾਰੇ ਇਕੱਠੇ ਰਹਿੰਦੇ ਹੁੰਦੇ ਸੀਗੇ, ਤੇ ਜਿਹੜਾ ਗੋਰਿਆਂ ਨੇ ਇਹਨਾਂ ਨੇ ਵੰਡ ਕੀਤਾ ਸਾਡੇ ਜਿਹੜਾ ਮੁਲਕ ਸੀਗਾ ਤੇ ਸਾਨੂੰ ਡਿਵਾਈਡ ਕੀਤਾ। ਮੈਂ ਚਾਹੁੰਦੀ ਕਿ ਅਸੀਂ ਹਮੇਸ਼ਾ ਜੋ ਵੀ ਸਾਡੀਆਂ ਇਸ਼ੂਜ਼ ਨੇ ਇਕੱਠੇ ਹੋ ਕੇ ਰਲ ਮਿਲ ਕੇ ਇੱਕ ਦੂਜੇ ਦੇ ਸਾਥ ਨਾਲ ਸਪੋਰਟ ਕਰੀਏ, ਏਦਾਂ ਨਾ ਹੋਵੇ ਕਿ ਅਸੀਂ ਕਿਸੇ ਹੋਰ ਕਮਿਊਨਿਟੀ ਦੇ ਅਗੇਂਸਟ ਹੋਵੇ, ਨਹੀਂ, ਜਿਹਨਾਂ ਉਹਨਾਂ ਦੇ ਵੀ ਇਸ਼ੂਜ਼ ਹੈਗੇ ਅਸੀਂ ਉਹਨਾਂ ਦੇ ਨਾਲ ਖੜ ਕੇ ਮੋਢੇ ਤੇ ਮੋਢੇ ਲਾ ਕੇ ਅਸੀਂ ਉਹਨਾਂ ਦੇ ਨਾਲ ਵੀ ਸਪੋਰਟ ਕਰੀਏ, ਤੇ ਉਹਨਾਂ ਨੂੰ ਇਹ ਵੀ ਕਹਿੰਦੇ ਆ ਕਿ ਉਹ ਸਾਡੇ ਨਾਲ ਵੀ ਇਹੀ ਅੱਗੇ ਤੋਂ ਸਪੋਰਟ ਕਰੇ। ਤੇ ਮੈਨੂੰ ਇਹ ਆ ਕੇ ਬਹੁਤ ਅਫਸੋਸ ਦੀ ਗੱਲ ਆ, ਜਦੋਂ ਅਸੀਂ ਸੋਚਿਆ ਜਾਏ ਜਲਿਆਂਵਾਲਾ ਬਾਗ ਤੇ 84 ਦੇ ਬਾਰੇ ਸੋਚਿਆ ਜਾਏ, ਦਿਲ ਨੂੰ ਤਾਂ ਬਹੁਤ ਛੋਟ ਲੱਗਦਾ, ਦੁੱਖਾ ਲੱਗਦਾ, ਕਿਉਂਕਿ ਜਿਹੜੇ ਇਨੋਸੈਂਟ ਲੋਕ ਮਰਦੇ ਆ, ਜਿਹੜੀਆਂ ਪੋਲੀਟੀਕਲ ਗੱਲਾਂ ਹੁੰਦੇ ਉਹ ਸਫਰ ਹੁੰਦੇ ਆ, ਹਨਾ, ਤੇ ਉਹਨਾਂ ਨੇ ਮੁੜ ਕੇ ਨੀ ਆਉਣਾ, ਪਰ ਉਹਨਾਂ ਦੀ ਯਾਦ ਸਾਰਿਆਂ ਨੂੰ ਅੱਜ 13 ਅਪ੍ਰੈਲ ਨੂੰ ਅਸੀਂ ਸਾਰਿਆਂ ਦੀ ਯਾਦ ਕਰਾਂਗੇ ਜਿਹਨਾਂ ਨੇ ਆਪਣੀ ਲਾਈਫ ਲੂਜ਼ ਕੀਤੀ ਸੀ ਉਸ ਟਾਈਮ ਤੇ। ਤੇ ਮੈਂ ਤੁਹਾਡੇ ਸਾਰਿਆਂ ਲਿਸਨਰ ਨੂੰ ਇੰਨਾ ਕਹਿੰਦੀ ਆ ਕਿ ਹਮੇਸ਼ਾ ਅਸੀਂ ਇੱਕ ਸਾਥ ਰਹੀਏ, ਜੋ ਵੀ ਇਸ਼ੂ ਹੈਗੇ ਆ ਪ੍ਰੀਤ ਕੌਰ ਗਿੱਲ, ਮੈਂਬਰ ਪਾਰਲੀਮੈਂਟ, ਜਿਹੜੇ ਕਿ ਪਹਿਲੇ ਸਿੱਖ ਫਸਟ ਵਿਮੈਨ ਔਰਤਾਂ ਦੇ ਐਮ ਪੀ ਹੈ, ਔਰਤ ਕਮਿਊਨਿਟੀ ਵੱਲੋਂ ਸਾਡੇ ਉਹ ਆਪਣੀ ਗੱਲਾਂ ਬਾਤਾਂ ਕਰ ਰਹੇ ਸੀਗੇ। ਬਹੁਤ ਬਹੁਤ ਸਾਰਿਆਂ ਦਾ, ਮੈਂ ਜਿੰਨੇ ਵੀ ਸਰੋਤੇ ਸਾਡੇ ਪ੍ਰੋਗਰਾਮ ਸੁਣਿਆ ਤੇ ਸ਼ਾਮਲ ਹੋ ਕੇ ਗਏ ਆ, ਸਾਨੂੰ ਇੰਨੇ ਮੈਸੇਜ ਆਏ ਹੈਗੇ ਅੱਜ, ਪ੍ਰੋਗਰਾਮ ਬਹੁਤ ਵਧੀਆ ਸੀਗਾ, ਬਹੁਤ ਬਹੁਤ ਸਾਰਿਆਂ